ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਨਨੌਤ ਬੰਦਨੀ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜਿਹਾ ਕੁਲ ਵਿਗਾੜਿਆ ਨਾ ਕਰ ਮੈਲਾ ਚਿੱਤ ਸਾਹਿਬ ਗੌਰਾ ਲੋੜੀਐ ਨਫਰ ਵਿਗਾੜੇ ਨਿਤ ਮੈਂ ਜਨ ਤੇਰਾ 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 ਮੈਂ ਜਨ ਤ
Yeah.
ਸਾਹਿਬ ਜੀ ਗੱਜ ਕੇ ਬੋਲਣ ਸਤਨਾਮ ਸ੍ਰੀ ਵਾਹਿਗੁਰੂ। ਕਾਰੋਬਾਰ ਸੰਕੋਚਦੇ ਹੋਏ, ਗਰਮੀ ਦਾ ਮਹੀਨਾ ਹੈ, ਇਸ ਦੇ ਅੰਦਰ ਸਹਿਜ ਤਪ ਕਰਦੇ ਹੋਏ ਗੁਰੂ ਦਰਬਾਰ 'ਚ ਬੈਠੇ ਹਾਂ। ਕਿਉਂਕਿ ਇੱਕ ਤਾਮਸੀ ਤਪ ਹੁੰਦਾ ਹੈ, ਨਿਰਾਰਥਕ ਤਪ ਹੋਇਆ ਕਰਦਾ ਹੈ, ਧੂਣੀਆਂ ਤਾਪ ਲੈਣੀਆਂ, ਉੱਥੋਂ ਸੂਰਜ ਤਪਦਾ ਅਤੇ ਹਵਾ ਅੱਗ ਵਰਗੀ ਚੱਲ ਰਹੀ ਹੈ, ਉਸ ਤੋਂ ਵੀ ਵੱਧ ਧੂਣੀਆਂ ਲਾ ਲੈਣੀਆਂ ਚਾਰ, ਸਰੀਰ ਦਾ ਖੂਨ ਸੁਕਾ ਦੇਣਾ, ਕੋਈ ਮਤਲਬ ਨਹੀਂ ਹੁੰਦਾ। ਲੇਕਿਨ ਜੋ ਸਹਿਜ ਤਪ ਆਪਾਂ ਕਰ ਰਹੇ ਹਾਂ ਸਤਸੰਗ ਦੇ ਰੂਪ ਦੇ ਅੰਦਰ, ਉਹਦਾ ਬਹੁਤ ਬੜਾ ਫਲ ਹੁੰਦਾ। ਸੋ ਫਰਮਾਨ ਆਇਆ ਹੈ ਕਿ ਕਲਯੁਗ ਦੇ ਅੰਦਰ ਮਨੁੱਖ ਦਾ ਸਰੀਰ ਧਾਰ ਕੇ ਪਰਮੇਸ਼ਰ ਦਾ ਨਾਮ ਲੁੱਟਣ ਦਾ ਚਾਂਸ ਮਿਲਿਆ ਹੋਇਆ, ਸਾਨੂੰ ਅਵਸਰ ਮਿਲਿਆ ਹੋਇਆ। ਪਰ ਇਸ ਨੂੰ ਕੋਈ ਭਾਗਾਂ ਵਾਲਾ ਹੈ, ਕਿਸਮਤ ਵਾਲਾ ਬੰਦਾ ਹੈ ਜਿਹੜਾ ਲੁੱਟ ਰਿਹਾ, ਪਤਾ ਨਹੀਂ ਲੱਗਦਾ, ਕਿਉਂਕਿ ਰੁਚੀਆਂ ਦੂਸਰੇ ਪਾਸੇ ਸਾਡੀਆਂ ਪਈਆਂ ਹੋਈਆਂ। ਸੰਸਾਰ ਮਿੱਠਾ ਲੱਗਦਾ ਅਤੇ ਜੋ ਅਸਲੀ ਚੀਜ਼ ਹੈ ਉਹਦੇ ਵੱਲ ਸਾਡਾ ਧਿਆਨ ਨਹੀਂ ਜਾਂਦਾ। ਸੰਸਾਰ ਛੱਡ ਕੇ ਚਲੇ ਜਾਣਾ, ਸੰਸਾਰ ਦੀ ਦੌਲਤ ਇੱਥੇ ਰਹਿ ਜਾਣੀ। ਜੋ ਨਾਮ ਦਾ ਸੱਚਾ ਧਨ ਹੈ, ਉਸ ਧਨ ਨੂੰ ਅਸੀਂ ਇਕੱਠਾ ਕਰਨ ਦਾ ਪੂਰਾ ਜਿੰਨਾ ਵੀ ਫਿਕਰ ਨਹੀਂ ਕਰਦੇ। ਸੋ ਇਹ ਇੱਕ ਬੜਾ ਭਾਰਾ ਮਸਲਾ ਹੈ ਆਸਤਿਕ ਜਗਤ ਦੇ ਸਾਹਮਣੇ। ਦੋ ਤਿੰਨ ਚੀਜ਼ਾਂ ਨੇ ਇੱਥੇ ਜਿਹਦੇ ਉੱਤੇ ਆਦਮੀ ਦਾ ਵਿਸ਼ਵਾਸ ਨਹੀਂ ਆਇਆ ਕਰਦਾ। ਇੱਕ ਤਾਂ ਇਹ ਕਿ ਸੰਸਾਰ ਤੁਰਿਆ ਜਾਂਦਾ, ਹਰ ਬੰਦਾ ਜਾਣਦਾ ਵੀ ਫਲਾਣਾ ਚਲਿਆ ਗਿਆ, ਫਲਾਣਾ ਚਲਿਆ ਗਿਆ, ਰੀਤਾਂ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਾਣਿਆ ਹੋਏ ਹੈ। ਕੋਈ ਮਾਂ ਜਾਂ ਪਿਓ ਵੱਡੀਆਂ ਉਮਰਾਂ ਵਾਲੇ, ਛੋਟੀਆਂ ਵਾਲੇ, ਦਾਦੇ ਦਾਦੀਆਂ, ਪੜਦਾਦੇ ਪੜਦਾਦੀਆਂ ਕਿੱਥੇ ਚਲੇ ਗਏ? ਤੈਂ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀਣਿਓ, ਤੇਰੇ ਕੋਲੋਂ ਚਲੇ ਗਏ, ਤੇਰਾ ਅਜੇ ਵੀ ਮਨ ਨਹੀਂ ਪਤੀਜਿਆ ਵੀ ਸੰਸਾਰ 'ਚ ਰਹਿਣਾ ਨਹੀਂ ਹੈ, ਇੱਥੋਂ ਚਲੇ ਜਾਣਾ, ਰਹਿਣਾ ਹੈ ਨਹੀਂ। ਪਰ 100 ਵਰ੍ਹਿਆਂ ਦੀ ਪੇੜ ਬੰਨਣ ਨੂੰ ਤਿਆਰ ਹੋ ਰਿਹਾ। ਗਹਿਰੀ ਕਰਕੇ ਨੀਂਵ ਸਦਾਈ, ਉੱਪਰ ਮੰਡਪ ਛਾਏ, ਗਹਿਰੀਆਂ ਕਰ ਕਰਕੇ ਨਿਓਆਂ ਪਾਉਣਾ, ਕੋਠੀਆਂ ਪਾਉਣਾ, ਹੋਰ ਇਹਨਾਂ ਨੂੰ ਵਧੀਆ ਬਣਾਉਣਾ, ਪਾਪ ਦੀ ਕਮਾਈ ਕਰ ਕਰਕੇ ਧੋਖੇ ਨਾਲ ਪੈਸਾ ਕਮਾ ਕਮਾ ਕੇ ਪ੍ਰੇਮੀਆਂ ਇੱਥੇ ਹੀ ਛੱਡ ਜਾਣਾ। ਜਿਹੜੇ ਬਾਲ ਬੱਚਿਆਂ ਦੇ ਵਾਸਤੇ ਤੂੰ ਕਹਿੰਦਾ ਮੈਂ ਕਮਾਉਣਾ, ਇਹ ਤਾਂ ਤੈਨੂੰ ਬੁਢਾਪੇ ਦੇ ਅੰਦਰ ਊਈਂ ਜਵਾਬ ਦੇ ਦਿੰਦੇ ਨੇ, ਗਲਤ ਕੰਮ ਕਰ ਰਹੇ ਹੈ, ਪੁੱਠਾ ਕੰਮ ਕਰ ਰਹੇ ਹੈ, ਸੰਸਾਰ ਤੋਂ ਜਾਣਾ, ਉਹ ਧਨ ਖੱਟ ਲੈ ਜਿਹੜਾ ਤੇਰੇ ਨਾਲ ਜਾਏਗਾ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ। ਉੱਥੇ ਨਾਮ ਨੇ ਸਹਾਇਤਾ ਕਰਨੀ ਹੈ, ਹੋਰ ਕਿਸੇ ਚੀਜ਼ ਨੇ ਸਹਾਇਤਾ ਕਰਨੀ ਨਹੀਂ ਹੈ, ਐਸਾ ਫਰਮਾਨ ਹੈ। ਉੱਥੇ ਨਾਮ ਨੇ ਸਹਾਇਤਾ ਕਰਨੀ ਔਖੀ ਵੇਲਾ, ਔਖੀ ਵੇਲਾ ਸੁਤਮੀਤ ਨਾ ਭਾਈ,
ਮਾਨੂਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾਂ ਭਿਆਨ ਦੂਤ ਜਮਦਰ, ਜਿੱਥੇ ਜਮਦੂਤਾਂ ਦੇ ਦਲਾਂ ਦੇ ਦਲ ਰਹੇ ਨੇ, ਜੀਵ ਆਤਮਾ ਨੂੰ ਦੁਖੀ ਕਰ ਰਹੇ। ਕੋਈ ਚੀਜ਼ ਸੰਸਾਰ ਦੀ, ਨਾ ਕੋਠੀ, ਨਾ ਅਹੁਦੇ, ਨਾ ਪੈਸਾ ਬੈਂਕ ਦਾ, ਕੋਈ ਨਾਲ ਨਹੀਂ ਜਾਣਾ, ਤਾਂ ਕੇਵਲ ਨਾਮ ਸੰਗ ਤੇਰੇ ਚੱਲੇ। ਉੱਥੇ ਨਾਮ ਨੇ ਨਾਲ ਜਾਣਾ। ਜੇ ਮੁਸ਼ਕਲ ਹੋਵੇ ਆ ਤਪਾਰੀ, ਹਰ ਕੋ ਨਾਮ ਖਿਨਮੈ ਉਧਾਰੀ। ਅੱਖ ਚਮਕਣ ਤੋਂ ਵੀ 15 ਟਾਈਮਸ ਥੋੜ੍ਹੇ ਸਮੇਂ ਦੇ ਅੰਦਰ ਉਹ ਉਧਾਰ ਕਰ ਦਿੰਦਾ, ਐਸਾ ਨਾਮ। ਦੂਸਰੀ ਚੀਜ਼ ਹੈ ਕਿ ਪਹਿਲੀ ਤਾਂ ਹੈ ਕਿ ਸੰਸਾਰ ਤੋਂ ਜਾਣਾ ਭੁੱਲਿਆ ਹੋਇਆ, ਪਤਾ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ? ਕਿਉਂਕਿ ਐਲਿਊਜ਼ਨ 'ਚ ਆ ਗਿਆ, ਇਗਨੋਰੈਂਸ 'ਚ ਆ ਗਿਆ, ਅਣਜਾਣ ਬਣ ਗਿਆ। ਪੜ੍ਹਿਆ ਲਿਖਿਆ ਹੋ ਕੇ, ਬਹੁਤ ਕਿਤਾਬਾਂ ਪੜ੍ਹ ਕੇ, ਡਿਗਰੀਆਂ ਲੈ ਕੇ, ਮਹਾਰਾਜ ਕਹਿੰਦੇ ਫੇਰ ਵੀ ਅਣਜਾਣ ਹੋਇਆ ਹੋਇਆ। ਨਹੀਂ ਉਹ ਮਰ ਨੂੰ ਪਛਾਣਦਾ ਜਿੱਥੇ ਲਾਲ ਚੜ੍ਹਾਈ, ਨਹੀਂ ਉਹ ਮਰ ਨੂੰ ਪਛਾਣਦਾ ਜਿੱਥੇ ਲਾਲ
कारण क्यों आदमी भुलदा है? कहंदे सच्चे लालच नहीं लगता है, झूठे लालच लगता। सच्चा लालच वो है जिहड़ा इस संसार तो जाण तो बाद साढ़े उत्थे भी नाल जाए। वो लालच है नाम दा, सेवा दा, सिमरन दा, सत्संग करन दा। बाकी जिन्नी दुनिया दी चीज़ां है सारा झूठा लालच है। कहंदे झूठे लालच लग के नहीं मरन पछाणना, मरन दा नहीं पता लगदा। हालांकि उम्र लंघती जाती है, चेतना है तो चेतन है, निस दिन में प्राणी, छिन छिन औद बिहात है, फूटे घट ज्यों पानी, टुटे हुए घड़े का जिमें पानी हर छिन कतरा कतरा हो के निकलता जाता है। ऐसे तरह एक मिनट के अंदर बैठे आदमी के 12 श्वास कट जाते, चलते दे 18 कट जाते, सुते पे दे 25 श्वास कट, 24 श्वास कट जाते हैं, निकलते तुरे जाते ने। जिहड़ा टाइम निकल गया मुड़ के हाथ विच नहीं आता। इस तरह के नाल छिन छिन करके जा रही है। बचपन नूं जवानी खा गई, जवानी नूं बुढ़ेपा खा गया, बुढ़ेपे का हर कदम मौत वल नूं वध्या तुरिया जाता है। सामने खड़ा है मौत का दैंत, मूँह वड्डी खड़ा है, लेकिन महाराज कहिंदे समझदा नहीं। काल ब्याल ज्यो परियो डोलै, मुख बसारे मीत मूँह वड्डिया है। ऐ मेरे फ्रेंड मूँह अड्डी खड़ा काल, आज कल फम तोहे ग्रसा है, समझ रखो। कहंदे हो तो मूँह अड्डी खड़ा है ते तू समझण दी कोशिश कर, बेसमझ होया पिया। छिन छिन याद बिहात है, फूटे कट ज्यों पानी, हर गुण काहे ना गावी। क्यों नहीं गाँवदा तू परमेश्वर का नाम, क्यों नहीं लैंदा? मूर्ख अग्ञाना दो चीज़ां कह, महाराज ने भी इन्ना इग्नोरेंस एंड फूल भी गल तेन समझाई दी है तेरे नाल जाण वाली, बाकी चीज़ां तो तू फटाफट समझ जाना। ए गल नहीं तेरी समझ पैंदी, सारी जिंदगी साधु महापुरश बाणी हाका मार मार कहती है कि भजन करो, नाम जपो, नाम जपो। नाम जपन वाला सब तो वड्डा हो जाता है, बादशाह होंदा है। सच्चा अमर सच्ची पातशाही, सच्चे सेती राते, उहदा सच्चा हुक्म हो जाता है, सच्चा सच्ची उहनूं पातशाही मिल जाती है जिहड़ा सच्चे नाल रत्या होया। बावजूद इस दे कहिंदे समझदा नहीं है, कहिंदे मूर्ख है, मूर्ख नहीं समझा करदा, होर तां सारे समझ आया करदे। मूर्ख नूं जे कहे वी धुप्पे क्यों बैठा है, कहिंदा मैं अपनी मर्जी नाल बैठा, तैनूं की इस गल दा, मैं अपनी मर्जी ने कितने बैठा, धुप्पे बैठा कि छावें बैठा। यानी यह गल का उन्होंने ज्ञान नहीं होंदा, उल्टा बोलिया करदा भी मैं मेरा निज का काम है, तू कौन है दखल देने वाला, तू मैनू किवें कहना मैं नाम जपा, मैं नहीं जपता। कहिंदे इस गलों तो मूर्ख है, अग्ञानी इस वास्ते है कि इहनू पता नहीं भी संसार तो जाण तो बाद की मेरे नाल भाणा वरतना। कपड़ रूप सुहावना छड़ दुनिया अंदर जावना, मंदा चंगा अपना आपे ही कीता पावना, हुक्म किए मन पाम दे राह पीड़े अगे जावना। नंगा दोस्त चालिया तां दिसे खरा डरावना, कर औगण पछोताव। कहिंदे इस करके इहनूं अग्ञानी कहिंदे आ वी तेरे नाल तां तैं मरना तां है नहीं, तेरे मरन शरीर मरन तों बाद तेरा जीव आत्मा सूक्ष्म शरीर दे आधार ते जिउंदा रहेगा। वो तो मरदा ही नहीं जिन्हों जीव कहते हैं, लेकिन वो वास्ते भी कुछ कर लै। जे दरगाह जाएगा उत्थे लेखा पत्ता होएगा, कुछ तेरे कोल ना होया फिर की करेगा, फिर तो बहुत औखा हो जू। इस तरह फरमान करते ने, हुण बत्ते हर नाम ना बीजिया अगे पुछा गया साईंदा, बत्ते हर नाम ना बीजिया अगे पुछा
मानस जन्म दनब मानस जन्म दनब मन फिर सदब जाए तू फिर जन्म है ਤੇ ਕਾਹੇ ਜਾ ਗਿਆ ਇਹ ਰਾਮ ਰਾਜੇ ਕਹਿੰਦੇ ਸੰਸਾਰ 'ਤੇ ਆਉਣ ਦਾ ਕੀ ਫਾਇਦਾ ਸੀ ਉਹਨਾਂ ਦਾ ਕੋਈ ਰੀਜ਼ਨ ਤਾਂ ਦੱਸਣ ਵੀ ਕਾਹਦੇ ਵਾਸਤੇ ਆਏ ਨੇ ਕੂੜ ਕਮਾਉਣ ਵਾਸਤੇ ਕੂੜ ਇਕੱਠਾ ਕਰਨ ਵਾਸਤੇ ਕੂੜ ਦੀ ਜ਼ਿੰਦਗੀ ਬਿਤਾਉਣ ਵਾਸਤੇ ਆਏ ਨੇ ਬਣੇ ਫਿਰਨ ਆਪਣੇ ਆਪ 'ਚ ਵੀ ਮੈਂ ਫਲਾਣਾ ਮੈਂ ਤਿਮਕਾ ਮੇਰੀ ਇੰਨੀ ਜਾਇਦਾਦ ਹੈ ਮੇਰਾ ਐਡਾ ਪਰਿਵਾਰ ਹੈ ਮਹਾਰਾਜ ਕਹਿੰਦੇ ਸਭ ਅਗਿਆਨਤਾ ਕੁਛ ਨਹੀਂ ਹੈ ਸਭ ਛੱਡ ਕੇ ਚਲੇ ਜਾਣਾ ਹੈ ਕੁਛ ਨਹੀਂ ਰਿਹਾ ਕਰਦਾ ਨਾ ਮੁੜ ਕੇ ਸੰਪਰਕ ਹੋਵੇ ਨਾ ਕੋਈ ਵਾਸਤਾ ਜਿਨ੍ਹਾਂ ਦੇ ਵਾਸਤੇ ਪਾਪ ਕਰਦਾ ਹੈ ਨਾ ਉਹਨਾਂ ਨਾਲ ਕੋਈ ਸੰਬੰਧ ਰਹਿੰਦਾ ਸੋ ਇਸ ਤਰ੍ਹਾਂ ਦਾ ਹਾਲਾਤ ਮਹਾਰਾਜ ਕਹਿੰਦੇ ਉਹਨਾਂ ਦੇ ਆਉਣ ਦਾ ਕੀ ਫਾਇਦਾ ਹੋਇਆ ਇਹ ਮਾਨਸ ਜਨਮ ਦਲੰਬ ਹੈ ਨਾਮ ਬਿਨ ਬਿਰਥਾ ਸਭ ਜਾਏ ਹੁਣ ਬੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨਮੁੱਖਾਂ ਨੂੰ ਫੇਰ ਜਨਮ ਹੈ ਨਾਨਕ ਘਰ ਪਾਏ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਪਤਾ ਨਹੀਂ ਹੈ ਇਸ ਨੂੰ ਬਈ ਮਨ ਦੇ ਪਿੱਛੇ ਲੱਗਣ ਵਾਲਾ ਪੁਰਸ਼ ਜਿਹੜਾ ਹੈ ਮਨਮੁੱਖ ਆਵੇ ਮਨਮੁੱਖ ਜਾਵੇ ਮਨਮੁੱਖ ਫਿਰ ਫਿਰ ਚੋਟਾਂ ਖਾਵੇ ਜਿਤਨੇ ਨਰਕ ਸੇ ਮਨਮੁੱਖ ਭੋਗੇ ਗੁਰਮੁਖ ਲੇਪ ਨਾ ਮਾਸਾ ਹੈ ਮਨਮੁੱਖ ਦੁੱਖ ਆ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਦੁੱਖ ਵਿੱਚ ਜੰਮੇ ਦੁੱਖ ਮਰੇ ਹਉਮੈ ਕਰ ਦੇਵੇ ਆਏ ਈਗੋ ਦੇ ਅੰਦਰ ਹੰਕਾਰ ਦੇ ਅੰਦਰ ਜ਼ਿੰਦਗੀ ਬਤੀਤ ਕਰ ਲੈਂਦੇ ਕਹਿੰਦੇ ਤਾਂ ਅਸੀਂ ਉਹਨੂੰ ਅਗਿਆਨੀ ਕਿਹਾ ਹਰ ਗੁਣ ਕਾਹੇ ਨਾ ਗਾਵੇ ਮੂਰਖ ਅਗਿਆਨ ਇੰਨਾ ਮੂਰਖ ਅਤੇ ਅਗਿਆਨੀ ਹੈ ਮੂਰਖਾਂ ਦੀ ਬਾਤ ਸਮਝਣ ਵਾਸਤੇ ਇੱਕ ਮਹਾਂਪੁਰਸ਼ ਸਾਖੀ ਦੱਸਿਆ ਕਰਦੇ ਨੇ ਕੋਈ ਪਰਿਵਾਰ ਸੀ ਕੋਈ ਰਾਜਾ ਸੀ ਉਸਦੀ ਜੋ ਰਾਣੀ ਸੀ ਉਸਨੇ ਬਹੁਤ ਵਾਰੀ ਯਤਨ ਕਰਿਆ ਕਿ ਇਸ ਰਾਜੇ ਨੂੰ ਆਪਣੇ ਪਤੀ ਨੂੰ ਮੈਂ ਪਰਮੇਸ਼ਰ ਵੱਲ ਲਾਵਾਂ ਕਿਉਂਕਿ ਸੁਭਾਅ ਚੰਗਾ ਹੈ ਇਸ ਦਾ ਨੇਕ ਹੈ ਰਿਆਇਆ ਦਾ ਕੰਮ ਵੀ ਕਰਦਾ ਪਰ ਨਾਮ ਨਾ ਜਪਣ ਕਰਕੇ ਇਹ ਸਾਰੇ ਕਰਮ ਜ਼ੀਰੋ ਹੁੰਦੇ ਨੇ ਚਾਹੇ 50 ਜ਼ੀਰੋ ਲਾ ਲਓ ਜਦ ਤੀ ਏਕਾ ਨਹੀਂ ਲੱਗਦਾ ਕੋਈ ਰਕਮ ਨਹੀਂ ਬਣਦੀ ਅਤੇ ਦੂਸਰੇ ਇਹਨਾਂ ਨੂੰ ਜਮ ਲੁੱਟ ਲਿਆ ਕਰਦੇ ਹੈ ਕਰਮ ਧਰਮ ਪਾਖੰਡ ਜੋ ਦੀਸਾ ਤਿੰਨ ਜਮ ਜਗਾਤੀ ਲੁੱਟ ਹੈ ਅਤੇ ਮੈਂ ਪਰਮੇਸ਼ੁਰ ਦੇ ਨਾਮ ਵੱਲ ਲਾਵਾਂ ਹਰ ਵਕਤ ਸਾਖੀਆਂ ਸੁਣਾਇਆ ਕਰੇ ਸ਼ਾਸਤਰਾਂ ਦੀ ਵਿਚਾਰ ਸੁਣਾਇਆ ਕਰੇ ਸਤਸੰਗ 'ਤੇ ਜਾ ਕੇ ਮਹਾਂਪੁਰਸ਼ਾਂ ਦੇ ਪ੍ਰਵਚਨ ਸੁਣਾਇਆ ਕਰੇ ਬੋਲਣਾ ਬਹੁਤ ਸੋਹਣਾ ਆਉਂਦਾ ਸੀ ਮੰਤਕ ਬੜਾ ਬੜੀ ਸੀ ਰਾਜਾ ਕਨਵਿੰਸ ਹੋ ਕੇ ਕਹਿ ਦਿਆ ਕਰੇ ਵੀ ਚੰਗਾ ਮੈਨੂੰ ਤੂੰ ਸਵੇਰੇ ਉਠਾਇਆ ਕਰ ਪਹਿਲਾਂ ਮੈਂ ਸਵੇਰੇ ਉੱਠਣ ਦੀ ਆਦਤ ਪਾਵਾਂ ਫਿਰ ਮੈਂ ਕਿਸੇ ਮਹਾਂਪੁਰਸ਼ ਕੋਲ ਜਾ ਕੇ ਨਾਮ ਲਵਾਂਗਾ ਨਾਮ ਦੀ ਦਾਤ ਪ੍ਰਾਪਤ ਕਰਕੇ ਫਿਰ ਮੈਂ ਮਿਹਨਤ ਕਰਾਂਗਾ ਜਦ ਅੰਮ੍ਰਿਤ ਵੇਲਾ ਹੋਇਆ ਕਰੇ ਰਾਜਾ ਲੇਟ ਸੌਂਦਾ ਸੀ ਨੀਂਦ ਚੜ੍ਹ ਜਾਣੀ ਹੂੰ ਹਾਂ ਕਰਨਾ ਅਤੇ ਕੱਪੜਾ ਲੈ ਕੇ ਸੌਂ ਜਾਣਾ ਇਸੇ ਤਰ੍ਹਾਂ 1-2-4 ਸਾਲ ਨਹੀਂ 6 ਸਾਲ ਲੰਘੇ ਲਗਾਤਾਰ ਇੱਕ ਦਿਨ ਰਾਣੀ ਨੇ ਕਿਹਾ ਰਾਜਨ 6 ਸਾਲ ਲੰਘੇ ਮੈਂ ਜਗਾਉਣ ਤੋਂ ਨਹੀਂ ਹਟਦੀ ਤੁਸੀਂ ਮੈਨੂੰ ਕਹਿਣ ਤੋਂ ਨਹੀਂ ਹਟਦੇ ਅਤੇ ਸਵੇਰੇ ਫਿਰ ਤੁਸੀਂ ਕੱਪੜਾ ਲੈ ਕੇ ਪੈ ਜਾਣਾ ਇਹ ਤਾਂ ਮੂਰਖਾਂ ਵਾਲੀ ਗੱਲ ਹੈ ਮਾਫ਼ ਕਰਨਾ ਮੈਨੂੰ ਮੇਰੇ ਮੂੰਹ 'ਚੋਂ ਨਿਕਲ ਗਈ ਗੱਲ ਰਾਜਾ ਉੱਠ ਕੇ ਬੈਠ ਗਿਆ ਉਸੇ ਵੇਲੇ ਕਹਿੰਦਾ ਮੈਂ ਮੂਰਖ ਹਾਂ ਕਹਿੰਦੇ ਜਿਹੜਾ ਆਪਣਾ ਭਰਾ ਤੇ ਬੁਰਾ ਨਾ ਵਿਚਾਰ ਸਕਦਾ ਹੋਵੇ ਉਹਨੂੰ ਇਹ ਸੰਸਾਰ ਇਹੀ ਕਹਿੰਦਾ ਵੀ ਉਹ ਮੂਰਖ ਹੁੰਦਾ ਦੂਸਰਾ ਦਿਨ ਹੋ ਗਿਆ ਆਪਣਾ ਪ੍ਰਾਈਮ ਮਿਨਿਸਟਰ ਬੁਲਾ ਲਿਆ ਕਹਿਣ ਲੱਗਿਆ ਮੇਰੇ ਰਾਜ ਦੇ ਅੰਦਰ ਕਿੰਨੇ ਕੁ ਮੂਰਖ ਨੇ ਕਹਿਣ ਲੱਗੇ ਮਹਾਰਾਜ ਕੋਈ ਹਿਸਾਬ ਕਿਤਾਬ ਹੈ ਇਹਦਾ ਸਾਰਾ ਸੰਸਾਰ ਹੀ ਮੂਰਖਾਂ ਦਾ
ਅਤੇ ਮਹਾਰਾਜ ਤਾਂ ਕਹਿੰਦੇ ਮੂਰਖਾਂ ਦੇ ਨਹੀਂ, ਹਲਕਿਆਂ ਹੋਇਆਂ ਦਾ ਸੰਸਾਰ ਹੈ, ਪਾਗਲਾਂ ਦਾ ਸੰਸਾਰ ਹੈ, ਮੂਰਖਤਾ ਜੇ ਹੇਠਲਾ ਦਰਜਾ ਹੈ, ਪਾਗਲ ਉਸ ਤੋਂ ਵੀ ਉੱਪਰਲਾ ਦਰਜਾ ਜਿਹਨੂੰ ਨਾ ਆਪਣਾ ਪਤਾ ਨਾ ਕਿਸੇ ਦਾ ਪਤਾ। ਬਿਨ ਨਾਵੇ ਜਗ ਕਮਲਾ ਫਿਰੇ, ਮਹਾਰਾਜ ਕਹੇ ਕਮਲਾ ਹੋਇਆ ਫਿਰਦਾ, ਪਾਗਲ ਹੋਇਆ ਫਿਰਦਾ, ਕਿਉਂਕਿ ਨਾਮ ਇਹਦੇ ਅੰਦਰ ਪਰਮ ਸ਼ਾਂਤੀ ਦੇਣ ਵਾਲਾ ਜੁਜ਼ ਹੈ, ਉਸ ਨੂੰ ਛੱਡ ਕੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨੰਤ ਤੈਨਾਤ ਕਹਿ ਨਾ ਜਾਈਏ ਚਰਜ ਵਿਸਮਾਧ। ਕਹਿੰਦੇ ਇੰਨਾ ਆਨੰਦ ਹੈ ਜਿਹੜਾ ਦੱਸਿਆ ਹੀ ਨਹੀਂ ਜਾ ਸਕਦਾ, ਆਦਮੀ ਦੇ ਅੰਦਰ ਇਹ ਰਸ ਪਰਿਪੂਰਨ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਪਰਮ ਦਾ ਪਰਮ ਫੁਲਾਏ, ਅੰਮ੍ਰਿਤ ਅੱਜ ਬਿਖ ਸੰਗ੍ਰਹਿ ਕਰਤਾ ਆਪ ਖੁਆਏ। ਕਹਿੰਦੇ ਜਿਹੜਾ ਬੰਦਗੀ ਨਹੀਂ ਕਰਦਾ, ਨਾਮ ਨਹੀਂ ਜਪਦਾ, ਹੀ ਇਜ਼ ਏ ਮੈਡ ਮੈਨ, ਪਾਗਲ ਹੈ ਉਹ, ਸੰਸਾਰ ਇਹ ਪਾਗਲਖਾਨਾ। ਕੋਈ ਕੋਈ ਬਿਰਲਾ ਹੈ ਜਿਹਨੂੰ ਹੋਸ਼ ਵਾਸ਼ ਹੈ, ਬਾਕੀ ਤਾਂ ਸਭ ਸੁੱਤੇ ਪਏ ਨੇ, ਤੇਈ ਗੁਣੀ ਸੰਸਾਰ ਭਰਮ ਸੁੱਤਾ, ਸੁੱਤੀਆਂ ਰਹਿਣ ਬਿਹਾਣੀ। ਕਹਿਣ ਲੱਗੇ ਮਹਾਰਾਜ ਇਹਦਾ ਸੰਸਾਰ ਮੂਰਖਾਂ ਦਾ ਹੀ ਹੈ, ਪਰ ਆਪ ਦਾ ਮੰਤਵ? ਕਹਿੰਦੇ ਨਹੀਂ, ਜਿਹਨਾਂ ਨੂੰ ਲੋਕ ਕਹਿੰਦੇ ਨੇ। ਕਹਿੰਦੇ ਮਹਾਰਾਜ ਫਿਰ ਲਿਸਟਾਂ ਬਣਾ ਲੈਂਦੇ ਹਾਂ? ਕਹਿੰਦੇ ਹਾਂ, ਲਿਸਟਾਂ ਮੇਰੇ ਪੇਸ਼ ਜਲਦੀ ਤੋਂ ਜਲਦੀ ਹੋਣ, ਅਤੇ ਲਿਸਟਾਂ ਬਣ ਗਈਆਂ ਮੋਟੀਆਂ ਮੋਟੀਆਂ, ਅਤੇ ਸਾਰੇ ਇਕੱਠ ਕਰ ਲਿਆ। ਉਹਦੇ ਬਾਅਦ ਰਾਜਾ ਵੀ ਆ ਗਿਆ, ਕਹਿਣ ਲੱਗੇ ਦੇਖੋ ਬਈ, ਸਿਆਣੇ ਬੰਦੇ ਆਪਣੀਆਂ ਸਭਾ ਸੁਸਾਇਟੀਆਂ ਬਣਾਉਂਦੇ ਨੇ, ਕਿਸੇ ਨੇ ਕੋਈ ਨਾਂ ਰੱਖਿਆ, ਕਿਸੇ ਨੇ ਕੋਈ ਰੱਖਿਆ, ਪੋਲੀਟੀਕਲ ਬੰਦੇ ਆਪਣੀਆਂ ਸਭਾ ਸੁਸਾਇਟੀਆਂ ਬਣਾਉਂਦੇ ਨੇ, ਅਤੇ ਰਜੋਗੁਣੀ ਬੰਦੇ ਵਪਾਰੀ ਬੰਦੇ ਆਪਣੀਆਂ ਸਭਾ ਸੁਸਾਇਟੀਆਂ ਬਣਾਉਂਦੇ ਨੇ, ਅਤੇ ਇੱਕ ਆਪਾਂ ਹੀ ਹਾਂ ਜਿਹੜੇ ਜਿਹਨਾਂ ਨੂੰ ਆਦਮੀ ਮੂਰਖ ਕਹਿੰਦੇ ਨੇ, ਅਸੀਂ ਇਕੱਲੇ ਇਕੱਲੇ ਹੋ ਕੇ ਮਰਦੇ ਹਾਂ, ਵੀ ਸਾਨੂੰ ਵੀ ਕੋਈ ਸੁਸਾਇਟੀ ਆਪਣੇ ਹੱਕਾਂ ਦੀ ਰਾਖੀ ਵਾਸਤੇ ਕੋਈ ਯਤਨ ਕਰਨਾ ਚਾਹੀਦਾ ਹੈ, ਤਾਂ ਕਿ ਸਾਡੀ ਆਵਾਜ਼ ਵੀ ਹੈ ਜਿਹੜੀ ਉਹ ਵੀ ਕਿਸੇ ਥਾਂ ਬੁਲੰਦ ਹੋਵੇ। ਕਹਿੰਦੇ ਆ ਮੇਰੇ ਕੋਲ ਸੋਨੇ ਦੇ ਮੁੱਠੇ ਵਾਲੀ ਖੁੰਡੀ ਹੈ, ਇਹ ਉਸ ਨੂੰ ਦਿੱਤੀ ਜਾਏਗੀ ਜਿਹੜਾ ਸਾਰਿਆਂ ਨਾਲੋਂ ਜ਼ਿਆਦਾ ਮੂਰਖ ਹੋਏ। ਉਸ ਵੇਲੇ ਆਪਣੀਆਂ ਆਪਣੀਆਂ ਕਹਾਣੀਆਂ ਲਿਖਾਉਣੀਆਂ ਸ਼ੁਰੂ ਕਰਤੀਆਂ ਸਾਰਿਆਂ ਨੇ, ਵੀ ਮੈਨੂੰ ਐਂ ਕਹਿੰਦੇ ਨੇ, ਮੈਨੂੰ ਐਂ ਕਹਿੰਦੇ, ਬੇਅੰਤ ਲਿਖਾਇਆ। ਇੱਕ ਪਰਿਵਾਰ ਬੈਠਾ ਸੀ, ਉਹ ਕਹਿੰਦਾ ਮਹਾਰਾਜ ਸਾਨੂੰ ਇਕੱਲਿਆਂ ਨੂੰ ਨਹੀਂ, ਸਾਡੇ ਤਾਂ ਸਾਰੇ ਪਰਿਵਾਰ ਨੂੰ ਇਹ ਮੂਰਖਾਂ ਦਾ ਪਰਿਵਾਰ ਪਿੰਡ ਨੇ ਕਹਿਣਾ ਸ਼ੁਰੂ ਕਰਤਾ। ਕਹਿਣ ਲੱਗੇ ਕੀ ਗੱਲ? ਕਹਿੰਦੇ ਮਹਾਰਾਜ ਗੱਲ ਕੀ ਹੋਣੀ ਸੀ, ਇੱਕ ਰਿਸ਼ਤੇਦਾਰ ਸੀ ਸਾਡਾ ਨੇੜੇ ਦਾ, ਉਹ ਚੜ੍ਹਾਈ ਕਰ ਗਿਆ, ਮੈਨੂੰ ਕੰਮ ਸੀ, ਮੈਂ ਆਪਣੇ ਵੱਡੇ ਮੁੰਡੇ ਨੂੰ ਭੇਜ ਦਿੱਤਾ ਵੀ ਜਾ ਪਰਚਾਉਣੀ ਕਰਿਆ। ਉਹ ਗਿਆ ਅਤੇ ਉੱਥੇ ਜਾ ਕੇ ਕੋਈ ਗੱਲ ਨਾ ਕਰੀ, ਵਾਪਸ ਆ ਗਿਆ। ਮੈਂ ਕਿਹਾ ਬੇਟਾ ਕੋਈ ਵਚਨ ਵੀ ਕਰਿਆ? ਤੈਂ ਕਹਿੰਦਾ ਨਹੀਂ ਪਿਤਾ ਜੀ। ਪੁੱਛਿਆ ਵੀ ਨਹੀਂ ਵੀ ਚੜ੍ਹਾਈ ਕਰ ਗਿਆ? ਕਹਿੰਦਾ ਨਹੀਂ। ਕੀ ਕਰਿਆ? ਕਹਿੰਦਾ ਮੈਂ ਬਹਿ ਗਿਆ ਜਾ ਕੇ ਉਹ ਜਿਵੇਂ ਉੱਠਿਆ। ਕਿਸੇ ਨੂੰ ਫਤਿਹ ਬਤੂਹੀ ਨਮਸਕਾਰ? ਕਹਿੰਦਾ ਮੈਂ ਤਾਂ ਕਿਸੇ ਨੂੰ ਨਹੀਂ ਕੁਛ ਕਰਿਆ। ਕਹਿੰਦਾ ਤੂੰ ਤਾਂ ਮੂਰਖ। ਛੋਟੇ ਨੂੰ ਕਹਿੰਦਾ ਤੂੰ ਜਾ। ਕਹਿੰਦਾ ਮੈਂ ਕੀ ਕਹੂੰ? ਕਹਿੰਦਾ ਤਾਂ ਉੱਥੇ ਕਿਤਾਬ 'ਚ ਲਿਖਿਆ ਹੁੰਦਾ ਵੀ ਕੀ ਕਹਿਣਾ, ਲੋਕਾਂ ਦੇ ਵਚਨ ਸੁਣ ਲਈਦੇ ਨੇ, ਜਿਹੋ ਜਿਹੇ ਕਰਦੇ ਹੋਣ ਉਹੋ ਜਿਹੇ ਆਪ ਕਰ ਲਈਦੇ ਨੇ। ਉਹ ਚਲਿਆ ਗਿਆ ਤਾਂ ਉਹਨਾਂ ਦੇ ਦੁਸ਼ਮਣ ਖੜ੍ਹੇ ਸੀ, ਉਹ ਇਕੱਠੇ ਹੋਏ ਗੱਲਾਂ ਕਰਦੇ ਸੀ, ਕਹਿੰਦੇ ਬੜਾ ਚੰਗਾ ਹੋ ਗਿਆ, ਇਹਨੂੰ ਸਵਾਦ ਆ ਗਿਆ, ਹੁਣ ਟੈਲਾ ਹੋਇਆ ਇਹ, ਹੁਣ ਲੱਗੂ ਇਹਨਾਂ ਨੂੰ ਪਤਾ, ਬਹੁਤ ਵਧੀਆ ਹੋ ਗਿਆ, ਮਰ ਗਿਆ। ਕਹਿੰਦੇ ਮੈਂ ਤਾਂ ਰੱਜ ਕੇ ਰੋਟੀ ਖਾਧੀ ਆ, ਕੋਈ ਕੁਛ ਕਹੇ ਕੋਈ ਕੁਛ ਕਹੇ, ਇਹਨੇ ਇਕੱਠ ਕਰ ਲਏ। ਉੱਥੇ ਬਹੁਤ ਸਾਰੀਆਂ ਮਕਾਨਾਂ ਆਈਆਂ ਸੀ, ਇਹਨੇ ਕਿਹਾ ਵੀ ਕਿਤੇ ਮੈਂ ਅੱਖਰ ਨਾ ਭੁੱਲ ਜਾਵਾਂ, ਪਹਿਲਾਂ ਹੀ ਖੜ੍ਹਾ ਹੋ ਗਿਆ। ਕਹਿੰਦਾ ਲਓ ਵੀ ਭਰਾਵੋ ਮੇਰੀ ਵੀ ਸੁਣ ਲਓ। ਕਹਿੰਦੇ ਬਹੁਤ ਹੀ ਚੰਗਾ ਹੋਇਆ, ਇਹਦਾ ਫਾਹਾ ਵੱਢ ਹੋਇਆ, ਮਰ ਗਿਆ। ਕਹਿੰਦਾ ਇਹ ਕਹਿੰਦਾ ਮੈਂ ਤਾਂ ਰੱਜ ਕੇ ਰੋਟੀ ਖਾਧੀ ਹੈ, ਵੀ ਇਹ ਮਰਿਆ ਅਤੇ ਸੰਸਾਰ ਕਹਿੰਦੇ ਪਿੰਡ ਸੁਖੀ ਵਸੇਗਾ, ਪੂਰੀਆਂ ਹੀ ਗੱਲਾਂ ਕਹਿ ਦਿੱਤੀਆਂ। ਉਹ ਉੱਠ ਕੇ ਉਹਨਾਂ ਨੇ ਕੁੱਟਿਆ, ਵਾਪਸ ਆ ਗਿਆ ਪਿਓ ਦੇ ਕੋਲ। ਕਹਿੰਦਾ ਕੀ ਗੱਲ? ਕਹਿੰਦਾ ਮੈਨੂੰ ਤਾਂ ਮਾਰਿਆ। ਕਹਿੰਦਾ ਤੈਨੂੰ ਕਿਉਂ ਮਾਰਿਆ? ਕਹਿੰਦਾ ਮੈਂ ਜਿਵੇਂ ਤੈਂ ਕਿਹਾ ਸੀ ਮੈਂ ਕਿਹਾ, ਉਹਨਾਂ ਨੇ ਕੁੱਟਿਆ। ਕਹਿੰਦੇ ਕੀ ਕਿਹਾ ਸੀ? ਕਹਿੰਦਾ ਤੈਂ ਕਿਹਾ ਸੀ ਵੀ ਜਿਵੇਂ ਲੋਕ ਕਹਿੰਦੇ ਹੁਣ ਕਹੀ। ਕਹਿੰਦਾ ਉੱਥੇ ਬੰਦੇ ਖੜ੍ਹੇ ਕਹਿੰਦੇ ਸੀ, ਮੈਂ ਵੀ ਉਹੀ ਗੱਲ ਕਹਿਤੀ, ਸਾਰੀ ਗੱਲ ਦੱਸਤੀ ਪਿਓ ਨੂੰ। ਕਹਿੰਦਾ ਤੂੰ ਤਾਂ ਪਹਿਲੇ ਨਾਲੋਂ ਵੀ ਜ਼ਿਆਦਾ ਮੂਰਖ, ਮੈਨੂੰ ਇਹ ਜਾਣਾ ਪਿਆ। ਉੱਥੇ ਚਲਿਆ ਗਿਆ, ਨੇੜੇ ਦਾ ਪਿੰਡ ਸੀ, ਅਜੇ ਮਕਾਨਾਂ ਸਾਰੀਆਂ ਹੀ ਬੈਠੀਆਂ ਸੀ, ਹੱਥ ਜੋੜ ਕੇ ਕਹਿੰਦਾ ਲਓ ਬਈ ਭਰਾਵੋ ਮੈਂ ਤਾਂ ਆਇਆ ਮਾਫ਼ੀ ਲੈਣ। ਕਹਿੰਦਾ ਮੇਰਾ ਪਹਿਲਾ ਮੁੰਡਾ ਆਇਆ ਬੋਲਿਆ ਹੀ ਨਹੀਂ, ਦੂਜਾ ਆਇਆ ਕਹਿੰਦਾ ਉਹ ਤੁਹਾਨੂੰ ਸਭ ਨੂੰ ਪਤਾ ਹੈ, ਅਤੇ ਕੁੱਟ ਖਾ ਕੇ ਗਿਆ। ਕਹਿੰਦਾ ਦੇਖਿਓ ਸਾਡੇ ਨਾਲ ਨਾਰਾਜ਼ੀ ਨਾ ਕੋਈ ਕਰਿਓ, ਪਿਛਲੀ ਗੱਲ ਤਾਂ ਜਾਣ ਦਿਓ, ਹੁਣ ਜਾਂ ਤੁਹਾਡਾ ਕੋਈ ਮਰਿਆ ਤਾਂ ਮੈਂ ਆਇਆ ਕਰੂੰਗਾ। ਕਹਿੰਦਾ ਮਹਾਰਾਜ ਉਦਣ ਦੇ ਸਾਨੂੰ ਮੂਰਖੇ ਕਹਿਣ ਲੱਗ,
ਸੋ ਰਾਜੇ ਦੀ ਇੰਟਰਵਿਊ ਲੈਣ ਲੱਗ ਗਏ, ਕਹਿੰਦੇ ਮਹਾਰਾਜ ਤੁਸੀਂ ਵੀ ਦੱਸੋ। ਰਾਜਾ ਹੋ ਗਿਆ ਬਿਮਾਰ, ਹਕੀਮਾਂ ਨੇ ਵੈਦਾਂ ਨੇ ਕਹਿਤਾ ਵੀ ਇਹ ਤਾਂ ਬਚ ਨਹੀਂ ਸਕਦਾ ਕਿਸੇ ਤਰ੍ਹਾਂ ਨਾਲ, ਇਹਦਾ ਜੋ ਸਮਾਨ ਪ੍ਰਾਣ ਦੀ ਗੰਢ ਸੀ ਉਹ ਖੁੱਲ੍ਹ ਗਈ, ਕੁਛ ਮਿੰਟਾਂ ਦਾ ਪ੍ਰਾਹੁਣਾ ਹੈ, ਗੱਲ ਕਰ ਲਓ। ਕਹਿਣ ਲੱਗੇ ਮਹਾਰਾਜ ਤੁਹਾਡਾ ਨਹੀਂ ਅਸੀਂ ਲਿਆ। ਕਹਿੰਦਾ ਮੈਂ ਤਾਂ ਜਾ ਰਿਹਾ। ਕਹਿੰਦੇ ਕਿੱਥੇ ਜਾ ਰਿਹਾ? ਕਹਿੰਦੇ ਐਂ ਤਾਂ ਮੈਨੂੰ ਪਤਾ ਨਹੀਂ। ਕਹਿੰਦੇ ਫਿਰ ਤੁਹਾਡੇ ਨਾਲ ਕੋਈ ਫੌਜ ਵੀ ਜਾ ਰਹੀ ਹੈ? ਕਹਿੰਦੇ ਨਹੀਂ। ਰਾਣੀਆਂ? ਕਹਿੰਦੇ ਇਹ ਵੀ ਨਹੀਂ। ਕਹਿੰਦੇ ਆ ਜਿਹੜੇ ਸੋਹਣੇ ਸੋਹਣੇ ਵਸਤਰ ਨੇ, ਸੋਨੇ ਚਾਂਦੀ ਦੇ ਅੰਬਾਰ ਲਾਏ ਨੇ, ਇਹਨਾਂ 'ਚੋਂ ਕੋਈ ਚੀਜ਼ ਨਾਲ ਜਾਊ? ਕਹਿੰਦੇ ਨਹੀਂ। ਤੁਹਾਡੇ ਨਾਲ ਫਿਰ ਤੁਹਾਡੇ ਇਹ ਵਸਤਰ ਜਾਣਗੇ, ਮੋਤੀਆਂ ਦੀਆਂ ਮਾਲਾ? ਕਹਿੰਦਾ ਨਹੀਂ। ਕਹਿੰਦੇ ਫਿਰ ਕੋਈ ਚੀਜ਼ ਤੁਹਾਡੇ ਨਾਲ ਵੀ ਜਾਊਗੀ, ਨਾਲ ਲੈ ਕੇ ਜਾਓਗੇ? ਕਹਿੰਦੇ ਨਾ, ਮੈਂ ਤਾਂ ਸਰੀਰ ਵੀ ਨਹੀਂ ਨਾਲ ਲੈ ਕੇ ਜਾਣਾ। ਕਹਿਣ ਲੱਗੇ ਫਿਰ ਮਹਾਰਾਜ ਤੁਸੀਂ ਉਹ ਫੜ ਲਓ, ਇਹ ਖੁੰਡੀ। ਤੁਸੀਂ ਸਾਰੀ ਜ਼ਿੰਦਗੀ ਕਿੰਨੀ ਲਾਈ ਹੈ, ਕਿੰਨੀਆਂ ਲੜਾਈਆਂ, ਝਗੜੇ, ਫਸਾਦ, ਕਿੰਨਾ ਕਲਾ ਕਲੇਸ਼ ਕਰਿਆ ਵੀ ਰਾਜ ਵਧਾਉਣ ਵਾਸਤੇ, ਜਦ ਨਾਲੇ ਕੁਛ ਨਹੀਂ ਜਾਣਾ, ਫਿਰ ਇਹ ਕਾਹਦੇ ਵਾਸਤੇ ਖਫੇ ਤੁਸੀਂ? ਸੋ ਕਹਿੰਦੇ ਵੀ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਇਹ ਮੂਰਖ ਹੁੰਦਾ। ਲੇਕਿਨ ਮਹਾਰਾਜ ਦੀ ਡੈਫੀਨੇਸ਼ਨ ਨਹੀਂ ਹੈ, ਮਹਾਰਾਜ ਦੀ ਡੈਫੀਨੇਸ਼ਨ ਹੈ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਜਿਹੜਾ ਨਾਮ 'ਤੇ ਵਿਸ਼ਵਾਸ ਨਹੀਂ ਲਿਆਉਂਦਾ ਸੰਸਾਰ ਦੇ ਅੰਦਰ, ਉਹ ਕਹਿੰਦੇ ਹੀ ਦੇ ਫੂਲ, ਫੂਲਦਾਨ ਦਾ ਵੀ ਜਿਹੜਾ ਬੇਵਕੂਫਾਂ ਦਾ ਵੀ ਜੋ ਪ੍ਰਧਾਨ ਮੂਰਖ ਹੈ, ਕਹਿੰਦੇ ਉਹ ਹੋਇਆ ਕਰਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਹਰ ਗੁਣ ਕਾਹੇ ਨਾ ਗਾਵੇ, ਮੂਰਖ ਗਿਆਨਾ ਝੂਠੇ ਲਾਲਚ ਲਾ ਕੇ ਨਹੀਂ ਮਰਨ ਪਛਾਣ। ਸੰਸਾਰ ਤੋਂ ਜਾਣਾ ਹੈ ਲੇਕਿਨ ਝੂਠੇ ਲਾਲਚਾਂ ਕਰਕੇ ਮਰਨਾ ਭੁੱਲਿਆ ਹੋਇਆ। ਅਟਲ ਸੱਚਾਈ ਜੋ ਆਦਮੀ ਦੇ ਸਾਹਮਣੇ ਆ ਉਹਨੂੰ ਹਰ ਵਕਤ ਭੁੱਲਿਆ ਰਹਿੰਦਾ। ਦੂਸਰਾ ਇਹਨੂੰ ਭੁੱਲਿਆ ਰਹਿੰਦਾ ਹੈ ਨਾਮ ਦੀ ਮਹਿਮਾ, ਬਈ ਨਾਮ ਕੀ ਕਰ ਸਕਦਾ ਇਹਦਾ, ਇਹਨੂੰ ਵਿਸ਼ਵਾਸ ਆਉਂਦਾ ਹੀ ਨਹੀਂ ਨਾਮ 'ਤੇ, 1% ਵੀ ਨਹੀਂ ਆਉਂਦਾ। 1% ਦੇ ਵਿੱਚੋਂ ਫਿਰ 100 ਹਿੱਸੇ ਬਣਾ ਲਈਏ, ਉਹ ਵੀ ਨਹੀਂ ਆਉਂਦਾ। 0.001 ਵੀ ਨਹੀਂ ਆਉਂਦਾ। ਜੇ ਕਹਿ ਦਈਏ 0.00001, ਇੰਨਾ ਵੀ ਵਿਸ਼ਵਾਸ ਕਿਸੇ ਬਿਰਲੇ ਨੂੰ ਆਉਂਦਾ ਨਾਮ ਦਾ। ਹਾਲਾਂਕਿ ਮਹਾਰਾਜ ਫਰਮਾਨ ਕਰਦੇ ਆ ਕਿ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਲੇਕਿਨ ਸਮਝਦਾ ਸੰਸਾਰ ਅਮੋਲ, ਗੱਪਾਂ 'ਚ ਵਕਤ ਗੁਜ਼ਾਰ ਦਿੰਦਾ, ਇੱਧਰਲੀਆਂ ਉੱਧਰਲੀਆਂ ਗੱਲਾਂ ਸਮਾਂ ਗੁਜ਼ਾਰ ਦਿੰਦਾ, ਫਿਕਰਾਂ 'ਚ, ਕਲਪਨਾ 'ਚ, ਪਤਾ ਹੀ ਨਹੀਂ ਕੀ ਇਹਦੇ ਦਿਮਾਗ 'ਚ ਚੱਲਦਾ ਹੈ ਚੱਕਰ, ਉਹਦੇ 'ਚ ਸਮਾਂ ਗੁਜ਼ਾਰਦਾ। ਸੋ ਇਹਦਾ ਵਿਸ਼ਵਾਸ ਨਹੀਂ ਹੈ ਨਾਮ 'ਤੇ, ਜੇ ਵਿਸ਼ਵਾਸ ਹੋਵੇ ਤਾਂ 1 ਸਕਿੰਟ ਵੀ ਨਾ ਜਾਇਆ ਕਰੇ। ਤੀਸਰਾ ਨਹੀਂ ਵਿਸ਼ਵਾਸ ਹੁੰਦਾ ਵਾਹਿਗੁਰੂ 'ਤੇ। ਵਾਹਿਗੁਰੂ ਜਿਹੜਾ ਹੈ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵਾਨ, ਧਰਨ ਮਾਏ ਆਕਾਸ਼ ਪਿਆ, ਆਕਾਸ਼ ਵਿੱਚ, ਅਸਮਾਨ ਵਿੱਚ, ਧਰਤੀ ਵਿੱਚ, ਹਰ ਥਾਂ ਦੇ ਉੱਤੇ ਪਰਮੇਸ਼ਰ ਹੈ। ਪੌਣ ਪਾਣੀ ਬੈਸੰਤਰ ਮਾਏ, ਚਾਰ ਘੁੰਟ ਦੈ ਦਿਸੇ, ਫਿਰ ਸਾਰੇ ਥਾਂ ਹੈ, ਤਿਸਤੇ ਭਿੰਨ ਨਾ ਹੀ ਕੋ ਥਾਂ, ਕੋਈ ਥਾਂ ਨਹੀਂ ਜਿੱਥੇ ਵਾਹਿਗੁਰੂ ਨਾ ਹੋਵੇ। ਲੇਕਿਨ ਇਹਨੂੰ ਸਾਰੀ ਜ਼ਿੰਦਗੀ ਵਿਸ਼ਵਾਸ ਨਹੀਂ ਆਉਂਦਾ, ਅਤੇ ਵਾਹਿਗੁਰੂ ਨੂੰ ਐਂ ਸਮਝਦਾ ਵੀ ਮੇਰੀ ਪਹੁੰਚ ਤੋਂ ਪਰੇ ਪਤਾ ਨਹੀਂ ਕਿਤੇ 7ਵੇਂ 10ਵੇਂ 50ਵੇਂ 100ਵੇਂ ਅਸਮਾਨ 'ਤੇ ਰਹਿੰਦਾ। ਇਹ ਵੀ ਨਹੀਂ ਮੰਨਦਾ ਵੀ ਉਹ ਰਹਿੰਦਾ ਵੀ ਹੈ। ਕਦੇ ਕਦੇ ਯਾਦ ਆਉਂਦਾ ਹੈ ਸਤਸੰਗ 'ਚ ਆ ਕੇ, ਨਹੀਂ ਆਦਮੀ ਦੇ ਹਰ ਵਕਤ ਵਾਹਿਗੁਰੂ ਭੁੱਲਿਆ ਰਹਿੰਦਾ। ਮਹਾਰਾਜ ਕਹਿੰਦੇ ਵਾਹਿਗੁਰੂ ਤੇਰੇ ਨਾਲ ਹੈ, ਜਿਵੇਂ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ। ਇਹ ਜਿੰਨਾ ਕੁਛ ਨਜ਼ਰ ਆਉਂਦਾ, ਧਰਤੀਆਂ, ਚੰਦ, ਸੂਰਜ, ਤਾਰੇ, ਦਰਖਤ, ਆਦਮੀ, ਇਹ ਸਾਰੇ ਨਾਮ ਦੇ ਆਧਾਰ 'ਤੇ ਨੇ। ਜੇ ਨਾਮ ਨਾ ਹੋਵੇ, ਵਾਹਿਗੁਰੂ ਨਾ ਹੋਵੇ, ਤਾਂ ਆਧਾਰ ਨਾ ਹੋਣ ਕਰਕੇ ਇਹ ਕੋਈ ਚੀਜ਼ ਵੀ ਨਾ ਹੋਵੇ। ਉਹਦੇ ਆਧਾਰ 'ਤੇ, ਉਹਦੇ ਵਿੱਚੋਂ ਪੈਦਾ ਹੋਏ ਨੇ, ਉਹਦੇ ਵਿੱਚ ਲੀਨ ਹੋ ਜਾਣਾ। ਲੇਕਿਨ ਆਹੀ ਗੱਲ ਨਹੀਂ ਆਦਮੀ ਦੇ ਸਮਝ 'ਚ ਆਉਂਦੀ। ਸੋ ਇਸ ਤਰ੍ਹਾਂ ਭੁੱਲਿਆ ਰਹਿੰਦਾ। ਹਰਗੁਣ ਕਾਹੇ ਨਾ ਗਾਵੇ, ਮੂਰਖ ਗਿਆਨਾ ਝੂਠੇ ਲਾਲਚ ਲਾ ਕੇ ਨਹੀਂ ਮਰਨ ਪਛਾਣਾ। ਅਜੋ ਕੁਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ। ਅਜੇ ਵੀ ਤੇਰਾ ਕੁਛ ਨਹੀਂ ਵਿਗੜਿਆ, ਜੇ ਪ੍ਰਭੂ ਦੇ ਗੁਣ ਗਾਵੇ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾ। ਸੋ ਇਸ ਕਰਕੇ ਪ੍ਰਮਾਣ ਕਰਦੇ ਹਾਂ ਕਿ ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਜੋ ਪ੍ਰਾਣ ਜਾਏਗੇ। ਪਰ ਇਹਦੇ ਵਿੱਚ ਐਸਾ ਮਹਾਤਮਾ ਦਾ ਅਨੁਭਵ ਹੈ ਕਿ ਇਹ ਲੂਣੀ ਸਿਲ ਚਟਣੀ ਹੁੰਦੀ ਹੈ ਪਹਿਲਾਂ, ਕਿਉਂਕਿ ਮਨ ਦੇ ਜਿਹੜੇ ਵੇਗ ਨੇ ਬਾਹਰ ਗਏ ਹੁੰਦੇ ਨੇ, ਇਹ ਅੰਦਰ ਨੂੰ ਮੁੜਦਾ ਨਹੀਂ, ਆਪਣੇ ਘਰ ਵਿੱਚ ਨਹੀਂ ਆਉਂਦਾ। ਜਦ ਤੱਕ ਇਹ ਅੰਦਰ ਨਹੀਂ ਆਉਂਦਾ, ਇਹਨੂੰ ਰਸ ਨਹੀਂ ਆਉਂਦਾ। ਸੋ ਜਿੰਨੀ ਦੇਰ ਤੱਕ ਇਹਨੂੰ ਇਹ ਸੋਝੀ ਨਹੀਂ ਪੈਂਦੀ, ਨਾਮ ਦੇ ਨਾਲ ਇਹਦਾ ਕੰਟੈਕਟ ਨਹੀਂ ਜੁੜਦਾ, ਉਨੀ ਦੇਰ ਤੱਕ ਇਹ ਭਟਕਦਾ ਫਿਰਦਾ।
ਸੋ ਬੜੇ ਬੜੇ ਯਤਨ ਨਾਮ ਜਪਣ ਵਾਲੇ ਕਰਦੇ ਨੇ, ਲੇਕਿਨ ਕੋਈ ਉਹ ਹੈ ਜੋ ਕਿਨਾਰੇ ਪਹੁੰਚਦਾ। ਕਾਰਨ ਇਹ ਹੈ ਕਿ ਉਹਨੂੰ ਪੂਰੀ ਵਿਧੀ ਦਾ ਪਤਾ ਨਹੀਂ ਹੈ, ਜੋ ਵਿਧੀਆਂ ਹੁੰਦੀਆਂ ਉਹਨੂੰ ਜਾਣਦਾ ਨਹੀਂ। ਪਿਛਲੀਆਂ ਦੋ ਫਿਲਮਾਂ 'ਚ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਮਾਤਾ ਜੀਤੋ ਜੀ ਇੱਕ ਦਿਨ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਪਾਸ ਪਹੁੰਚੇ ਅਤੇ ਆਪਨੇ ਜਾ ਕੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਪਾਤਸ਼ਾਹ ਆਪ ਕਿਰਪਾ ਕਰਕੇ ਇਹ ਦ੍ਰਿੜ ਕਰਾਓ ਕਿ ਨਾਮ ਕਿਵੇਂ ਜਪਿਆ ਜਾਂਦਾ, ਕਿਸ ਤਰ੍ਹਾਂ ਦੇ ਨਾਲ ਬੜੇ ਬੜੇ ਅਵਸਥਾ ਪ੍ਰਾਪਤ ਹੁੰਦੀਆਂ। ਕਿਉਂਕਿ ਅਸੀਂ ਸਤਸੰਗ 'ਚੋਂ ਸੁਣਦੇ ਹਾਂ ਕਿ ਜਦੋਂ ਮਨ ਦੀ ਇਕਾਗਰਤਾ ਹੁੰਦੀ ਹੈ ਉਸ ਵੇਲੇ ਅੰਦਰਲੀਆਂ ਸ਼ਕਤੀਆਂ ਪ੍ਰਗਟ ਹੋ ਜਾਂਦੀਆਂ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਹਰ ਹਿਰਦੇ ਸਦਾ ਵਸਾਏ, ਇਸ ਤੋਂ ਵੀ ਅੱਗੇ ਅਗੰਮ ਦੀ ਬਾਤ ਦਾ ਪਤਾ ਚੱਲ ਜਾਂਦਾ ਅਤੇ ਕਪਾਟ ਖੁੱਲ੍ਹ ਜਾਂਦੇ ਨੇ। ਆਉਣ ਵਾਲੀਆਂ ਗੱਲਾਂ, ਲੰਘ ਚੁੱਕੀਆਂ ਗੱਲਾਂ, ਪਿਛਲੇ ਜਨਮ, ਆਉਣ ਵਾਲੇ ਜਨਮ, ਸਭ ਦਾ ਗਿਆਨ ਹੋ ਜਾਂਦਾ। ਕਿਰਪਾ ਕਰਕੇ ਆਪ ਫਰਮਾਨ ਕਰੋ ਕਿ ਕਿਸ ਤਰ੍ਹਾਂ ਦੇ ਨਾਲ ਨਾਮ ਜਪੇ। ਸੋ ਮਹਾਰਾਜ ਜੀ ਨੇ ਉਸ ਵੇਲੇ ਦੱਸਿਆ ਕਿ ਨਾਮ ਦੀਆਂ ਕੁਛ ਰਹਿਤਾਂ ਹੁੰਦੀਆਂ, ਜਦ ਥਾਈਂ ਆਦਮੀ ਨਾਮ ਜਪਣ ਦੀਆਂ ਰਹਿਤਾਂ ਨਹੀਂ ਰੱਖਦਾ ਉਨੀ ਦੇਰ ਤੱਕ ਨਾਮ ਦੇ ਵਿੱਚ ਫਲੀਭੂਤ ਨਹੀਂ ਹੋਇਆ ਕਰਦਾ। ਚੜ੍ਹਾਈ ਨਹੀਂ ਹੁੰਦੀ ਹੈ, ਉੱਥੇ ਹੀ ਖੜ੍ਹਾ ਰਹਿੰਦਾ। ਜਿਸ ਤਰ੍ਹਾਂ ਕੋਹਲੂ ਦਾ ਬੈਲ ਘੁੰਮਦਾ ਰਹਿੰਦਾ ਘੁੰਮਦਾ ਰਹਿੰਦਾ, ਖੋਪੇ ਲਾ ਦਿਉ ਫਿਰ ਪੈਰ 'ਚ ਖੜ੍ਹਾ ਹੁੰਦਾ। ਇਸੇ ਤਰ੍ਹਾਂ ਰਹਿਤਾਂ ਤੋਂ ਬਗੈਰ, ਸਾਵਧਾਨੀਆਂ ਤੋਂ ਬਗੈਰ ਨਾਮ ਵਿੱਚ ਜੀਵ ਤਰੱਕੀ ਨਹੀਂ ਕਰਦਾ। ਸੋ ਉਹਦੇ ਬਾਰੇ ਪਹਿਲਾਂ ਵਿਚਾਰ ਹੋਈ ਸੀ। ਪਹਿਲਾਂ ਤਾਂ ਵਾਹਿਗੁਰੂ 'ਤੇ ਅਟੱਲ ਵਿਸ਼ਵਾਸ ਹੋਣਾ ਚਾਹੀਦਾ। ਦੂਸਰੀ ਬਾਤ ਇਹ ਸੀ ਕਿ ਗੁਰੂ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ। ਜਿਸ ਕਹਿ ਮਨ ਗੁਰ ਕੀ ਪ੍ਰਤੀ, ਜਾਂ ਕਹਿ ਮਨ ਗੁਰ ਕੀ ਪ੍ਰਤੀ, ਤਿਸ ਜਾਂ ਨਾਮ ਹੈ ਹਰ ਪ੍ਰਭ ਜੀ। ਤੀਸਰੀ ਬਾਤ ਇਹ ਸੀ ਕਿ ਨਾਮ ਦੀ ਮਹਿਮਾ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ। ਚੌਥੀ ਇਹ ਵਿਚਾਰ ਕਰੀ ਸੀ ਕਿ ਜੋ ਗੁਰਮੰਤਰ ਮਿਲ ਗਿਆ ਉਹਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ। ਸੋ ਇਸ ਤੋਂ ਬਾਅਦ ਮਹਾਰਾਜ ਜੀ ਕਹਿਣ ਲੱਗੇ ਕਿ ਜੋ ਕੁਛ ਬਾਣੀ ਕਹਿੰਦੀ ਹੈ ਉਹਦੇ 'ਤੇ ਵਿਸ਼ਵਾਸ ਹੋਣਾ ਚਾਹੀਦਾ। ਵੀ ਬਾਣੀ ਜੋ ਕਹਿ ਰਹੀ ਹੈ ਇਹ ਪ੍ਰਭੂ ਦਾ ਫਰਮਾਨ ਹੈ, ਇਹਦੇ ਅਗਰ ਮਗਰ ਕਰਕੇ ਅਰਥ ਨਾ ਕਰੇ, ਜੋ ਕੁਛ ਸਹੀ ਹੈ ਉਸੇ ਤਰ੍ਹਾਂ ਮੰਨੇ ਉਸਨੂੰ, ਕਿਉਂਕਿ ਇਲਹਾਮ ਹੈ ਸਾਰਾ। ਕੋਈ ਕਵੀ ਦੀ ਕਵਿਤਾ ਨਹੀਂ ਹੈ, ਇਲਹਾਮ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀ। ਇਹ ਤੁਰਕੀ ਬਾਣੀ ਆਈ, ਇਹ ਤਾਂ ਦਰਗਾਹ ਤੋਂ ਇਲਹਾਮ ਆ ਰਹੇ, ਇਹਦੇ ਵਿੱਚ ਕੋਈ ਕਿੰਤੂ, ਕੋਈ ਅਗਰ ਮਗਰ, ਇਹੋ ਜਿਹੀਆਂ ਗੱਲਾਂ ਤਾਂ ਹੈ ਹੀ ਨਹੀਂ, ਇਹ ਤਾਂ ਐਜ਼ ਇਟ ਇਜ਼ ਮੰਨਣੀ ਪੈਂਦੀ ਹੈ। ਸੋ ਬਾਣੀ 'ਤੇ ਵਿਸ਼ਵਾਸ ਨਾ ਹੋਣ ਕਰਕੇ ਅਤੇ ਅਗਲਾ ਇਹ ਹੁੰਦਾ ਕਿ ਸੁਣ ਤਾਂ ਲੈਂਦਾ ਲੇਕਿਨ ਉਸ ਦੇ ਮੁਤਾਬਕ ਆਪਣਾ ਜੀਵਨ ਨਹੀਂ ਢਾਲਦਾ। ਸੋ ਇਹ ਰਹਿਤਾਂ ਨੇ, ਜਦ ਥਾਈ ਆਦਮੀ ਇਹ ਰਹਿਤਾਂ ਦੇ ਵਿੱਚ ਪ੍ਰਵੱਕ ਨਹੀਂ ਹੁੰਦਾ ਉਨੀ ਦੇਰ ਤੱਕ ਨਾਮ 'ਚ ਨਹੀਂ ਚੱਲਦਾ। ਸੋ ਆਪਨੇ ਫਰਮਾਨ ਕੀਤਾ ਕਿ ਆਦਮੀ ਦੇ ਅੰਦਰ ਕੁਛ ਨੈਗੇਟਿਵ ਫੋਰਸਿਸ ਰਹਿੰਦੀਆਂ ਨੇ, ਟਾਹੂ ਸ਼ਕਤੀਆਂ ਨੇ ਇਹਦੇ ਅੰਦਰ, ਅਸਰੀ ਸ਼ਕਤੀਆਂ ਨੇ, ਉਹ ਆਪਣਾ ਬਲ ਪਾਉਂਦੀਆਂ ਨੇ, ਬਲ ਪਾ ਕੇ ਨਾਮ ਵੱਲ ਨੂੰ ਜਾਣ ਨਹੀਂ ਦਿੰਦੀਆਂ। ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਨੇ ਜਿਸ ਤਰ੍ਹਾਂ ਨਿੰਦਿਆ ਹੈ, ਨਿੰਦਿਆ ਸਹਿ ਸੁਭਾਅ ਬੰਦਾ ਕਰਦਾ, ਲੇਕਿਨ ਇਹਦੇ ਬੜੇ ਦੂਰ ਰਸ ਨਤੀਜੇ ਨੇ ਅਤੇ ਬਹੁਤ ਭਿਆਨਕ ਰਿਜ਼ਲਟ ਨਿਕਲਦੇ ਨੇ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁੱਖ ਮੁਗਧ ਕਰਨ, ਮੂੰਹ ਕਾਲੇ ਅਤੇ ਨਾ ਨਿੰਦਗਾ, ਨਰਕੇ ਕੋਰ ਪੂਆ। ਕਹਿੰਦੇ ਇੰਨਾ ਮਾੜਾ ਫਲ ਨਿਕਲਦਾ ਹੈ ਕਿ ਨਰਕਾਂ ਦੇ ਵਿੱਚ ਵਾਸਾ ਹੋ ਜਾਇਆ ਕਰਨਾ। ਨਿੰਦਾ ਭਲੀ ਕਿਸੇ ਦੀ ਨਾਹੀਂ, ਮਨਮੁੱਖ
ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਾ ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਕੋਰ ਪਵਾ ਦੂਸਰੇ ਦਾ ਔਗੁਣ ਚਿਤਾਰਨਾ ਫਿਰ ਉਹਨੂੰ ਨਸ਼ਰ ਕਰਨਾ ਅਤੇ ਫਿਰ ਉਹਦੇ ਵਿੱਚੋਂ ਆਨੰਦ ਪਾਲਣਾ ਇਹ ਨਿੰਦਿਆ ਹੋਇਆ ਕਰਦੀ ਹੈ ਈਰਖਾ ਦੇ ਵਿੱਚੋਂ ਜਨਮ ਲੈਂਦੀ ਹੈ ਸੋ ਈਰਖਾ ਹੋਵੇ ਨਿੰਦਿਆ ਹੋਵੇ ਦੋਏ ਬੁਰੀਆਂ ਚੀਜ਼ਾਂ ਨੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਮਹਾਰਾਜ ਕਹਿੰਦੇ ਜਿਹਦੇ ਅੰਦਰ ਈਰਖਾ ਹੈ ਉਹਦਾ ਭਲਾ ਨਹੀਂ ਹੋਇਆ ਕਰਦਾ ਈਰਖਾ ਵਾਲਾ ਵੀ ਬਹੁਤ ਹੱਦ ਤੱਕ ਚਲਿਆ ਜਾਂਦਾ ਦੂਸਰੇ ਨੂੰ ਮਰਵਾਉਣ ਤੱਕ ਜਾਂਦਾ ਨੁਕਸਾਨ ਕਰਨ ਜਾਂਦਾ ਬੱਚਿਆਂ ਦਾ ਨੁਕਸਾਨ ਕਰਦਾ ਕਰਦਾ ਨੁਕਸਾਨ ਕਰਦਾ ਆਹ ਜਿਹੜੇ ਯੰਤਰਾਂ ਮੰਤਰਾਂ ਵਾਲੇ ਨੇ ਮੰਤਰ ਮੁੰਤਰ ਕਰਾ ਕੇ ਤੰਗ ਕਰਦੇ ਨੇ ਸਿੱਟ ਦਿੰਦੇ ਨੇ ਬਹੁਤ ਪਰੇਸ਼ਾਨੀਆਂ ਪੈਦਾ ਕਰਦੇ ਈਰਖਾ ਪਹਿਲਾਂ ਜਨਮ ਲੈਂਦੀ ਹੈ ਫਿਰ ਨਿੰਦਿਆ ਲੈਂਦੀ ਹੈ ਸੋ ਇਸ ਤਰ੍ਹਾਂ ਭਿਆਨਕ ਨਤੀਜੇ ਇਹਨਾਂ ਦੇ ਨਿਕਲਦੇ ਨੇ ਪਰਮੇਸ਼ਰ ਦੇ ਨਾਲੋਂ ਟੁੱਟ ਜਾਂਦੇ ਭਗਤ ਤ੍ਰਿਲੋਚਨ ਜੀ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼ਬਦ ਹੈ ਅੰਤਕਾਲ ਜੋ ਲਛਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਲ ਵਲ ਉਤਰੈ ਆਪ ਜੀ ਭਗਤੀ ਕਰਦੇ ਸੀ ਬਹੁਤ ਬੰਦਗੀ ਕਰੀ ਅਤੇ ਕਈ ਵਾਰੀ ਮਹਾਂਪੁਰਸ਼ਾਂ ਕੋਲ ਜਾ ਕੇ ਵਚਨ ਕਰਨੇ ਨਾਮਦੇਵ ਜੀ ਆਦਿ ਕੋਲ ਕਿ ਮੈਨੂੰ ਅਜੇ ਪਰਮੇਸ਼ੁਰ ਦੇ ਦਰਸ਼ਨ ਨਹੀਂ ਹੋਏ ਜਾਂ ਤਾਂ ਮੇਰੀ ਭਗਤੀ 'ਚ ਕੋਈ ਕਸਰ ਹੈ ਤੁਸੀਂ ਦਰਸ਼ਨ ਕਰਦੇ ਹੋ ਤੁਸੀਂ ਕਦੇ ਨਾ ਕਦੇ ਮੇਰੀ ਸਿਫਾਰਿਸ਼ ਕਰੇ ਅਤੇ ਇਸ ਤਰ੍ਹਾਂ ਕਰਦੇ ਕਰਦੇ ਵਡੇਰੀ ਉਮਰ ਹੋ ਗਈ ਸਾਧੂ ਮਹਾਤਮਾ ਆਉਂਦੇ ਨੇ ਅਤੇ ਵੱਡੀ ਉਮਰ ਹੋਣ ਕਰਕੇ ਹੁਣ ਸੇਵਾ ਨਹੀਂ ਹੁੰਦੀ ਅਤੇ ਘਰਵਾਲੀ ਉਹਨਾਂ ਦੀ ਭਾਵੇਂ ਉਹ ਵੀ ਬੰਦਗੀ ਕਰਦੀ ਹੈ ਸੇਵਾ ਕਰਦੀ ਹੈ ਪਰ ਉਹ ਥੋੜ੍ਹਾ ਦੋਸ਼ ਦਿੰਦੀ ਰਹਿੰਦੀ ਹੈ ਅਤੇ ਕਈ ਵਾਰੀ ਜਦ ਭਗਤ ਜੀ ਘਰ ਆ ਜਾਂਦੇ ਸੀ ਕਹਿਣ ਲੱਗੇ ਦੇਖੋ ਆਪਾਂ ਨਾਮ ਜਪਦੇ ਹਾਂ ਤੁਸੀਂ ਇਹ ਕਹਿੰਦੇ ਹੋ ਵੀ ਨਾਮ ਜਪਣ ਵਾਲਿਆਂ ਨੂੰ ਸਭ ਕੁਛ ਮਿਲ ਜਾਂਦਾ ਅਣਹੋਈਆਂ ਹੋਈਆਂ ਹੋ ਜਾਂਦੀਆਂ ਮੱਥੇ ਦੇ ਲੇਖ ਮਿਟ ਜਾਂਦੇ ਨੇ ਪਰ ਆਪਾਂ ਨੂੰ ਤਾਂ ਪਰਮੇਸ਼ੁਰ ਨੇ ਇੱਕ ਪੁੱਤਰ ਦੀ ਦਾਤ ਨਹੀਂ ਦਿੱਤੀ ਹੁਣ ਬੁੜੇ ਹੋ ਗਏ ਹਾਂ ਸਰੀਰ ਕੌਣ ਸੰਭਾਲੇਗਾ ਸਰੀਰਾਂ ਨੂੰ ਅਤੇ ਫਿਰ ਸਾਧੂ ਮਹਾਤਮਾ ਆਉਂਦੇ ਨੇ ਜੇ ਪੁੱਤਰ ਹੁੰਦਾ ਤਾਂ ਸੰਭਾਲ ਲਿਆ ਕਰਦਾ ਹੁਣ ਬਸਤਰ ਕੌਣ ਧੋਵੇ ਉਹਨਾਂ ਦੇ ਕੌਣ ਉਹਨਾਂ ਦੇ ਮੰਜੇ ਵਿਛਾਵੇ ਕੌਣ ਪ੍ਰਸ਼ਾਦੇ ਲਾਏ ਵੀ ਭਗਤੀ ਕਰਦੇ ਹਾਂ ਪਰਮੇਸ਼ੁਰ ਸੁਣਦਾ ਹੀ ਨਹੀਂ ਹੈ ਸਾਡੇ ਵਾਰ ਨੂੰ ਤਾਂ ਚੁੱਪ ਕਰਕੇ ਬੈਠਾ ਬਹੁਤ ਉਲਾਂਭੇ ਦੇਣੇ ਉਹਨੇ ਉਹ ਧੀਰ ਜਵਾਨ ਸੀਗੇ ਬਹੁਤ ਉਹਨਾਂ ਨੇ ਕਹਿਣਾ ਨਹੀਂ ਉਲਾਂਭੇ ਨਾ ਦੇ ਇਹ ਤਾਂ ਐਸਾ ਹੀ ਆ ਆਪਣਾ ਪਿਛਲੇ ਜਨਮਾਂ ਦਾ ਕੋਈ ਲੇਖ ਹੈ ਮਹਾਰਾਜ ਵੀ ਐਸਾ ਫਰਮਾਨ ਕਰਦੇ ਨੇ ਪਿਆਰੇ ਦੋਸ਼ ਨਾ ਕਿਸੇ ਨੂੰ ਦੇਵੀ ਦੋਸ਼ ਤੇਰਿਆਂ ਕਰਮਾਂ ਦਾ ਦੋਸ਼ ਨਾ ਕਿਸੇ
ਸੰਸਾਰ ਜੋ ਹੈ ਇਹ ਹੁਕਮ ਦੇ ਅਧੀਨ ਚੱਲ ਰਿਹਾ ਅਤੇ ਪਰਮੇਸ਼ੁਰ ਨੇ ਦਰਗਾਹ ਤੋਂ ਹਰੇਕ ਦੇ ਸੀਸ ਦੇ ਅੰਦਰ ਲੇਖ ਲਿਖੇ ਹੋਏ ਨੇ ਮਸਤਕ ਦੇ ਅੰਦਰ। ਮਿਲਣਾ ਵਿਛੜਨਾ, ਘਾਟੇ ਪੈਣੇ, ਵਾਧੇ ਪੈਣੇ, ਇੱਜ਼ਤ ਹੋਣੀ, ਬੇਇੱਜ਼ਤੀ ਹੋਣੀ, ਸੁਖੀ ਰਹਿਣਾ, ਦੁਖੀ ਰਹਿਣਾ, ਇਹ ਸਾਰਾ ਲੇਖ ਦੇ ਮੁਤਾਬਕ ਹੋਇਆ ਕਰਦਾ। ਇਹ ਤੁਰ ਦਰਗਾਹ ਦਾ ਲੇਖ ਹੁੰਦਾ ਵੀ ਜਦੋਂ ਲੇਖ ਨਹੀਂ ਹੈ ਫਿਰ ਆਪਣਾ ਇਹ ਮੰਨਣਾ ਹੀ ਮੰਗਣਾ ਹੀ ਫਜ਼ੂਲ ਹੈ। ਫਿਰ ਦੂਸਰਾ ਇਹ ਹੈ ਕਿ ਕੌਣ ਕਹਿੰਦਾ ਵੀ ਪੁੱਤਰ ਸੁਖ ਰੂਪ ਹੁੰਦਾ, ਉਹ ਦੁੱਖ ਰੂਪ ਬਹੁਤ ਜ਼ਿਆਦਾ ਹੁੰਦਾ ਹੈ। ਸੁਖ ਰੂਪ ਤਾਂ ਹੋਵੇ ਨਾ ਹੋਵੇ ਕੋਈ ਸਰਟਨ ਨਹੀਂ ਹੈ, ਪੈਦਾ ਹੁੰਦਾ ਹੈ। ਮਾਂ ਨੂੰ ਕਿੰਨਾ ਦੁੱਖ ਹੁੰਦਾ, ਪਾਲਦੀ ਹੈ, ਪੜੋਸਦੀ ਹੈ, ਬਿਮਾਰ ਹੋ ਜਾਵੇ ਜਾਨ ਨਿਕਲ ਜਾਂਦੀ ਹੈ, ਪ੍ਰਭੂ ਭਗਤੀ ਤੋਂ ਜਾਂਦੀ ਹੈ, ਉਹਦੇ ਧਿਆਨ 'ਚ ਕਿੰਨਾ ਟਾਈਮ ਵੇਸਟ ਕਰਦੀ ਹੈ, ਉਹਦੇ ਬਾਅਦ ਬੜਾ ਹੋ ਜਾਂਦਾ, ਪੜ੍ਹਾਈ ਲਿਖਾਈ ਦਾ ਫਿਕਰ ਪੈਂਦਾ, ਜੇ ਕਿਤੇ ਬਿਮਾਰ ਹੋ ਜਾਵੇ ਰੋਟੀਆਂ ਛੁੱਟ ਜਾਂਦੀਆਂ, ਫਿਰ ਜੇ ਨਾ ਪੜ੍ਹੇ ਨਲਾਇਕ ਨਿਕਲ ਜਾਵੇ ਫਿਰ ਰੋਂਦੇ ਫਿਰਦੇ ਨੇ, ਕੋਈ ਗਲਤ ਕਰ ਦੇਵੇ ਕੰਮ ਤਾਂ ਮਾਂ ਬਾਪ ਨਾਲ ਫੜੇ ਜਾਂਦੇ ਨੇ, ਉਹਨਾਂ 'ਤੇ ਵੀ ਮਾਰ ਪੈਂਦੀ ਹੈ, ਕੇਸ ਬਣ ਜਾਂਦੇ ਨੇ। ਸੋ ਇਸ ਤਰ੍ਹਾਂ ਗਲਤ ਤਾਂ ਗਲਤ ਚੱਲਦਾ, ਵਿਆਹ 'ਚ ਕਰ ਲਿਆ ਆਪਣਾ ਕਿਨਾਰੇ ਹੋ ਜਾਂਦਾ, ਉਹ ਉਡੀਕਦੇ ਹੀ ਰਹਿ ਜਾਂਦੇ ਨੇ। ਕਹਿੰਦੇ ਸੁੱਖ ਕਿਹੜੇ ਥਾਂ 'ਤੇ ਉਹਨੂੰ ਪ੍ਰਾਪਤ ਹੋਇਆ, ਸੁੱਖ ਤਾਂ ਪ੍ਰਾਪਤ ਹੀ ਨਹੀਂ ਹੁੰਦਾ, ਸੁੱਖ ਦੇਣ ਵਾਲਾ ਤਾਂ ਇੱਕ ਸਰਗੁਣ ਆਇਆ ਸੀ ਜਿਹਦਾ ਨਾਂ ਚੱਲਦਾ, ਸੁੱਖ ਨਹੀਂ ਦਿੰਦੇ, ਆਪਣੇ ਹਿੱਤ ਦੇ ਹੋਇਆ ਕਰਦੇ ਹਾਂ ਸੰਸਾਰ ਦੇ ਅੰਦਰ ਸਭ। ਫਿਰ ਕੋਈ ਗੱਲ ਨਹੀਂ ਹੈ, ਇਹ ਜਿਹੜੀ ਤੂੰ ਚਿੰਤਾ ਕਰਦੀ ਹਾਂ ਵੀ ਕੌਣ ਆਪਾਂ ਨੂੰ ਸਾਂਭੇਗਾ, ਇਹ ਤਾਂ ਵਾਹਿਗੁਰੂ ਨੇ ਸੰਭਾਲਣਾ, ਐਂ ਨਾ ਕਰ। ਲੇਕਿਨ ਉਹਦੇ ਮਨ 'ਚੋਂ ਇਹ ਗੱਲ ਜਾਵੇ ਨਾ, ਜਦ ਵੀ ਕਰੇ ਇਹੀ ਕਹੇ ਵੀ ਦੇਖੋ ਪ੍ਰਭੂ ਦੀ ਭਗਤੀ ਕਰਦੇ ਹਾਂ, ਸੇਵਾ ਕਰਦੇ ਹਾਂ, ਸੰਤ ਮਹਾਂਪੁਰਸ਼ ਆਉਂਦੇ ਨੇ, ਐਂ ਵੀ ਨਹੀਂ ਹੈ ਵੀ ਇੱਕ ਪੁੱਤਰੇ ਦੇ ਅੰਦਰ। ਫਿਰ ਨੌਕਰੇ ਨਹੀਂ ਕੋਈ ਰਹਿੰਦਾ, ਜਿਹੜਾ ਆਉਂਦਾ ਤੁਰ ਜਾਂਦਾ, ਕਿਉਂਕਿ ਸੁਭਾਅ ਥੋੜ੍ਹਾ ਜਿਹਾ ਕਠਿਨ ਸੀਗਾ, ਨੌਕਰ ਕੋਈ ਰਿਹਾ ਨਹੀਂ ਕਰਦਾ। ਕਰੜਾ ਸੁਭਾਅ ਹੋਵੇ ਨੌਕਰ ਨੂੰ ਦੋਸ਼ ਦਿੰਦੇ ਨੇ, ਲੇਕਿਨ ਨੌਕਰ ਦਾ ਨਹੀਂ ਦੋਸ਼ ਹੁੰਦਾ, ਸੁਭਾਅ ਦਾ ਦੋਸ਼ ਹੋਇਆ ਕਰਦਾ। ਕਈ ਪ੍ਰੇਮੀਆਂ ਦੇ ਕੋਲ ਰਿਹਾ ਨਹੀਂ ਕਰਦਾ, ਚਲੇ ਜਾਇਆ ਕਰਦੇ ਨੇ, ਕਿਉਂਕਿ ਉਹ ਕਿਸੇ ਹੋਰ ਪੁਆਇੰਟ 'ਤੇ ਬੈਠਾ ਹੈ, ਉਹਨੂੰ ਕਿਤੇ ਹੋਰ ਸਮਝਦਾ। ਸੋ ਇਸ ਤਰ੍ਹਾਂ ਦੇ ਨਾਲ ਅਖੀਰ ਜਾਂ ਵਾਰ ਵਾਰ ਇਹ ਗੱਲ ਹੋਣ ਲੱਗ ਗਈ ਤਾਂ ਪ੍ਰਭੂ ਨੇ ਵਿਚਾਰਿਆ ਕਿ ਭਗਤ ਦਾ ਮਨ ਦੁਖੀ ਹੈ। ਉਸ ਵੇਲੇ ਆਪ ਕਹਿਣ ਲੱਗੇ, ਚੰਗਾ ਮੈਂ ਪਤਾ ਕਰੂੰਗਾ, ਕੋਈ ਚੰਗਾ ਮਿਲ ਗਿਆ ਤਾਂ ਮੈਂ ਜ਼ਰੂਰ ਲਿਆਵਾਂਗਾ। ਅਤੇ ਅਜੇ ਬਾਹਰ ਨਹੀਂ ਨਿਕਲੇ, ਤਲਾਸ਼ ਵਿੱਚ ਨਿਕਲਦੇ ਨੇ, ਅਤੇ ਉਹਦੇ ਬਾਅਦ ਥੋੜ੍ਹਾ ਦਰਵਾਜ਼ੇ ਤੋਂ ਬਾਹਰ ਗਏ ਅਤੇ ਉਸੇ ਵੇਲੇ ਪਰਮੇਸ਼ਰ ਨੇ ਰੂਪ ਧਾਰ ਲਿਆ, ਨਿਰਗੁਣ ਤੋਂ ਸਰਗੁਣ ਹੋ ਗਿਆ। ਕੱਪੜੇ ਮੈਲੇ ਜਿਹੇ ਪਾਏ ਹੋਏ ਨੇ, ਜੁੱਤੀ ਪੈਰਾਂ ਵਿੱਚ ਨਹੀਂ ਹੈ, ਅਤੇ ਆ ਕੇ ਕਹਿਣ ਲੱਗੇ, ਦਰਵਾਜ਼ਾ ਖੜਕਾਇਆ, ਕਹਿੰਦੇ ਮਾਤਾ ਮੈਂ ਨੌਕਰੀ ਕਰਨੀ ਹੈ, ਕੋਈ ਜਗ੍ਹਾ ਹੈ ਤੁਹਾਡੇ? ਕਹਿੰਦੀ ਹਾਂ ਭਾਈ, ਅਸੀਂ ਤਾਂ ਨੌਕਰ ਭਾਲਦੇ ਫਿਰਦੇ ਹਾਂ ਅਤੇ ਹੁਣੇ ਗਏ ਨੇ ਭਗਤ ਜੀ ਨੌਕਰ ਭਾਲਣ, ਬਾਹਰ ਉਹ ਜਾਂਦੇ ਨੇ ਜੀ, ਥੋੜ੍ਹੀ ਦੂਰ ਗਏ।
ਅੱਛਾ ਦੱਸ ਕੀ ਕੰਮ ਕਰੇਗਾ? ਕਹਿੰਦੇ ਮਾਤਾ ਮੈਂ ਸਾਰੇ ਹੀ ਕੰਮ ਜਾਣਦਾ ਜਿੰਨੇ ਦੁਨੀਆਂ ਦੇ, ਕੋਈ ਕੰਮ ਮੇਰੇ ਤੋਂ ਭੁੱਲਿਆ ਹੋਇਆ ਨਹੀਂ ਸੰਸਾਰ ਦੇ ਅੰਦਰ। ਗੱਲ ਰਮਝ ਨਾ ਫੜੀ ਮਾਤਾ ਨੇ, ਕਹਿਣ ਲਈ ਅੱਛਾ ਫਿਰ ਤਾਂ ਤੂੰ ਸਭ ਰੋਟੀਆਂ ਰਾਟੀਆਂ ਲਾ ਲੈਂਦਾ? ਕਹਿੰਦੇ ਹਾਂ ਰੋਟੀਆਂ ਲਾ ਲੈਂਦਾ, ਸੰਤਾਂ ਦੀ ਸੇਵਾ ਕਰਨ ਦਾ ਮੈਨੂੰ ਬੜਾ ਸ਼ੌਕ ਹੈ ਅਤੇ ਮੈਂ ਤਰਸਦਾ ਹੀ ਰਹਿੰਦਾ ਕਿ ਮੈਂ ਵੀ ਆਪਣੇ ਪਿਆਰਿਆਂ ਦੀ ਸੇਵਾ ਕਰਾਂ, ਸੰਤਾਂ ਦੀ ਸੇਵਾ ਕਰਾਂ। ਅਤੇ ਇੱਥੇ ਮੈਨੂੰ ਪਤਾ ਲੱਗਿਆ ਵੀ ਤੁਹਾਡੇ ਕੋਲ ਸਾਧੂ ਮਹਾਤਮਾ ਬਹੁਤ ਆਉਂਦੇ ਨੇ ਅਤੇ ਮੈਨੂੰ ਬੜੀ ਖੁਸ਼ੀ ਹੈ। ਕਹਿਣ ਲੱਗੀ ਅੱਛਾ ਤੂੰ ਐਂ ਦੱਸ ਤੇਰਾ ਨਾਂ ਕੀ ਹੈ? ਕਹਿੰਦੇ ਮਾਤਾ ਨਾਂ 'ਤੇ ਕੀ ਲੈਣਾ, ਤੁਸੀਂ ਜਿਹੜਾ ਜੀ ਕਰਦਾ ਨਾਂ ਲੈ ਲਓ, ਸਾਰੇ ਹੀ ਨਾਂ ਮੈਨੂੰ ਪਸੰਦ ਨੇ। ਕਹਿੰਦੀ ਨਾ ਕੋਈ ਨਾਂ ਤਾਂ ਦੱਸ ਆਪਣਾ, ਅਸੀਂ ਤੈਨੂੰ ਕੀ ਕਹਿ ਕੇ ਬੁਲਾਇਆ ਕਰਾਂਗੇ। ਕਹਿੰਦੇ ਕੁਛ ਕਹਿ ਲਓ, ਮੇਰਾ ਹੀ ਨਾਂ ਹੈ ਸਾਰਾ। ਫਿਰ ਵੀ ਰਮਝ ਨਾ ਫੜੀ ਉਹਨੇ। ਫਿਰ ਕਹਿਣ ਲੱਗੀ ਤੂੰ ਨਾਂ ਤਾਂ ਦੱਸ ਕੋਈ, ਅਸੀਂ ਸਾਨੂੰ ਕਿਵੇਂ ਪਤਾ ਲੱਗੂ? ਕਹਿੰਦਾ ਚੰਗਾ ਤੁਸੀਂ ਮੈਨੂੰ ਅੰਤਰਜਾਮੀ ਕਹਿ ਦਿਆ ਕਰ। ਕਹਿੰਦੇ ਚੰਗਾ ਨਾਂ ਤਾਂ ਤੇਰਾ ਬਹੁਤ ਵਧੀਆ ਅੰਤਰਜਾਮੀ, ਰੱਬ ਦਾ ਨਾਂ ਵੀ ਅੰਤਰਜਾਮੀ ਹੈ। ਕਹਿੰਦਾ ਮਾਤਾ ਸਾਰੇ ਹੀ ਨਾਂ ਰੱਬ ਦੇ ਨੇ। ਕਹਿਣ ਲੱਗੀ ਅੱਛਾ ਦੱਸ ਤਨਖਾਹ ਕੀ ਲਏਗਾ? ਕਹਿੰਦਾ ਮੈਂ ਤਾਂ ਤਨਖਾਹ ਕਦੇ ਅੱਜ ਥਾਈ ਲਈ ਨਹੀਂ, ਸੇਵਾ ਕਰਨ ਦਾ ਮੈਨੂੰ ਸ਼ੌਕ ਹੈ। ਮੈਂ ਰਹਿੰਦਾ ਉੱਥੇ ਹਾਂ ਜਿੱਥੇ ਸਾਧੂ ਆਉਂਦੇ ਹੋਣ ਅਤੇ ਭਜਨ ਬੰਦਗੀ ਕਰਨ ਵਾਲੇ ਹੋਣ। ਕਹਿੰਦੇ ਕੋਈ ਸ਼ਰਤ? ਕਹਿੰਦੇ ਸ਼ਰਤ ਕੋਈ ਨਹੀਂ, ਜਿਹੜਾ ਕੱਪੜਾ ਦੇ ਦੋਂਗੇ ਪਹਿਨ ਲੂੰਗਾ, ਜਿਹੜਾ ਕੁਛ ਖਾਣ ਨੂੰ ਦੇ ਦਾਂਗਾ ਖਾ ਲਾਂਗੇ, ਮੈਂ ਕਦੇ ਸ਼ਿਕਾਇਤ ਕਰੀ ਹੋਈ ਨਹੀਂ ਹੈ ਅੱਜ ਥਾਈ। ਕੋਈ ਹੋਰ ਸ਼ਰਤ? ਕਹਿੰਦੀ ਕਹਿੰਦੇ ਇੱਕ ਸ਼ਰਤ ਹੈ ਬਈ, ਜਿੱਦਣ ਮੇਰੇ ਨਾਲ ਪ੍ਰੇਮ ਨਾਲ ਨਾ ਕੋਈ ਕਰੇ ਉਦਣ ਮੈਂ ਤੁਰ ਜਾਂਦਾ ਹੁੰਦਾ, ਅਤੇ ਕੋਈ ਨਿੰਦਿਆ ਕਰ ਦੇਵੇ ਤਰਕ ਕਰ ਦੇਵੇ ਮੇਰੇ ਉੱਤੇ ਫਿਰ ਨਹੀਂ ਮੈਂ ਰਿਹਾ ਕਰਦਾ, ਮੈਂ ਫਿਰ ਚਲੇ ਜਾਂਦਾ। ਹੈ ਭਾਈ ਕਹਿੰਦੀ ਮੈਂ ਤਾਂ ਭਗਤ ਜੀ ਹਰ ਵਕਤ ਕਹਿੰਦੇ ਨੇ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ, ਮੈਂ ਤਾਂ ਪੱਕੀ ਗੱਠ ਦਿੱਤੀ ਹੋਈ ਹੈ ਲੜ ਬਈ ਨਿੰਦਿਆ ਕਿਸੇ ਦੀ ਕਰਨੀ ਹੋਣੀ ਹੈ। ਇਹ ਤਾਂ ਗੱਲੇ ਬਹੁਤ ਸੋਹਣੀ ਬਣ ਗਈ। ਅਖੀਰ ਸੰਤ ਆ ਗਏ, ਤਰਲੋਚਨ ਜੀ ਆ ਗਏ ਅਤੇ ਦੇਖਿਆ ਦਰਸ਼ਨ ਕਰੇ, ਕੁਛ ਠੰਡ ਖਿੱਚ ਪਈ। ਕਹਿਣ ਲੱਗੇ ਹੈ ਨਾਂ ਵੀ ਅੰਤਰਜਾਮੀ ਅਤੇ ਦੇਖ ਕੇ ਖਿੱਚ ਪੈਂਦੀ ਹੈ ਵੀ ਬੜਾ ਕੋਈ ਭਾਗਸ਼ਾਲੀ ਕੋਈ ਬੰਦਗੀ ਵਾਲਾ ਲੱਗਦਾ। ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸਾਧੂ ਮਹਾਤਮਾ ਜਿੱਥੇ ਜਾਂਦੇ ਨੇ ਉਹਦਾ ਜਸ ਕਰਦੇ ਨੇ ਬਈ ਦੇਖੋ ਕਿਸ ਤਰ੍ਹਾਂ ਗਰਮ ਪਾਣੀ ਮਿਲਦਾ, ਕਿਸ ਤਰ੍ਹਾਂ ਚਰਨ ਦੱਬਦੇ ਨੇ, ਕਿਸ ਤਰ੍ਹਾਂ ਵਸਤਰ ਧੋ ਦਿੰਦੇ ਨੇ, ਮਿੰਟ ਲਾਉਂਦੇ ਨੇ। ਹੁਣ ਉਹਨਾਂ ਨੂੰ ਕੀ ਔਖਾ ਸੀ, ਫੁਰਨਾ ਹੀ ਕਰਨਾ ਸੀ, ਸਭ ਕੁਛ ਹੋ ਜਾਂਦਾ ਸੀ। ਸੋ ਕਰਦੇ ਕਰਦੇ ਬਹੁਤ ਸਮਾਂ ਲੰਘ ਗਿਆ ਅਤੇ ਮਾਤਾ ਜੀ ਦੇ ਮਨ 'ਚ ਆਇਆ ਵੀ ਨੌਕਰ ਤਾਂ ਬੜਾ ਚੰਗਾ ਹੈ ਪਰ ਮੈਂ ਜਿੰਨਾ ਕੁ ਰੱਖ ਦਿੰਦੀ ਹਾਂ ਬਚਿਆ ਖੁਚਿਆ ਉਨਾ ਖਾ ਲੈਂਦਾ ਅਤੇ ਸ਼ੁਕਰ ਕਰਦਾ, ਅਤੇ ਮੈਂ ਕਦੇ ਐਂ ਨਹੀਂ ਦੇਖਿਆ ਵੀ ਇਹਦੀ ਭੁੱਖ ਕਿੰਨੀ ਹੈ। ਅਤੇ ਮਨ ਵਿੱਚ ਧਾਰ ਲਿਆ ਵੀ ਮੈਂ ਇਹਨੂੰ ਰਜਾ ਕੇ ਤਾਂ ਦੇਖਾਂ ਕਿੰਨਾ ਖਾਂਦਾ। ਕਹਿਣ ਲੱਗੀ ਅੰਤਰਜਾਮੀ ਤੇਰੀ ਭੁੱਖ ਕਿੰਨੀ ਹੈ? ਕਹਿੰਦਾ ਆਹ ਗੱਲ ਨਾ ਮੈਨੂੰ ਪੁੱਛ, ਮੇਰੇ ਪੇਟ ਵਿੱਚ ਤਾਂ ਸਭ ਕੁਛ ਪੈ ਜਾਵੇ ਤਾਂ ਵੀ ਮੈਂ ਰਜਦਾ ਨਹੀਂ ਹੈਗਾ, ਅਖੰਡ ਬ੍ਰਹਮੰਡ ਜਿੰਨੇ ਨਜ਼ਰ ਆਉਂਦੇ ਨੇ। ਕਹਿੰਦੀ ਇਹੀਆਂ ਜਿਹੀਆਂ ਗੱਲਾਂ ਤੂੰ ਕਿਉਂ ਕਰਦਾ? ਤੂੰ ਮੈਨੂੰ ਐਂ ਦੱਸ ਕੈ ਰੋਟੀਆਂ ਖਾਂਦਾ ਹੁੰਦਾ? ਉਹ ਸਮਝੇ ਨਾ ਅਤੇ ਉਹ ਰਮਜਾ ਮਾਰੀ ਜਾਣ। ਅਖੀਰ ਪ੍ਰਸ਼ਾਦੇ ਲਾਉਣ ਲੱਗ ਗਈ, ਪਹਿਲਾਂ ਆਟਾ ਗੁੰਨ ਲਿਆ ਸੇਰ ਕ, ਫਿਰ ਦੋ ਸੇਰ ਗੁੰਨ ਲਿਆ, ਫਿਰ ਪੰਜ ਸੇਰ ਗੁੰਨ ਲਿਆ, ਜਿਉਂ ਲੱਗੀ ਸਵੇਰ ਤੋਂ ਲਾਉਣ ਦੁਪਹਿਰਾ ਹੋ ਗਿਆ ਉਹ ਰੱਖੀ ਜਾਵੇ ਉਹ ਖਾਈ ਜਾਵੇ। ਮਨ 'ਚ ਗਿਣਤੀ ਕਰਨ ਲੱਗ ਗਈ ਵੀ ਇਹ ਤਾਂ 20 ਸੇਰ ਆਟਾ ਖਾ ਗਿਆ, ਧੂੰਆਂ ਹੋ ਗਿਆ ਅੰਦਰ, ਅੱਖਾਂ 'ਚੋਂ ਪਾਣੀ ਜਾਣ ਲੱਗ ਗਿਆ, ਥੱਕ ਗਈ ਬਾਹਰ ਆ ਗਈ। ਪੜੋਸਣ ਕਹਿਣ ਲੱਗੀ ਬੀਬੀ ਜੀ ਤੁਸੀਂ ਅੱਜ ਬਾਹਰ ਹੀ ਨਹੀਂ ਆਏ, ਤੁਹਾਡੀਆਂ ਅੱਖਾਂ ਦੇ ਵਿੱਚ ਪਾਣੀ ਜਿਹਾ ਕੀ ਜਾਂਦਾ ਜੀ, ਕੁਛ ਤੁਸੀਂ ਪਰੇਸ਼ਾਨ ਲੱਗਦੇ ਹੋਗੇ ਤਾਂ ਤੁਹਾਡਾ ਚਿਹਰਾ ਬੜਾ ਖਿੜਿਆ ਹੁੰਦਾ। ਕਹਿੰਦੀ ਨਹੀਂ ਕੋਈ ਗੱਲ ਤਾਂ ਹੈ ਨਹੀਂ। ਕਹਿੰਦੀ ਹੈ ਤਾਂ ਗੱਲ, ਗੱਲ ਤੋਂ ਬਗੈਰ ਤਾਂ ਚਿਹਰਾ ਨਹੀਂ ਆਦਮੀ ਦਾ ਬਦਲਦਾ ਹੁੰਦਾ, ਕੋਈ ਗੱਲ ਹਿਰਦੇ 'ਚ ਹੋਵੇ ਤਾਂ ਆਦਮੀ ਦੇ ਚਿਹਰੇ 'ਤੇ ਆ ਕੇ ਅਸਰ ਪੈ ਜਾਂਦਾ। ਗੱਲ ਦੱਸ ਕੀ ਹੈ? ਕਹਿੰਦੀ ਕਾਹਦੀ ਭੈਣ ਗੱਲ ਦੱਸਾਂ, ਆਹ ਨੌਕਰ ਕੀ ਆਇਆ? ਕਹਿੰਦੀ ਛੱਟੀ ਦਾ ਭੁੱਖਾ ਆ ਗਿਆ। ਮੈਂ ਕਹਿੰਦੀ ਸਵੇਰ ਤੋਂ ਕਿਹਾ ਵੀ ਇਹਨੂੰ ਰਜਾਵਾਂ, ਤੇਰੇ ਕੋਲ ਕੀ ਦੱਸਾਂ? ਕਹਿੰਦੀ 20 ਸਿਰ ਆਟਾ ਖਾ ਗਿਆ। ਕਹਿੰਦੀ ਅਜੇ ਰੱਜਣ 'ਚ ਨਹੀਂ ਆਉਂਦਾ। ਕਹਿੰਦੀ ਮੈਂ ਤਾਂ ਬੁਲਾ ਛੇੜ ਲਈਏ, ਖਬਰ ਹੈ ਕੀ ਭੂਤ ਬੁਲਾਇਆ। ਕਹਿੰਦੀ ਮੈਨੂੰ ਤਾਂ ਪਤਾ ਨਹੀਂ ਲੱਗਦਾ, ਇਹ ਤਾਂ ਵੀ ਬੰਦਾ ਹੈ ਕਿ ਕੁਛ ਹੋਰ ਹੈ। ਇੰਨੀ ਗੱਲ ਕਹੀ ਸ਼ਰਤ ਟੁੱਟ ਗਈ, ਭਗਵਾਨ ਆਪਣੇ ਅੰਤਰ ਧਿਆਨ ਹੋ ਗਏ, ਉੱਥੇ ਹੀ ਨਿਰਗੁਣ ਸਰੂਪ ਧਾਰਨ ਕਰ ਲਿਆ। ਉਹਦੇ ਬਾਅਦ ਭਗਤ ਜੀ ਵੀ ਆ ਗਏ,
ਦੇਖਦੇ ਨੇ ਵੀ ਕੋਈ ਪ੍ਰਸ਼ਾਦਾ ਨਹੀਂ, ਕੋਈ ਦਾਲਾ ਨਹੀਂ, ਕੁਛ ਨਹੀਂ ਹੋਇਆ। ਇਹ ਘਰ ਆ ਕੇ ਹਾਕਾਂ ਮਾਰਦੀ ਹੈ, ਅੰਤਰਜਾਮੀ ਅੰਤਰਜਾਮੀ, ਕੋਈ ਜਵਾਬ ਨਹੀਂ ਆਉਂਦਾ। ਮੱਥਾ ਠਣ ਗਿਆ ਵੀ ਉਹ ਤਾਂ, ਮੈਂ ਤਾਂ ਇਹਦੀ ਮਾੜੀ ਗੱਲ ਕਰਤੀ, ਇਹ ਤਾਂ ਸੱਚੀ ਉਹ ਅੰਤਰਜਾਮੀ ਹੈ। ਅਤੇ ਭਗਤ ਜੀ ਆ ਗਏ, ਕਹਿਣ ਲੱਗੇ ਕੀ ਗੱਲ ਹੋ ਜੀ? ਕਹਿੰਦੀ ਉਹ ਨੌਕਰ ਨੱਠ ਗਿਆ। ਕਹਿੰਦੇ ਨੱਠਿਆ ਨਹੀਂ ਹੈ, ਤਾਂ ਨਠਾਇਆ ਹੋਣਾ। ਕਹਿੰਦੀ ਤੁਸੀਂ ਮੇਰੇ 'ਚ ਦੋਸ਼ ਜੰਨੇ ਦਿੰਦੇ ਹੋ। ਕਹਿੰਦੀ ਇੱਕ ਤਾਂ ਭਗਵਾਨ ਨੇ ਪੁੱਤਰ ਕੋਈ ਨਹੀਂ ਦਿੱਤਾ, ਆਹ ਨੌਕਰ ਦਿੱਤਾ ਸੀ, ਇਹ ਵੀ ਨਠਾ ਤਾ। ਕਹਿੰਦੇ ਬੀਬੀ ਭਗਵਾਨ ਨੂੰ ਕਾਹਨੂੰ ਦੋਸ਼ ਦੇਣੀ ਹੈ, ਕਾਹਨੂੰ ਉਹਨੂੰ ਮਾੜਾ ਕਹੀ ਜਾਂਦੇ ਆ, ਤਾਂ ਨਾ ਤੂੰ ਪਛਾਣ ਸਕੀ ਨਾ ਮੈਂ ਪਛਾਣ ਸਕੇ। ਉਹ ਕਹਿੰਦਾ ਸੀ ਵੀ ਮੈਨੂੰ ਤਾਂ ਕੋਈ ਰਜਾ ਹੀ ਨਹੀਂ ਸਕਦਾ, ਸਾਰਾ ਬ੍ਰਹਿਮੰਡ ਉਹਦੇ ਪੇਟ 'ਚ ਪੈ ਜਾਵੇ, ਪਰਲੋਕ ਕਾਲ ਦੇ ਵਿੱਚ ਜਿੰਨਾ ਦ੍ਰਿਸ਼ਟਮਾਨ ਹੈ ਸਾਰਾ ਉਹਦੇ ਵਿੱਚ ਸਮਾ ਜਾਂਦਾ। ਉਹ ਠੀਕ ਕਹਿੰਦਾ ਸੀ ਵੀ ਮੈਂ ਰਜਦ, ਮੈਨੂੰ ਕੋਈ ਰਜਾ ਨਹੀਂ ਸਕਦਾ। ਫਿਰ ਉਹ ਇਹ ਵੀ ਕਹਿੰਦਾ ਸੀ ਵੀ ਜਿੱਥੇ ਸਾਧੂ ਸੰਤ ਹੋਣ ਉੱਥੇ ਮੇਰਾ ਜੀ ਲੱਗਦਾ। ਜੈ ਜੈ ਕਾਜ ਕਿਰਤ ਸੇਵਕੀ ਤਹਾਂ ਤਹਾਂ ਉਠਤਾਵੈ, ਸੇਵਕ ਉਹ ਨਿਕਟੀ ਹੋਏ ਦਿਖਾਵੇ, ਜੋ ਜੋ ਕਹੇ ਠਾਕਰ ਪੈ ਸੇਵਕ ਤਤਕਾਲ ਹੋ ਜਾਵੇ। ਉਹ ਤਾਂ ਆਪਣੇ ਪਿਆਰਿਆਂ ਦਾ ਦਾਸ ਬਣ ਕੇ ਸੇਵਾ ਕਰਦਾ। ਪਛਾਣ ਨਾ ਹੋਈ, ਨਾ ਤੈਨੂੰ ਪਛਾਣ ਹੋਈ, ਨਾ ਮੈਨੂੰ ਹੋਈ, ਅਤੇ ਤੂੰ ਤਾਂ ਇੱਕ ਬੜੀ ਭਾਰੀ ਭੁੱਲ ਕਰੀ, ਅਤੇ ਨਿੰਦਿਆ ਨਹੀਂ ਸੀ ਕਰਨੀ ਚਾਹੀਦੀ। ਤੂੰ ਤਾਂ ਭੁੱਲ ਗਈ ਹੈ ਨਾਰ ਗੁਬਾਰੇ, ਦੁੱਕਰਿਤ ਸੁਕਿਰਤ ਥਾਰੋ ਕਰਮਾਰ। ਕਹਿਣ ਲੱਗੇ ਤੂੰ ਨਰਾਇਣ ਦੀ ਨਿੰਦਿਆ ਕਰਦੀ ਹੈ, ਉਹਨੇ ਤਾਂ ਪਹਿਲਾਂ ਹੀ ਕਹਿਤਾ ਸੀ ਵੀ ਜਦੋਂ ਮੈਨੂੰ ਕੋਈ ਪਿਆਰ ਨਾ ਕਰੇ, ਤਰਕ ਨਾ ਤਰਕ ਕਰੇ ਅਤੇ ਨਿੰਦਾ ਕਰੇ, ਉਸ ਵੇਲੇ ਮੈਂ ਚਲਿਆ ਜਾਂਦਾ ਹੁੰਦਾ। ਪਛਾਣ ਨਾ ਸਕੇ ਅਤੇ ਆਪਣੇ ਕਰਮ ਨਹੀਂ ਸੀ, ਪਰ ਫਿਰ ਵੀ ਦੇਖ ਕਿੰਨੀ ਦੇਰ ਕਿਸੇ ਨੂੰ ਇੱਕ ਵਾਰੀ ਦਰਸ਼ਨ ਦਿੱਤੇ ਨੇ, ਕਿਸੇ ਨੂੰ ਦੋ ਵਾਰੀ ਦਿੱਤੇ ਨੇ, ਆਪਣੇ ਕੈ ਸਾਲ ਸੇਵਕ ਬਣ ਕੇ ਨੌਕਰ ਬਣ ਕੇ ਸੇਵਾ ਕਰਦੇ ਰਹੇ ਨੇ ਪ੍ਰਭੂ। ਇਹ ਕਰਮਾਂ ਦੀ ਖੇਡ ਹੋ ਰਹੀ ਹੈ। ਸੋ ਨਿੰਦਿਆ ਪਰਮੇਸ਼ਰ ਨੂੰ ਵੀ ਨਿਰਾਸ਼ ਕਰ ਦਿੰਦੀ ਹੈ।
ਨਿੰਦਾ ਭਰੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤੇ ਨਾ ਨਿੰਦਕਾ ਨਰਕੇ ਕੋਰ। ਨਿੰਦਿਆ ਕਰਨ ਵਾਲਾ ਜੇ ਇਹ ਸਮਝੇ ਵੀ ਮੇਰੇ ਅੰਦਰ ਨਾਮ ਦੀ ਧੁੰਨ ਚੱਲ ਜਾਏਗੀ, ਬਿਲਕੁਲ ਗਲਤ। ਨਾਮ ਤਾਂ ਜਦ ਤੱਕ ਅਸੀਂ ਬਿਲਕੁਲ ਸਰਲ ਨਹੀਂ ਹੁੰਦੇ, ਪੂਰੇ ਗੁਣ ਹਿਰਦੇ ਵਿੱਚ ਧਾਰਨ ਨਹੀਂ ਕਰਦੇ, ਉਨੀ ਦੇਰ ਤੱਕ ਨਾਮ ਦੀ ਰੌ ਨਹੀਂ ਚੱਲਿਆ ਕਰਦੀ। ਨਾਮ ਟੁੱਟ ਜਾਇਆ ਕਰਦਾ, ਨਾਮ ਜਪਣ ਵਾਲਿਆਂ ਨੂੰ ਪਤਾ ਹੈ। ਜੇ ਸੇਵਾ ਕਰਕੇ ਵੀ ਦਿਖਾਵਾ ਕਰ ਦੇਣ ਉਸੇ ਵੇਲੇ ਟੁੱਟ ਜੂ। ਬਰਤਨ ਮਾਂਜ ਦੇਣ ਚਿੱਤ 'ਚ ਆ ਜਾਵੇ ਕਿ ਮੈਂ ਐਡਾ ਬੜਾ ਹੋ ਕੇ ਬਰਤਨ ਮਾਂਜਦਾ, ਉਸੇ ਵੇਲੇ ਨਾਮ ਦੀ ਲਿਵ ਅੰਦਰੋਂ ਟੁੱਟ ਜਾਏਗੀ। ਨਾਮ ਨਹੀਂ ਚੱਲਦਾ, ਨਾਮ ਤਾਂ ਬਹੁਤ ਸਾਵਧਾਨੀ ਵਰਤਣੀ ਪੈਂਦੀ। ਸੋ ਉਹਦੇ ਵਿੱਚ ਮਹਾਰਾਜ ਫਰਮਾਨ ਕਰਦੇ ਹੈ ਕਿ ਉਸਤਦ ਵੀ ਓਡੀਓ ਵਿਘਨਕਾਰੀ ਹੈ ਜਿੰਨੀ ਨਿੰਦਿਆ। ਆਦਮੀ ਚਾਹੁੰਦਾ ਹੈ ਵੀ ਮੇਰੀ ਕੋਈ ਪ੍ਰੇਜ਼ ਕਰੇ, ਮੈਨੂੰ ਚੰਗਾ ਕਹੇ, ਸਟੇਜ 'ਤੇ ਜਿਹੜਾ ਬੋਲਣ ਵਾਲਾ ਮੇਰਾ ਜਸ ਕਰੇ ਵੀ ਇਹ ਤਾਂ ਬਹੁਤ ਵੱਡੇ ਨੇ, ਕਿਉਂਕਿ ਰੁਟੀਨ ਹੋਈ ਚਤੁਰੀ ਹੋਈ ਹੈ, ਜਾਣਦਾ ਨਾ ਹੋਵੇ, ਕੋਈ ਸ਼ਰਧਾ ਨਾ ਹੋਵੇ, ਕੋਈ ਬਾਤ ਨਾ ਹੋਵੇ, ਇਹ ਤਾਂ ਮਹਾਤਮਾ ਜੀ ਆਪ ਪਰਮੇਸ਼ਰ ਨੇ, ਆਪ ਬ੍ਰਹਮ ਗਿਆਨੀ, ਜੇ ਬ੍ਰਹਮ ਗਿਆਨੀ ਆ ਤੂੰ ਇਹਨਾਂ ਤੋਂ ਕੋਈ ਫਾਇਦਾ ਉਠਾ। ਫਿਰ ਜੇ ਇਹਨਾਂ ਨੂੰ ਤੂੰ ਰੱਬ ਦਾ ਰੂਪ ਸਮਝਦਾ ਹੈ, ਸਟੇਜ 'ਤੇ ਤਾਂ ਬੋਲਤਾ ਵੀ ਇਹ ਤਾਂ ਰੱਬ ਵਰਗੇ ਨੇ, ਫਿਰ ਕੋਈ ਭਾਈ ਫਾਇਦਾ ਉਠਾ, ਕੋਈ ਪਿਆਰ ਕਰ। ਇਹ ਕੇਵਲ ਅੱਖਰ ਹੋਇਆ ਕਰਦੇ ਨੇ, ਇਹ ਅੱਖਰ ਜਿਹੜਾ ਬੋਲਦਾ ਇਹਨੂੰ ਉਸਤਤ ਕਹਿੰਦੇ ਨੇ। ਅਤੇ ਆਦਮੀ ਦੇ ਅੰਦਰ ਭੁੱਖ ਹੈ ਪ੍ਰੇਜ਼ ਦੀ, ਨਿੰਦਿਆ ਤੋਂ ਘਬਰਾਉਂਦਾ ਹੈ, ਪ੍ਰੇਜ਼ ਨੂੰ ਚੰਗਾ ਸਮਝਦਾ ਵੀ ਮੇਰੀ ਕੋਈ ਉਸਤਤ ਕਰੇ, ਮੈਨੂੰ ਕਹੇ, ਜੇ ਉਸਤਤ ਹੋ ਜਾਵੇ। ਨਿੰਦਿਆ ਵਾਲੀ ਗੱਲ ਤਾਂ ਵਾਰ ਵਾਰ ਨਹੀਂ ਪੁੱਛਦਾ, ਉਸਤਤ ਵਾਲੀ ਵਾਰ ਵਾਰ ਪੁੱਛੂ ਵੀ ਫਿਰ ਉਹਨੇ ਕੀ ਕਿਹਾ। ਉਹ ਫਿਰ ਕਹਿਣਗੇ ਵੀ ਉਹ ਐਂ ਕਹਿੰਦੇ ਸੀ ਵੀ ਬੜਾ ਚੰਗਾ ਕੀਰਤਨ, ਬੜਾ ਸੋਹਣਾ ਕਰਦੇ ਨੇ। ਇਹ ਪ੍ਰੇਜ਼ ਹੋਇਆ ਕਰਦੀ ਆ। ਮਹਾਰਾਜ ਕਹਿੰਦੇ ਦੋਏ ਛੱਡ ਦਿਓ, ਉਸਤਤ ਨਿੰਦਾ ਦੋ ਤਿਆਗੈ ਕੋਜੈ ਪਦ ਨਿਰਵਾਨਾ। ਖੁਸ਼ ਹੋਣਾ, ਨਿੰਦਿਆ ਸੁਣਨੀ ਅਤੇ ਦੁਖੀ ਹੋਣਾ, ਇਹ ਸੰਬਿਰਤੀ ਨਹੀਂ ਰਿਹਾ ਕਰਦੀ। ਇਹ ਬਿਰਤੀ ਨੂੰ ਹਿਲਾਉਣ ਵਾਲੀਆਂ ਚੀਜ਼ਾਂ ਅਤੇ ਮਹਾਤਮਾ ਤਾਂ ਪਰਵਾਹ ਨਹੀਂ ਕਰਿਆ ਕਰਦੇ, ਨਾ ਨਿੰਦਿਆ ਦੀ ਨਾ ਉਸਤਤ ਦੀ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾ। ਪਰ ਮਹਾਰਾਜ ਕਹਿੰਦੇ ਇਹ ਕੋਈ ਮਾਮੂਲੀ ਆਦਮੀ ਨਹੀਂ ਕਰ ਸਕਦਾ, ਜਨ ਨਾਨਕ ਇਹ ਖੇਲ ਕਠਿਨ ਹੈ, ਇਹ ਤਾਂ ਹੱਦ ਤੋਂ ਜ਼ਿਆਦਾ ਔਖੀ ਖੇਲ ਹੈ। ਕਿਨਹੂ ਗੁਰਮੁਖ ਜਨ, ਜਿਹਨੂੰ ਪੂਰਨ ਗਿਆਨ ਹੋ ਗਿਆ ਵਾਹਿਗੁਰੂ ਤੋਂ ਬਿਨਾਂ ਜਿਹੜਾ ਹੋਰ ਨਹੀਂ ਦੇਖਦਾ, ਉਹ ਤਾਂ ਇਸ 'ਚੋਂ ਲੰਘ ਜਾਂਦਾ। ਸੰਸਾਰ ਦੀ ਨਹੀਂ ਤਾਕਤ ਵੀ ਉਸਤਤ ਔਰ ਨਿੰਦਿਆ ਦੇ ਚੱਕਰ 'ਚੋਂ ਲੰਘ ਜਾਵੇ। ਉਸਤਤ ਸਭ ਨੂੰ ਚੰਗੀ ਲੱਗਦੀ ਹੈ, ਮਿੱਠੀ ਲੱਗਦੀ ਹੈ, ਲੇਕਿਨ ਧੋਖਾ ਕਰ ਰਿਹਾ ਉਸਤਤ ਕਰਨ ਵਾਲਾ, ਦਿਲੋਂ ਨਹੀਂ ਬੋਲ ਰਿਹਾ, ਪੋਲਿਸ਼ ਡੱਕਰ ਬੋਲ ਰਿਹਾ, ਐਵੇਂ ਹੀ ਬੋਲੀ ਜਾਂਦਾ। ਉਹਨੂੰ ਪਸੰਦ ਆਉਂਦੇ ਨੇ ਅਤੇ ਧੋਖੇ ਵਿੱਚ ਦੋਏ ਨੇ, ਉਹਨੂੰ ਧੋਖਾ ਦੇ ਰਿਹਾ, ਉਹ ਧੋਖਾ ਖਾ ਰਿਹਾ।
ਨਿੰਦਿਆ ਜਿਹੜੀ ਹੈ ਉਹ ਅੰਦਰਲੀ ਮੈਲ ਹੋਇਆ ਕਰਦੀ ਹੈ, ਉਹਨੂੰ ਦੇਖ ਕੇ ਖਿੱਚਦਾ ਹੈ। ਸੰਤ ਤਾਂ ਖਿੱਚਦੇ ਹੀ ਨਹੀਂ, ਉਹ ਤਾਂ ਕਹਿੰਦੇ ਜਿਹੜਾ ਨਿੰਦਿਆ ਕਰਦਾ ਹੈ ਉਹ ਤਾਂ ਮੇਰਾ ਮਿੱਤਰ ਹੈ, ਕਿਉਂਕਿ ਮੇਰੇ ਪਾਪ ਲਾ ਰਿਹਾ, ਆਪ ਲੈ ਰਿਹਾ, ਐਡਾ ਬੜਾ ਕੌਣ ਹੈ ਪਾਪ ਕਰੇ ਹੋਏ ਹੋਣ ਅਤੇ ਉਹ ਪਾਪ ਲੈਣ ਵਾਸਤੇ ਬਗੈਰ ਪੈਸੇ ਤੋਂ, ਬਗੈਰ ਕਿਸੇ ਗੱਲ ਤੋਂ, ਬਗੈਰ ਅਹਿਸਾਨ ਕੀਤੇ ਤੋਂ ਪਾਪ ਲੈ ਲਵੇ। ਸੰਤ ਤਾਂ ਖੁਸ਼ ਹੁੰਦੇ ਨੇ, ਨਿੰਦਾ ਕਰੇ ਸੋ ਹਮਰਾ ਮੀਤ, ਕਹਿੰਦੇ ਮਿੱਤਰ ਤਾਂ ਸਾਡਾ ਅਸਲੀ ਹੋਈ ਹੈ ਜਿਹੜਾ ਨਿੰਦਿਆ ਕਰ। ਨਾਮਦੇਵ ਜੀ ਆਪਣੀ ਮੌਜ ਦੇ ਵਿੱਚ ਬੈਠੇ ਨੇ, ਆਪਣੇ ਐਸਾ ਕਰ ਲਿਆ, ਕਿਉਂਕਿ ਮਹਾਂਪੁਰਸ਼ਾਂ ਦਾ ਹੁੰਦਾ ਵੀ ਨਾਲ ਦੀ ਨਾਲ ਸੰਸਾਰ ਦਾ ਜਿੰਨਾ ਭਲਾ ਹੋ ਸਕੇ ਕਰਨਾ ਚਾਹੀਦਾ। ਆਪਣੇ ਨਿਜ ਆਨੰਦ 'ਚ ਬੈਠਣ ਇੱਕ ਮਹਾਂਪੁਰਸ਼ ਬੈਠਦੇ ਨੇ, ਉਹਨੂੰ ਨਿਰਬਿਰਤੀ ਪੱਖ ਵਾਲੇ ਮਹਾਂਪੁਰਸ਼ ਕਹਿੰਦੇ ਨੇ। ਉਹ ਬਾਤ ਨਹੀਂ ਕਰਿਆ ਕਰਦੇ ਕਿਸੇ ਨਾਲ, ਆਪਣੇ ਰਸ ਵਿੱਚ ਲੈਂਦੇ ਨੇ, ਇਕਾਂਤ ਥਾਵਾਂ 'ਤੇ ਰਹਿੰਦੇ ਆ, ਜਿੱਥੇ ਕੋਈ ਆਵੇ ਨਾ ਉੱਥੇ ਰਹਿੰਦੇ ਨੇ, ਆਪਣੀ ਮਹਿਮਾ ਨਹੀਂ ਹੋਣ ਦਿੰਦੇ, ਪਤਾ ਨਹੀਂ ਲੱਗਣ ਦਿੰਦੇ। ਕਈ ਮਹਾਤਮਾ ਦੇ ਐਸੀਆਂ ਇਤਿਹਾਸ ਵਿੱਚ ਆਉਂਦੀਆਂ ਕਿ ਬੇਸ਼ਵਾਵਾਂ ਦੇ ਘਰ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ, ਵੀ ਇੱਥੇ ਸਾਨੂੰ ਕੋਈ ਜਾਣੇ ਨਾ, ਬੁੱਲਿਆ ਉੱਥੇ ਵਸੀਏ ਜਿੱਥੇ ਸਾਰੇ ਹੀ ਅੰਨੇ, ਨਾ ਕੋਈ ਸਾਨੂੰ ਜਾਣੇ ਅਤੇ ਨਾ ਕੋਈ ਮੰਨੇ, ਕਿਉਂਕਿ ਮੰਨਣਾ ਵੀ ਇੱਕ ਪੁਆੜਾ ਪਾਉਣ ਹੁੰਦਾ ਗਲ 'ਚ। ਸੰਸਾਰ ਦੇ ਅੰਦਰ ਨਾਮ ਵਾਲਾ ਤਾਂ ਕੋਈ ਬਿਰਲਾ ਹੁੰਦਾ, ਹੋਰ ਇਹ ਟਾਈਮ ਵੇਸਟ ਕਰਨ ਵਾਲੇ ਸੰਤਾਂ ਦੇ ਆਲੇ ਦੁਆਲੇ ਜਮ੍ਹਾਂ ਹੋ ਜਾਂਦੇ। ਕੋਈ ਕਹਿੰਦਾ ਮੈਨੂੰ ਆਹ ਦੁੱਖ ਹੈ ਜੀ, ਮੈਨੂੰ ਡਰ ਲੱਗਦਾ ਜੀ, ਮੇਰੇ ਘਰ ਭੂਤ ਆਉਂਦਾ ਜੀ, ਮੈਨੂੰ ਆਹ ਨਹੀਂ ਹੁੰਦਾ। ਤੁਸੀਂ ਨਾਮ ਤਾਂ ਜਪਦੇ ਜੀ, ਬੰਦਗੀ ਨਹੀਂ ਕਰਦੇ, ਅਤੇ ਕਰਮ ਮਾੜੇ ਕਰੇ ਹੋਏ ਨੇ ਉਹਨਾਂ ਦਾ ਫਲ ਭੁਗਤਦੇ ਹੋ, ਸੰਤਾਂ ਦਾ ਟਾਈਮ ਵੇਸਟ ਕਰਦੇ। ਨਾ ਸੰਤਾਂ ਨੂੰ ਕੋਈ ਗਰਜ ਹੁੰਦੀ ਹੈ, ਪਰ ਉਹਨਾਂ ਦੇ ਅੰਦਰ ਕੁਦਰਤ ਨੇ ਐਸਾ ਰੱਖਿਆ ਕਿ ਬ੍ਰਹਮ ਗਿਆਨੀ ਪਰਵਕਾਰ ਮਾ, ਪਰਵਕਾਰ ਦਾ ਚਸ਼ਮਾ ਜਿਹਾ ਚੱਲਦਾ, ਕੋਈ ਆ ਜਾਵੇ ਕਹਿੰਦੇ ਕੋਈ ਨਾ, ਇਹ ਦੁਖੀ ਆ ਵਿਚਾਰਾ ਕਰ ਲੈਣ ਦੇ। ਸੋ ਟਾਈਮ ਵੇਸਟ ਕਰਦੇ ਨੇ। ਸੋ ਨਾਮਦੇਵ ਜੀ ਨੇ ਕਰ ਲਿਆ, ਪ੍ਰਵਿਰਤੀ ਪੱਖ ਸੀਗਾ ਉਹਨਾਂ ਦਾ, ਅਤੇ ਉਹਨਾਂ ਨੇ ਕਰ ਲਿਆ ਵੀ ਬੱਚਿਆਂ ਨੂੰ ਪੜ੍ਹਾ ਦਈਏ, ਵਿੱਦਿਆ ਪੜ੍ਹਾਈਏ, ਸ਼ੁੱਧ ਵਿੱਦਿਆ, ਬ੍ਰਹਮ ਵਿੱਦਿਆ ਪੜ੍ਹਾ ਦਿੱਤੀ ਜਾਵੇ, ਕਿਉਂਕਿ ਸਭ ਤੋਂ ਉੱਤਮ ਜੋ ਵਿੱਦਿਆ ਹੈ ਬ੍ਰਹਮ ਵਿੱਦਿਆ ਹੋਇਆ ਕਰਦੀ ਹੈ, ਬਾਕੀ ਵਿੱਦਿਆ ਜਿਹੜੀਆਂ ਨੇ ਧੋਖਾ ਦੇਣ ਵਾਲੀਆਂ, ਬ੍ਰਹਮ ਵਿੱਦਿਆ ਨਾਲ ਜਾਣ ਵਾਲੀਆਂ। ਸੋ ਆਪਦੇ ਕੋਲ ਬੱਚੇ ਛੋਟੀ ਉਮਰ 'ਚੋਂ ਹੀ ਪੜ੍ਹਨ ਲਾ ਦਿੰਦੇ ਸੀ। ਇੱਕ ਸੇਠ ਨੇ ਇਹ ਗੱਲ ਨੂੰ ਵਿਚਾਰ ਕੇ ਕਿ ਬੱਚਾ ਜੇ ਸੰਤਾਂ ਦੇ ਕੋਲ ਪਹਿਲਾਂ ਰਹਿ ਜਾਵੇ ਤਾਂ ਵਿਸ਼ੇ ਵਿਕਾਰਾਂ ਤੋਂ ਬਚ ਜਾਇਆ ਕਰਦਾ। ਬਹੁਤ ਸਿਆਣੇ ਮਾਂ ਬਾਪ ਜਿਹੜੇ ਨੇ ਬੱਚਿਆਂ ਨੂੰ ਮਹਾਤਮਾ ਦੇ ਲੜ ਲਾਉਂਦੇ ਨੇ, ਉਹ ਮਹਾਂਪੁਰਸ਼ਾਂ ਦੇ ਕੋਲ ਰਹਿੰਦੇ ਨੇ, ਜੀਵਨ ਮਹਾਂਪੁਰਸ਼ਾਂ ਦਾ ਜਿਹੜਾ ਹੁੰਦਾ ਹੈ ਕੁਦਰਤੀ ਤੌਰ 'ਤੇ ਉਹਨਾਂ ਦੇ ਉੱਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ। ਸੰਸਾਰ ਨਾਲੋਂ ਫਿਰ ਵੀ ਚੰਗੇ ਰਹਿੰਦੇ ਨੇ, ਸ਼ਰਾਬਾਂ ਕਬਾਬਾਂ 'ਚ ਨਹੀਂ ਪੈਂਦੇ, ਕੁਛ ਅੰਦਰ ਗਿਆਨ ਹੁੰਦਾ, ਸੇਵਾ ਭਾਵ ਹੁੰਦਾ, ਮਾਂ ਬਾਪ ਦੀ ਇੱਜ਼ਤ ਹੁੰਦੀ ਹੈ, ਸੰਸਾਰ ਦੇ ਵਿੱਚ ਜਾਣਦੇ ਹੁੰਦੇ ਨੇ ਵੀ ਕਿਸ ਤਰ੍ਹਾਂ ਵਰਤਣਾ। ਸੋ ਉਹਨੇ ਵੀ ਸੋਚਿਆ ਕਿ ਬੱਚੇ ਨੇ ਫਿਰ ਬੜਾ ਹੋ ਕੇ ਤਾਂ ਬੜਾ ਬਿਜ਼ਨਸਮੈਨ ਬਣ ਜਾਣਾ ਮੇਰੇ ਵਰਗਾ, ਅਤੇ ਇਹਨੂੰ ਕੁਛ ਰੂਹਾਨੀ ਸੋਝੀ ਹੋ ਜਾਵੇ ਸੰਤਾਂ ਦੇ ਕੋਲ ਜਾ ਕੇ। ਸੋ ਉਹਨਾਂ ਨੇ ਬੱਚੇ ਨੂੰ ਨਾਲ ਲਿਆ, ਲੇਕਿਨ ਆਪਣਾ ਜੋ ਸੇਠਪੁਣਾ ਸੀ, ਵੱਡਪਣ ਸੀ, ਉਹ ਦਿਖਾਉਣ ਵਾਸਤੇ ਮਾਤਾ ਨੇ ਕੰਠੇ ਵੀ ਪਾ ਦਿੱਤੇ ਅਤੇ ਕੜੇ ਵੀ ਪਾ ਦਿੱਤੇ, ਹੋਰ ਵੀ ਗਹਿਣੇ ਪਾ ਦਿੱਤੇ, ਅਤੇ ਨਾਮਦੇਵ ਜੀ ਕੋਲ ਛੱਡ ਗਏ। ਸੇਠ ਜੀ ਨੇ ਕਿਹਾ ਵੀ ਭਗਤ ਜੀ ਇਹ ਬੱਚੇ ਨੂੰ ਵੀ ਸਾਂਭੋ ਅਤੇ ਆਪਣਾ ਸੇਵਕ ਬਣਾ ਲਓ, ਕੁਛ ਸੋਝੀ ਦੇਵੋ ਇਹਨੂੰ। ਕਹਿੰਦੇ ਕੋਈ ਨਾ ਸੇਠ ਜੀ, ਛੱਡ ਜਾਓ, ਜਿੱਥੇ ਹੋਰ ਬੱਚੇ ਨੇ ਇਹਨਾਂ ਨੂੰ ਦੇਖ ਦੇਖ ਕੇ ਇਹਦੇ ਜੀਵਨ 'ਤੇ ਅਸਰ ਪਏਗਾ। ਜਦ ਸ਼ਾਮ ਨੂੰ ਨਾਮਦੇਵ ਜੀ ਨੇ ਕਿਹਾ ਅੱਛਾ ਭਾਈ ਜਾਓ, ਉਸ ਨੂੰ ਦੇਖਿਆ, ਕਹਿਣ ਲੱਗੇ ਵੀ ਬੱਚਾ ਛੋਟਾ ਹੈ ਅਤੇ ਗਹਿਣੇ ਇੰਨੇ ਪਾਏ ਹੋਏ ਨੇ, ਕੋਈ ਚੋਰ ਚਕਾਰ ਜੇ ਚੱਕ ਕੇ ਲੈ ਗਿਆ ਗਲ ਘੁੱਟ ਦੂਗਾ, ਸੇਠ ਨੂੰ ਤਾਂ ਪਤਾ ਨਹੀਂ ਹੈ ਇਸ ਗੱਲ ਦਾ। ਹੁਣ ਸਾਡੇ ਕੋਲ ਕੋਈ ਪ੍ਰਬੰਧ ਨਹੀਂ ਹੈ ਵੀ ਅਸੀਂ ਨਾਲ ਬੰਦਾ ਭੇਜ ਦਈਏ ਇਹਦੇ। ਸੋ ਉਹਨਾਂ ਨੇ ਇਹੀ ਬਿਹਤਰ ਸਮਝਿਆ ਵੀ ਗਹਿਣੇ ਲਾ ਕੇ ਰੱਖ ਲਈਏ। ਗਹਿਣੇ ਲਾ ਲਏ, ਪੋਟਲੀ ਬੰਨ ਕੇ ਰੱਖ ਦਿੱਤੇ ਅਤੇ ਬੱਚਾ ਚਲੇ ਗਿਆ। ਜਦੋਂ ਘਰ ਗਿਆ, ਮਾਂ ਨੇ ਦੇਖਿਆ ਵੀ ਨਾ ਕੋਈ ਹੱਥਾਂ 'ਚ ਹੈ ਕੁਛ, ਨਾ ਪੈਰਾਂ 'ਚ ਹੈ, ਨਾ ਗਲ ਵਿੱਚ ਹੈ, ਅਤੇ ਉਸ ਵੇਲੇ ਕਹਿਣ ਲੱਗੀ ਵੀ ਤੇਰੇ ਗਹਿਣੇ ਕਿੱਥੇ ਗਏ? ਉਹ ਕਹਿੰਦਾ ਸੰਤਾਂ ਨੇ ਲਾ ਲਏ, ਭਗਤ ਜੀ ਨੇ ਲਾ ਲਏ। ਕਹਿੰਦੀ ਇਹੋ ਜਿਹਾ ਮਾੜਾ ਭਗਤ, ਹੁਣ ਕੀ ਦੇਣੇ ਨੇ? ਉਹਨੇ ਕਾਲੀ ਸੀ ਸੁਭਾਅ ਦੀ, ਜੇ ਤਾਂ ਵਿਚਾਰ ਵਾਲੀ ਹੁੰਦੀ ਕਹਿੰਦੀ ਮੈਂ ਕੋਈ ਗੱਲ ਹੋਣੀ ਹੈ, ਸੰਤ ਤਾਂ ਐਂ ਹੁੰਦੇ ਨੇ, ਇੱਕਦਮ ਬਦਲ ਗਈ। ਕਹਿੰਦੀ ਸੰਤਾਂ ਨੇ ਲਾ ਲਏ, ਹੁਣ ਇਹ ਦੇਣੇ ਨੇ ਆਪਦੀ ਬਿਰਤੀ ਨਾਲ ਸਾਧੂ ਰਲਾ ਲਏ, ਕਿਉਂਕਿ ਆਪਣੀ ਉਹ ਐਨਕ ਹੁੰਦੀ ਹੈ, ਆਪਣੀ ਐਨਕ ਨਾਲ ਦੂਜੇ ਨੂੰ ਅਸੀਂ ਦੇਖਣ ਦਾ ਯਤਨ ਕਰਦੇ ਹਾਂ। ਮਾੜਾ ਬੰਦਾ ਜਿਹੜਾ ਹੈ, ਠੱਗ ਬੰਦਾ ਹੈ, ਉਹ ਕਹਿੰਦਾ ਸਾਰੇ ਸੰਸਾਰ 'ਚ ਠੱਗ ਨੇ, ਚੋਰ ਕਹਿੰਦਾ ਸਾਰਾ ਸੰਸਾਰ ਚੋਰਾਂ ਦਾ, ਕ੍ਰਿਮੀਨਲ ਕਹਿੰਦਾ ਸਾਰੇ ਕ੍ਰਾਈਮ ਕਰਨ ਵਾਲੇ।
ਜਿਹੜਾ ਭਲਾ ਪੁਰਸ਼ ਹੈ ਉਹ ਕਹਿੰਦੇ ਇੱਥੇ ਮਾੜਾ ਹੀ ਕੋਈ ਨਹੀਂ, ਮਨ ਮੇਰੇ ਜਿਨ ਆਪਣਾ ਭਰਮ ਮਾਤਾ ਤਿਸਦੇ ਭਾਣੇ ਕੋਈ ਨਾ ਭੁੱਲਾ ਜਿਨ ਸਗਲੋ ਵਰਮ ਪਛਾਤਾ। ਉਹ ਕਹਿੰਦਾ ਇੱਥੇ ਮਾੜਾ ਹੀ ਨਹੀਂ ਹੈ, ਚੰਗੇ ਹੀ ਚੰਗੇ ਨੇ ਵਿਚਾਰੇ, ਇਹ ਕੋਈ ਗਲਤੀ ਹੋ ਗਈ ਹੋਣੀ ਹੈ, ਕੋਈ ਨਹੀਂ ਮਾੜਾ, ਕਿਉਂਕਿ ਬਿਰਤੀ ਹੁੰਦੀ ਆ ਆਪਣੀ ਆਪ ਨੂੰ। ਸੋ ਬਿਰਤੀ ਐਸੀ ਸੀ ਇੱਕਦਮ ਘਬਰਾ ਗਈ, ਘਬਰਾਈ ਹੋਈ ਉੱਥੇ ਹੀ ਨਹੀਂ ਟਿਕੀ, ਗਵਾਂਢਣ ਕੋ ਗਈ, ਕਹਿੰਦੀ ਲੈ ਭੈਣ ਨਾਮਦੇਵ ਨਾਮਦੇਵ ਕਰਦੇ ਨੇ ਭਗਤ ਭਗਤ ਕਰਕੇ, ਇਹ ਸਭ ਠੱਗੀ ਬੱਗੀ ਹੈ, ਕੁਛ ਨਹੀਂ ਹੈ। ਕਹਿੰਦੀ ਤੈਨੂੰ ਕੀ ਹੋ ਗਿਆ? ਕਹਿੰਦੀ ਮੈਨੂੰ ਕਿਹਾ, ਮੈਂ ਪ੍ਰਤੱਖ ਦੇਖ ਲਿਆ, ਮੈਂ ਬੱਚਾ ਭੇਜਿਆ ਸੀ ਸਾਰੇ ਗਹਿਣੇ ਪਾ ਕੇ, ਆ ਦੇਖ, ਕਹਿੰਦੀ ਕੁਛ ਨਹੀਂ ਹੈ, ਛੱਡਿਆ ਇਹਦੇ ਕੋਲ ਇੱਕ ਚੀਚੀ ਦੇ ਅੰਦਰ ਉਬਨੀ ਛੱਡੀ ਹੈਗੀ, ਮੁੰਦਰੀ ਵੀ ਨਹੀਂ ਛੱਡੀ। ਕਹਿੰਦੀ ਕੋਈ ਨਾ, ਸਵੇਰੇ ਪੁੱਛ ਲਿਓ। ਕਹਿੰਦੀ ਹੁਣ ਕੀ ਦੇਣਾ, ਜਿਹਨੇ ਲਾਏ ਲਈ ਉਹਨੇ ਕਹਿਣਾ, ਉਹਨੇ ਕਹਿਣਾ ਰਾਜ ਲਾ ਦੇ ਹੋਣੇ ਕਿਸੇ ਨੇ। ਉਹ ਵੀ ਕਨਵਿੰਸ ਹੋ ਗਈ, ਉਹ ਵੀ ਕਾਲੀ ਸੀ, ਉਹ ਅਗਲੀ ਗੁਆਂਢਣ ਤੋਂ ਗਈ। ਜਿਉਂ ਤੁਰਨ ਲੱਗੀ ਗੱਲ, ਸ਼ਾਮ ਥਾਈ ਸਾਰੇ ਹੀ ਘੁੰਮ ਗਈ, ਇਹਨੇ ਨੂੰ ਸੇਠ ਆ ਗਿਆ। ਸੇਠ ਨੂੰ ਕਿਹਾ ਵੀ ਆ ਚੰਗਾ ਤਾਂ ਪੜ੍ਹਨ ਲਾਇਆ ਨਾਮਦੇਵ ਨਾਮਦੇਵ ਕੋਲ, ਆ ਗਹਿਣੇ ਲਾ ਲਏ ਸਾਰੇ। ਕਹਿੰਦਾ ਹੋ ਨਹੀਂ ਸਕਦਾ, ਨਾਮਦੇਵ ਭਗਤ ਨੇ। ਕਹਿੰਦੀ ਤੂੰ ਰੱਖ ਭਗਤ, ਮੈਂ ਤਾਂ ਤੈਨੂੰ ਅੱਖੀਂ ਦੇਖੀ ਗੱਲ ਕਹਿੰਦੀ। ਉਹ ਕਹਿੰਦਾ ਫਿਰ ਕਾਹਲੀ ਕਿਉਂ ਪੈਂਦੀ ਹੈ, ਸਵੇਰੇ ਗੱਲ ਕਰ ਲੈ। ਕਹਿੰਦੀ ਨਾ, ਗੱਲ ਉਹਨੇ ਕਿਤੇ ਦੇਣੇ ਨੇ, ਤੂੰ ਐਵੇਂ ਕਮਲਾ। ਉਹ ਸੇਠ ਦੂਸਰੇ ਦਿਨ ਚਲਿਆ ਗਿਆ, ਜਾ ਕੇ ਜਦ ਨਾਮਦੇਵ ਜੀ ਨੂੰ ਨਮਸਕਾਰ ਕਰਕੇ ਬੈਠਾ, ਬੱਚਾ ਨਾਲ ਹੈ, ਨਾਮਦੇਵ ਜੀ ਕਹਿਣ ਲੱਗੇ, ਸੇਠ ਜੀ ਇਹ ਗਹਿਣੇ ਪਾ ਕੇ ਨਾ ਬੱਚਿਆਂ ਨੂੰ ਭੇਜਿਆ ਕਰੋ, ਤੁਹਾਨੂੰ ਪਤਾ ਵੀ ਗਹਿਣਾ ਜਿਹੜਾ ਹੈ ਇਹ ਪੈਸਾ ਟਕਾ ਬੱਚੇ ਦੀ ਜਾਨ ਦਾ ਦੁਸ਼ਮਣ ਹੋਇਆ ਕਰਦਾ, ਚੱਕ ਲਜਾਂਦੇ ਨੇ ਜਾਂ ਕੋਈ ਗਲ ਘੁੱਟ ਦੂਗਾ, ਆਹ ਫੜੋ ਆਪਣੇ ਗਹਿਣੇ। ਸੇਠ ਬੜਾ ਖੁਸ਼ ਹੋਇਆ ਅਤੇ ਨਾਲ ਅਫਸੋਸ ਵੀ ਬੜਾ ਹੋਇਆ, ਮੇਰੇ ਘਰ ਵਾਲੀ ਨੇ ਤਾਂ ਸਾਰੇ ਨਗਰ ਦੇ ਅੰਦਰ ਡਾਉਂਡੀ ਪਿੱਟਤੀ, ਇਹਨਾਂ ਕੋਲ ਗੱਲ ਆਉਣੀ ਹੈ ਅਤੇ ਬੁਰਾ ਮੰਨਣਗੇ। ਛੇਤੀ ਛੇਤੀ ਘਰ ਆ ਗਿਆ, ਆ ਕੇ ਕਹਿਣ ਲੱਗਿਆ ਤਾਂ ਬੜਾ ਮਾੜਾ ਕੰਮ ਕਰਿਆ, ਉਹਨੇ ਤਾਂ ਬੱਚੇ ਦੀ ਜਾਨ ਬਚਾਈ ਹੈ। ਉਸੇ ਵੇਲੇ ਕਿਹਾ ਵੀ ਗੁਆਂਢਣ ਨੇ ਨਾ ਗਾਂ ਗੱਲ ਕਰਤੀ ਹੋਵੇ, ਉੱਥੇ ਗਈ, ਕਹੀਂ ਲੈ ਭੈਣੇ ਉਹ ਤਾਂ ਬੜੇ ਚੰਗੇ ਸੀਗੇ, ਉਹ ਤਾਂ ਮੇਰੇ ਪੁੱਤ ਦੀ ਜਾਨ ਵੇ, ਮੈਨੂੰ ਐਵੇਂ ਗੁੱਸਾ ਆ ਗਿਆ, ਕਾਲ ਤਾਂ ਮੇਰਾ ਮਾਰ ਲੈਂਦਾ ਮੈਨੂੰ, ਜਦ ਮੈਂ ਤਾਂ ਦੇਖਿਆ ਹੀ ਹੈ ਮੈਂ ਕਾਲੀ ਬਹੁਤ। ਉਹ ਨੱਠ ਕੇ ਅਗਲੀ ਕੋ ਗਈ, ਸਾਰੇ ਨਗਰ ਦੇ ਅੰਦਰ ਹੋ ਗਿਆ ਵੀ ਨਾਮਦੇਵ ਜੀ ਬੜਾ ਚੰਗੇ ਨੇ, ਉਹਨਾਂ ਨੇ ਸੇਠ ਦੇ ਪੁੱਤ ਨੂੰ ਬਚਾਉਣ ਵਾਸਤੇ ਗਹਿਣੇ ਲਾਏ ਸੀ। ਉਹ ਜਦ ਅਗਲਾ ਦਿਨ ਹੋਇਆ ਤਾਂ ਨਾਮਦੇਵ ਜੀ ਦਾ ਕੋਈ ਸੇਵਕ ਗਿਆ, ਜਾ ਕੇ ਕਹਿਣ ਲੱਗਿਆ, ਕਹਿੰਦਾ ਭਗਤ ਜੀ ਹੈਰਾਨ ਹੈ, ਕਹਿੰਦੇ ਜਗਤ ਦਮੂਹ ਹੈ। ਕਹਿੰਦੇ ਕੀ ਗੱਲ? ਕਹਿੰਦੇ ਪਰਸੋਂ ਤਾਂ ਤੁਹਾਡੀ ਨਿੰਦਿਆ ਹੀ ਬੜੀ ਹੋਈ, ਕੋਈ ਬੰਦਾ ਨਹੀਂ ਹੈ ਜਿਹਨੇ ਤੁਹਾਡੀ ਨਿੰਦਿਆ ਨਾ ਕਰੀ ਹੋਵੇ, ਸਾਨੂੰ ਬੜਾ ਦੁੱਖ ਲੱਗਿਆ, ਅੱਜ ਤੁਹਾਡੀ ਉਸਤਤ ਹੋ ਰਹੀ ਹੈ। ਕਹਿੰਦੇ ਕੀ ਗੱਲ? ਕਹਿੰਦੇ ਤੁਸੀਂ ਕਿਤੇ ਗਹਿਣੇ ਗੁਹਣੇ ਲਾ ਲਏ ਉਹਦੇ ਵਿੱਚ, ਚੋਰ ਨਾ ਲੈ ਜਾਣ। ਕਹਿੰਦੇ ਸਾਰੇ ਹੋ ਗਿਆ ਵੀ ਦੇਖੋ ਜੀ ਭਗਤ ਨੇ ਠੱਗ ਲਿਆ ਸਾਰਾ, ਸੇਠ ਦਾ ਮੁੰਡਾ, ਸਾਰੇ ਗਹਿਣੇ ਲਾ ਲਏ। ਗੱਲ ਸੰਤਾਂ ਦੇ ਖਿਲਾਫ ਤਾਂ ਇੱਕ ਸਕਿੰਟ 'ਚ ਘੁੰਮਦੀ ਹੈ, ਪਤਾ ਨਹੀਂ ਮੌਕਾ ਹੀ ਤਾੜ ਦੇ ਹੁੰਦੇ ਨੇ ਬਈ ਮਾੜੀ ਜਿਹੀ ਗੱਲ ਹੋ ਜੇ, ਫਿਰ ਇਸ਼ਤਿਹਾਰ ਦੀ ਨਾ ਅਖਬਾਰ ਦੀ ਕਾਸੇ ਦੀ ਲੋੜ ਨਹੀਂ, ਦੂਰ ਦਰਾਜ ਤਾਂ ਹੀ ਗੱਲ ਪਹੁੰਚ ਜਾਂਦੀ ਆ, ਔਰ ਬਿਨਾਂ ਦੇਖੀ ਬਿਨਾਂ ਪੈਰ ਤੋਂ ਗੱਲ ਚੱਲਦੀ, ਅਜੇ ਚੰਗੀ ਨਹੀਂ ਚੱਲਦੀ, ਚੰਗੀ ਰੁਕ ਜਾਂਦੀ। ਕਹਿੰਦੇ ਅੱਜ ਉਸਤਤ ਹੋ ਰਹੀ ਹੈ, ਜਿਨ੍ਹਾਂ ਨੇ ਨਿੰਦਿਆ ਕਰੀ ਸੀ ਅੱਜ ਉਹ ਆਪਣੇ ਮੂੰਹ ਨਾਲ ਕਹਿੰਦੇ ਨੇ ਵੀ ਨਾਮਦੇਵ ਜੀ ਤਾਂ ਬੜੇ ਚੰਗੇ ਨੇ, ਉਹਨਾਂ ਤਾਂ ਸੇਠ ਦੇ ਬੱਚੇ ਨੂੰ ਬਚਾਉਣ ਵਾਸਤੇ ਗਹਿਣੇ ਲਾਏ ਸੀ। ਨਾਮਦੇਵ ਜੀ ਮੌਜ ਨਾਲ ਬੈਠੇ ਸੀ, ਮੂਹਰੇ ਸਵਾਹ ਪਈ ਸੀ, ਦੋਹਾਂ ਮੂਠੀਆਂ 'ਚ ਭਰ ਲਈ, ਇੱਕ ਇੱਧਰ ਨੂੰ ਮਾਰੀ, ਕਹਿੰਦੇ ਆ ਨਿੰਦਕਾਂ ਦੇ ਸਿਰ, ਇੱਕ ਇੱਧਰ ਨੂੰ ਮਾਰੀ ਆ ਕਹਿੰਦੇ ਉਸਤਤ ਕਰਨ ਵਾਲਿਆਂ ਦੇ ਸਿਰ। ਕਹਿੰਦੇ ਉਹ ਤਾਂ ਉਸਤਤ ਕਰਦੇ ਆ, ਕਹਿੰਦੇ ਕੋਈ ਨਹੀਂ ਕਰਦਾ ਉਸਤਤ ਅਸਤ, ਜੇ ਉਸਤਤ ਕਰਨੀ ਨਿੰਦਿਆ ਕਰਨੂੰ ਕਰਦੇ ਸੀ, ਇਹ ਤਾਂ ਸੰਸਾਰ ਦਮੋਹ ਹੈ। ਸੋ ਮਹਾਰਾਜ ਕਹਿੰਦੇ ਛੱਡ ਦਿਓ ਇਹ, ਕੋਈ ਗੱਲ ਨਹੀਂ, ਨਾ ਪ੍ਰੇਜ਼ ਤੋਂ ਖੁਸ਼ ਹੋਵੋ ਨਾ ਨਿੰਦਿਆ ਤੋਂ, ਨਿੰਦਿਆ ਤੋਂ ਖੁਸ਼ ਹੋ ਜਾਓ, ਪ੍ਰੇਜ਼ ਤੋਂ ਨਾ ਹੋਵੋ, ਕਿਉਂਕਿ ਨਿੰਦਾ ਕਰੇ ਸੋ ਹਮਰਾ ਮੀਤ, ਉਹ ਤਾਂ ਸਾਡਾ ਭਲਾ ਚਾਹੁੰਦਾ, ਉਸਤਤ ਕਰਨ ਵਾਲਾ ਨਹੀਂ ਚਾਹੁੰਦਾ, ਉਸਤਤ ਕਰਨ ਵਾਲਾ ਵਿਗਾੜ ਦਿੰਦਾ ਆਦਮੀ ਨੂੰ, ਖਾਮਗਾ ਦੀ ਹਉਮੈ ਹੋ ਜਾਂਦੀ ਹੈ, ਉਹ ਫਿਰ ਜੇ ਕੋਈ ਨਾ ਕਰੇ ਪੂਰੀ ਤਰ੍ਹਾਂ ਉਹਨਾਂ ਸਤਿਕਾਰ ਦਾ ਨਾਰਾਜ਼ ਹੋ ਜਾਂਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਨਾ, ਜਨ ਨਾਨਕ ਇਹ ਖੇਲ ਘਟਣਾ ਹੈ ਕਿਨੂੰ ਗੁਰਮੁਖ ਜਾਣ, ਪਰ ਨਿੰਦਾ ਉਸਤਤ ਨਹਿ ਜਾ ਕੇ ਕੰਚਨ ਲੋਹ ਸਮਾਨ। ਜਿਹਨੂੰ ਪਰਾਈ ਨਿੰਦਿਆ ਅਤੇ ਉਸਤਤ ਅਤੇ ਕੰਚਨ ਅਤੇ ਲੋਹਾ, ਹਰਕ ਸੋਗ ਅਤੇ ਰਹੇ ਅਤੀਤਾ, ਯੋਗ ਯੋਗੀ ਤਾਹੇ ਵਿਖਾਨੋ, ਕਹਿੰਦੇ ਉਹ ਯੋਗੀ ਹੋਇਆ ਕਰਦਾ, ਰੱਬ ਨਾਲ ਜੁੜਿਆ ਹੋਇਆ, ਜਿਹੜਾ ਇਹਨਾਂ ਗੱਲਾਂ 'ਚ ਆਇਆ ਉਹਦਾ ਨਾਮ ਨਹੀਂ ਚੱਲਦਾ। ਸੋ ਇਸ ਤਰ੍ਹਾਂ ਦੇ ਨਾਲ ਇਹ ਨਿੰਦਿਆ ਅਤੇ ਉਸਤਤ ਦੋ ਬੰਧਨ ਨੇ ਬੰਦਗੀ ਕਰਨ ਵਾਲੇ ਨੂੰ। ਸੋ ਇਹ ਜਦ ਤੱਕ ਸਾਵਧਾਨ ਨਹੀਂ ਹੁੰਦਾ ਨਹੀਂ ਚੱਲਦਾ। ਇਸੇ ਤਰ੍ਹਾਂ ਈਰਖਾ, ਈਰਖਾ ਜਿੰਨਾ ਚਿਰ ਮਨ 'ਚ ਹੈ ਕਰੋ ਈਰਖਾ, ਕਦੇ ਨਾਮ ਜਪ ਕੇ ਦੇਖ ਲਓ, ਜੇ ਕਦੇ ਹੋ ਜਾਵੇ ਉਹੀ ਸਾਹਮਣੇ ਖੜੂ ਜਿਹਦੇ ਨਾਲ ਈਰਖਾ ਕਰੋਗੇ,
ਗੁਰੂ ਨਾਨਕ ਦਾ ਧਿਆਨ ਧਰੋਂਗੇ ਆਉਣਾ ਆਉਂਦੇ ਹਾਂ, ਕਿਉਂਕਿ ਉਹਨੂੰ ਤੁਸੀਂ ਬੁਲਾ ਰਹੇ ਹੋ ਆਪਣੇ ਅੰਦਰ। ਜਦ ਮਾੜੇ ਬੰਦੇ ਨੂੰ ਅਸੀਂ ਅੰਦਰ ਬੁਲਾਵਾਂਗੇ ਤਾਂ ਹੀ ਈਰਖਾ ਹੋਏਗੀ, ਤਾਂ ਹੀ ਨਿੰਦਿਆ ਹੋਏਗੀ। ਪਹਿਲਾਂ ਉਹਦਾ ਵਜੂਦ ਸਾਡੇ ਅੰਦਰ ਆਏਗਾ ਅਤੇ ਫਿਰ ਉਹਦੀ ਬਾਤ ਚੱਲੇਗੀ। ਸੋ ਇਹਨੂੰ ਤਾਂ ਮੱਥਾ ਹੀ ਟੇਕ ਦੇਵੇ, ਨਾਲ ਕਹਿ ਦੇਵੇ ਚਰਨੀ ਹੱਥ ਲਾ ਕੇ ਅੰਤਰ ਧਿਆਨ ਹੋ ਕੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ ਭਲਾ, ਪਾਤਸ਼ਾਹ ਭਲਾ ਹੀ ਕਰ, ਇਹ ਜਿਹੜੇ ਬੁਰਾ ਕਰਦੇ ਨੇ ਉਹਨਾਂ ਦਾ ਵੀ ਭਲਾ ਕਰ, ਇਹਦੇ ਵਿੱਚ ਆਪਣਾ ਭਲਾ ਵਜਾਇਆ ਕਰ। ਸੋ ਇਸ ਤਰ੍ਹਾਂ ਨੁਕਸ ਨੇ ਥੋੜ੍ਹੇ ਥੋੜ੍ਹੇ, ਫਿਰ ਪੰਜ ਚੋਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਵੀ ਅੰਦਰ ਖੌਰੂ ਪਾਉਂਦੇ ਨੇ, ਦੌੜਦੇ ਫਿਰਦੇ ਆ ਜਿਵੇਂ ਝੋਟੇ ਭਿੜਦੇ ਹੁੰਦੇ ਨੇ, ਐਂ ਫਿੜਦੇ ਨੇ, ਮਨ ਨੂੰ ਵੀ ਬਿਮਾਰ ਕਰਦੇ ਨੇ, ਸਰੀਰ ਨੂੰ ਵੀ ਬਿਮਾਰ ਕਰਦੇ ਨੇ। ਕਾਇਆਂ ਨੂੰ ਗਾਲਦੇ ਕਾਮ ਤੇ ਸਰੀਰ ਨੂੰ ਜੇ ਗਾਲਣਾ ਹੋਵੇ ਦੋਏ ਚੀਜ਼ਾਂ ਬਹੁਤ ਨੇ, ਕਿੰਨਾ ਹੀ ਖਾਈ ਜਾ ਕਿੰਨਾ ਹੀ ਵਿਟਾਮਿਨ ਖਾ ਲੈ ਜੋ ਕਰਨਾ ਕਰ ਲੈ, ਇਹ ਦੋ ਚੀਜ਼ਾਂ ਜਿੰਨਾ ਚਿਰ ਦੰਦ ਨਾ ਆਉਂਦੀਆਂ ਨੇ ਉਹਨਾਂ ਚਿਰ ਸਰੀਰ ਗਲਦਾ ਹੀ ਚਲਾ ਜਾਏਗਾ, ਜਿਉਂ ਕੰਚਨ ਸੁਹਾਗਾ ਟਲ। ਕ੍ਰੋਧ ਕਰਨ ਵਾਲਾ ਬੰਦਾ ਪਰਮੇਸ਼ੁਰ ਦੇ ਦਰ ਤੋਂ ਬਹੁਤ ਦੂਰ ਚਲਾ ਜਾਂਦਾ। ਜਿਸ ਅੰਤਰ ਕ੍ਰੋਧ ਚੰਡਾਲ ਤਿਸਕੇ ਨਿਕਟ ਨਾ ਪਿੱਟੀਏ, ਦੋ ਤਰ੍ਹਾਂ ਦਾ ਕ੍ਰੋਧ ਹੁੰਦਾ। ਗੁਰਮੁਖ ਦਾ ਗੁੱਸਾ ਕਹਿੰਦੇ ਨੇ ਪਾਣੀ 'ਤੇ ਲਕੀਰ ਹੋਇਆ ਕਰਦੀ, ਮਨਮੁਖ ਦਾ ਜਿਹੜਾ ਹੈਗਾ ਉਹ ਪੱਥਰ 'ਤੇ ਲਕੀਰ ਹੁੰਦੀ ਆ, ਉਹ ਨਹੀਂ ਹਟਦਾ, ਉਹ ਅੰਦਰ ਚਲਾ ਜਾਂਦਾ, ਹੱਡੀਆਂ 'ਚ ਚਲਾ ਜਾਂਦਾ, ਸਰੀਰ ਨੂੰ ਗਾਲਣਾ ਸ਼ੁਰੂ ਕਰ ਦਿੰਦਾ। ਇੱਥੇ ਇੱਕ ਬੀਬੀ ਆਈ, ਕਹਿਣ ਲੱਗੀ ਮੇਰੇ ਕੇਸ ਲੈ ਗਏ। ਮੈਂ ਕੀ ਗੱਲ ਕਹੀ, ਮੈਨੂੰ ਗੁੱਸਾ ਬਹੁਤ ਆਉਂਦਾ, ਬਹੁਤ ਆਉਂਦਾ ਸੀ, ਮੈਂ ਵੀ ਦੇਖਿਆ, ਗੱਲਾਂ ਸੁਣੀਆਂ, ਬਹੁਤ ਗੁੱਸਾ। ਮੈਂ ਕਿਹਾ ਬੇਟਾ ਇਹ ਤਾਂ ਤੇਰਾ ਸਰੀਰ ਬਹੁਤ ਗਲ ਜਾਏਗਾ, ਬਿਮਾਰੀਆਂ ਲੱਗ ਜਾਣਗੀਆਂ, ਬਹੁਤ ਮੁਸ਼ਕਲ ਹੋ ਜਾਏਗੀ, ਕਿਉਂਕਿ ਕ੍ਰੋਧੀ ਜਲਦਾ ਰਹਿੰਦਾ, ਖੂਨ ਜਲ ਦਿੰਦਾ ਆਪਣਾ ਅੰਦਰਲਾ ਸਾਰਾ, ਉਹ ਬਿਮਾਰ ਹੋਇਆ ਰਾਜੀ ਨਹੀਂ ਹੋਇਆ ਕਰਦਾ, ਫਿਰ ਲੋਕਾਂ ਦੇ ਵਿੱਚ ਫਿੱਕਾ ਪੈ ਜਾਂਦਾ, ਕਿਉਂਕਿ ਗੱਲ ਉਹਨੇ ਤਾਂ ਕਹਿ ਦੇਣੀ ਹੈ ਕ੍ਰੋਧ 'ਚ ਆ ਕੇ, ਉਹ ਭੁੱਲ ਜਾਏਗਾ ਲੇਕਿਨ ਦੂਸਰੇ 'ਤੇ ਯਾਦ ਰਹਿੰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਕ੍ਰੋਧ ਜਿਹੜਾ ਹੈ ਇਹ ਨੁਕਸਾਨ ਕਰਦਾ। ਸ਼ਬਦ ਦੱਸਿਆ, ਮੈਂ ਕਿਹਾ ਤੂੰ ਪਾਠ ਕਰਿਆ ਕਰ ਜਪਜੀ ਸਾਹਿਬ ਦੇ, ਬਾਣੀ ਪਿਆਰ ਨਾ ਪੜ੍ਹ। ਅਖੀਰ ਉਹਦਾ ਕ੍ਰੋਧ ਹਟਿਆ ਅਤੇ ਕੇਸ ਆਉਣੇ ਸ਼ੁਰੂ ਹੋ ਗਏ, ਅੱਖਾਂ ਨਾਲ ਅਸੀਂ ਦੇਖੀਆ ਇਹ ਗੱਲ। ਸੋ ਬਾਕੀ ਜੇ ਕੋਈ ਕ੍ਰੋਧ ਕਰਨ ਵਾਲਾ ਕਹੇ, ਕ੍ਰੋਧੀ ਬੰਦਾ ਕ੍ਰੋਧ ਅੰਦਰ ਲਈ ਫਿਰਦਾ, ਫਿਰ ਕਹੇ ਮੇਰੀ ਸੁਰਤੀ ਚੜ੍ਹਦੀ ਆ, ਨਹੀਂ ਸਾਧਨ ਹੈਗੀ, ਇਹ ਮੂਡ ਹੁੰਦੇ ਨੇ, ਮੂਡੀ ਹੁੰਦਾ ਉਹ ਬੰਦਾ, ਕਬੂੰ ਜੀੜਾ ਉਹ ਚੜ੍ਹਦਾ ਹੈ ਕਬੂੰ ਜਾਏ ਪਿਆਲੇ, ਇਹ ਅਵਸਥਾ ਨਹੀਂ ਪ੍ਰਾਪਤ ਹੁੰਦੀ, ਸੰਬਿਰਤੀ ਨਹੀਂ ਆਉਂਦੀ, ਅਸਥਿਰ ਬੁੱਧੀ ਨਹੀਂ ਪ੍ਰਾਪਤ ਹੁੰਦੀ ਜਦ ਤੱਕ ਹੰਡੋਲੇ 'ਤੇ ਚੜ੍ਹਿਆ ਹੋਇਆ, ਕਦੇ ਕ੍ਰੋਧੀ ਹੋ ਗਿਆ ਕਦੇ ਸ਼ਾਂਤੀ ਜਾ ਗਿਆ, ਕਦੇ ਕ੍ਰੋਧੀ ਹੋ ਗਿਆ ਕਦੇ ਸ਼ਾਂਤੀ ਜਾ ਗਿਆ। ਸੋ ਇਹ ਟੋਟਲੀ ਛੱਡਣਾ ਪੈਂਦਾ ਕ੍ਰੋਧ, ਫਿਰ ਜਾ ਕੇ ਹੁੰਦਾ। ਇੱਕ ਵਾਰੀ ਗੁਰੂ ਛੇਵੇਂ ਪਾਤਸ਼ਾਹ ਦੇ ਵੇਲੇ ਬ੍ਰਾਹਮਣ ਸੀਗੇ, ਕਥਾ ਕਰਿਆ ਕਰਦੇ ਸੀ ਅਤੇ ਗੁੱਸੇ ਹੋ ਗਿਆ, ਬੁਲਾਇਆ ਹੋਇਆ ਨਾ ਕਿਸੇ ਦਾ ਆਵੇ, ਇੱਕ ਉੱਥੇ ਬੈਠਾ ਸੀ ਪ੍ਰੇਮੀ, ਉਹ ਕਹਿਣ ਲੱਗਿਆ ਵੀ ਮੈਂ ਲਿਆਉਣਾ। ਕਹਿਣ ਲੱਗੇ ਤੂੰ ਕਿਵੇਂ ਲੈ ਆਵੇਂਗਾ, ਰਾਜੇ ਦੀ ਬਾਤ ਹੈ, ਕਿਸੇ ਰਾਜੇ ਦੇ ਦਰਬਾਰ ਦੀ।
ਬਈ ਸਾਰੇ ਵਜ਼ੀਰ ਵੀ ਚਲਿਆ ਗਿਆ, ਹੋਰ ਮੈਂ ਬੜੇ ਬੜੇ ਭੇਜਦੇ ਨੇ ਅਤੇ ਉਹ ਆਉਂਦਾ ਨਹੀਂ। ਕਹਿਣ ਲੱਗਿਆ ਮਹਾਰਾਜ ਮੈਂ ਚੰਡਾਲ ਹਾਂ, ਇਹ ਜੋ ਕ੍ਰੋਧ ਹੁੰਦਾ ਇਹ ਵੀ ਮੇਰਾ ਭਾਈ ਹੈ, ਜੇ ਨਾ ਆਇਆ ਮੈਂ ਮੁੰਡੇ ਤੋਂ ਫੜ ਕੇ ਲਿਆਉਣਾ ਕਿਉਂਕਿ ਮੇਰਾ ਭਾਈ ਆ ਉਹਦੇ ਅੰਦਰ। ਉੱਥੇ ਚਲਿਆ ਗਿਆ ਜਾ ਕੇ, ਕਹਿੰਦਾ ਪੰਡਿਤ ਜੀ ਮਹਾਰਾਜ ਬੁਲਾਉਂਦੇ ਨੇ ਰਾਜੇ। ਕਹਿਣ ਲੱਗਿਆ ਕਈ ਆ ਗਏ ਨੇ, ਤੂੰ ਕੌਣ ਹੈ? ਕਹਿੰਦੇ ਮੈਂ ਚੰਡਾਲ ਹਾਂ। ਕਹਿੰਦੇ ਤੂੰ ਕਿਉਂ ਮੇਰੇ ਦਰਵਾਜ਼ੇ 'ਤੇ ਆਇਆ? ਕਹਿੰਦਾ ਤੇਰੇ ਅੰਦਰ ਮੇਰਾ ਭਾਈ ਵੜਿਆ ਹੋਇਆ, ਮੈਂ ਉਹਨੂੰ ਲੈਣ ਆਇਆ। ਕਹਿੰਦਾ ਤੇਰਾ ਭਰਾ ਇੱਥੇ ਕਿੱਥੇ? ਕਹਿੰਦਾ ਕਿੱਥੇ ਹੋਣਾ ਸੀ, ਤੇਰੇ ਅੰਦਰ ਕ੍ਰੋਧ ਜਿਹੜਾ ਹੈ ਚੰਡਾਲ ਹੋਇਆ ਕਰਦਾ, ਨਹੀਂ ਸਿੱਧੀ ਤਰ੍ਹਾਂ ਤੁਰ ਪਾਇਆ ਅਤੇ ਨਹੀਂ ਮੈਂ ਬਾਂਹ ਤੋਂ ਫੜ ਕੇ ਲੈ ਜਾਊਂ। ਸੋ ਮਹਾਰਾਜ ਕਹਿੰਦੇ ਜਿਸ ਅੰਤਰ ਕ੍ਰੋਧ ਚੰਡਾਲ ਤਿਸਕੇ ਨਿਕਟ ਨਾ ਪਿੱਟੀ। ਕਹਿੰਦੇ ਉਹਦੀ ਛੋਤ ਲੱਗਦੀ ਹੈ, ਉਹਦੇ ਬਲੱਡ ਦੀ ਵਾਈਬਰੇਸ਼ਨ ਸਾਡੇ ਵਿੱਚ ਐਂਟਰ ਕਰ ਜਾਏਗੀ, ਕਹਿੰਦੇ ਨੇੜੇ ਨਾ ਹੱਥ ਬਣਾ ਲਾਓ ਉਸਨੂੰ, ਕਿਉਂਕਿ ਉਹ ਉਸ ਵੇਲੇ ਪਿੱਟਿਆ ਹੋਇਆ। ਸੋ ਉਹਦਾ ਨਾਮ ਕਿਵੇਂ ਚੱਲ ਜਾਏਗਾ ਜੇ ਕ੍ਰੋਧੀ ਬੰਦਾ ਕਹੇ ਵੀ ਮੇਰਾ ਨਾਮ ਚੱਲਦਾ? ਬਿਲਕੁਲ ਗਲਤ ਹੈ, ਸ਼ਾਂਤ ਬਿਰਤੀ ਵਾਲੇ ਦਾ ਨਾਮ ਚੱਲਦਾ। ਜਿਹੜੀ ਬਿਰਤੀ ਕਦੇ ਅੱਪ ਹੋ ਗਈ ਕਦੇ ਡਾਊਨ ਹੋ ਗਈ ਉਹ ਨਹੀਂ ਚੱਲਿਆ ਕਰਦੀ, ਉਹ ਥਿਰ ਬੁੱਧੀ ਨਹੀਂ ਹੋਇਆ ਕਰਦੀ। ਸੋ ਇਸ ਤਰ੍ਹਾਂ ਦੇ ਨਾਲ ਇਹਨਾਂ ਸਾਰਿਆਂ ਨੂੰ ਸਮਤਾ 'ਚ ਲਿਆਉਣਾ ਪੈਂਦਾ। ਸੋ ਬਾਕੀ ਜੇ ਸਾਰਾ ਅਸੀਂ ਸਮਝੀਏ ਤਾਂ ਇਹ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ ਹੈ ਇਹਦੇ ਵਿੱਚ ਜੋ ਸਿੱਖਿਆ ਹੈ ਇਹਨੂੰ ਐਂ ਨਾ ਪੜਿਆ ਕਰੋ ਵੀ ਮੈਂ ਇੰਨੇ ਪੱਤਰੇ ਕਰਤੇ ਇੰਨੇ ਪੱਤਰੇ ਕਰਤੇ ਨਾ। ਮੈਂ ਤਾਂ ਜੀ ਰੋਜ਼ ਦਾ 30 ਪੱਤਰੇ ਦਾ ਨਿਤਨੇਮ ਹੀ ਹਾਂ। ਹੋਵੇਗਾ ਪ੍ਰੇਮੀਆ ਪੜ੍ਹ ਲੈਂਦਾ, ਤਕੜਾ ਬੰਦਾ ਹੈ, ਤੇਰਾ ਬ੍ਰੇਨ ਤਕੜਾ, ਪਰ ਉਹਦੇ ਨਾਲੋਂ ਜੇ ਦੋਏ ਪੜ੍ਹ ਲਏ ਬਹੁਤ ਨੇ, ਵਿਚਾਰ ਕੇ ਪੜ੍ਹ ਲੈ। ਕਿਉਂ ਬਾਣੀ ਵਿਚਾਰਨੀ ਪੈਂਦੀ ਹੈ, ਬਹੁਤ ਗਹਿਰੀ ਹੈ, ਡੂੰਘੀ ਹੈ। ਪਹਿਲਾਂ ਵਿਚਾਰੋ ਅਤੇ ਫਿਰ ਮੰਨੋ। ਜੇ ਮੰਨਦੇ ਨਹੀਂ ਹਾਂ ਪੜ੍ਹ ਨੂੰ ਤਾਂ ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਪ੍ਰਿਯੰਗਮ ਸਾਧੇ, ਪੰਜ ਜਣਾ ਸਿਉ ਸੰਗ ਨਾ ਛੁਟਕਿਓ, ਅਧਿਕ ਅੰਬਦ ਵਾਧੇ ਪਿਆਰੇ, ਇਨ ਵਿਦ ਮਿਲਣਾ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪਰੇ ਸਵਾਮੀ ਕੇ ਦੁਆਰੇ, ਦਿਜੈ ਬੁੱਧ ਵਿਵੇਕਾ। ਜਿਹੜੀ ਵਿਚਾਰ ਵਾਲੀ ਬੁੱਧੀ ਜਿੰਨਾ ਚਿਰ ਪ੍ਰਾਪਤ ਨਹੀਂ ਹੁੰਦੀ ਉਨਾ ਚਿਰ ਗੱਲ ਨਹੀਂ ਕਰਿਆ ਕਰਦੀ, ਕੇਵਲ ਬਾਤ ਬਾਤ ਰਹਿ ਜਾਂਦੀ। ਭਾਈ ਗੁਰਦਾਸ ਜੀ ਲਿਖਦੇ ਨੇ ਵੀ ਜੇ ਕੋਈ ਕਹੀ ਜਾਵੇ ਖੰਡ 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 ਖੰਡ, ਕਹਿੰਦੇ ਮੂੰਹ ਮਿੱਠਾ ਹੋ ਜਾਏਗਾ। ਜੇ ਕੋਈ ਕਹੀ ਜਾਵੇ ਸਿਆਲ ਦੇ ਮਹੀਨੇ ਅੱਗ 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 ਅੱਗ, ਕਹਿੰਦੇ ਉਹਦਾ ਪਾਲਾ ਲਹਿ ਜਾਏਗਾ। ਜੇ ਬਿਮਾਰ ਬੰਦਾ ਕਹੀ ਜਾਵੇ ਵੈਦ 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 ਵੈਦ, ਕਹਿੰਦੇ ਉਹ ਰਾਜੀ ਹੋ ਜਾਏਗਾ। ਜੇ ਕੋਈ ਗਰੀਬ ਆਦਮੀ ਕਹੀ ਜਾਵੇ ਪੈਸਾ 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 ਪੈਸਾ, ਕਹਿੰਦੇ ਉਹ ਅਮੀਰ ਬਣ ਜਾਏਗਾ। ਸੋ ਇਸ ਤਰ੍ਹਾਂ ਦੇ ਨਾਲ ਜੇ ਕੋਈ ਚੰਦਨ ਚੰਦਨ ਕਹੀ ਜਾਵੇ, ਸੁਗੰਧੀ ਤਾਂ ਨਹੀਂ ਆਉਂਦੀ ਸਰੀਰ ਦੇ ਕੱਪੜਿਆਂ 'ਚੋਂ, ਚੰਦ ਚੰਦ ਕਹੇ ਤਾਂ ਚਾਨਣਾ ਨਹੀਂ ਹੁੰਦਾ। ਇਸੇ ਤਰ੍ਹਾਂ ਦੇ ਨਾਲ ਗਿਆਨ ਦੀਆਂ ਗੱਲਾਂ ਕਰਨੀਆਂ, ਗਿਆਨ ਦੀਆਂ ਬਾਤਾਂ ਪੜ੍ਹਨੀਆਂ, ਉਹਦੇ ਨਾਲ ਉਹ ਅਵਸਥਾ ਨਹੀਂ ਪ੍ਰਾਪਤ ਹੁੰਦੀ ਜਦ ਤੱਕ ਉਹਦੀ ਕਮਾਈ ਨਹੀਂ ਕਰਦੇ। ਸੋ ਉਹਦੇ ਬਾਰੇ ਐਸਾ ਫਰਮਾਨ ਹੈ, ਮਨ ਪਿਆਰਿਆ ਸਿੱਖਿਆ ਪੂਰਿਆ ਗੁਰਾਂ, ਸਿੱਖ
ਪਿਆਰਿਆ ਉੱਚਿਆ ਪੂਰਿਆ ਗੁਰਾ ਮਨ ਪਿਆਰਿਆ ਉੱਚਿਆ ਪੂਰਿਆ ਸਿੱਖਿਆ ਦਿੰਦੇ ਨੇ। ਜਦ ਤੱਕ ਅਸੀਂ ਉਹਨੂੰ ਨਹੀਂ ਮੰਨਦੇ ਅਤੇ ਮੂੰਹ ਦੇ ਨਾਲ ਰਾਮ ਰਾਮ ਕਰੀ ਜਾਂਦੇ ਹਾਂ, ਮਹਾਰਾਜ ਕਹਿੰਦੇ ਗੱਲ ਨਹੀਂ ਬਣਨੀ ਪ੍ਰੇਮੀਆਂ, ਤੂੰ ਗੁਰੂ ਦੀ ਸਿੱਖਿਆ ਮੰਨ ਫਿਰ ਚੱਲੇਗਾ ਇਸ ਰਸਤੇ 'ਤੇ, ਕਿਉਂਕਿ ਰਹਿਤਾਂ ਹੁੰਦੀਆਂ। ਆ ਮਸ਼ੀਨ ਬੋਲਦੀ ਆ, ਲਾਊਡ ਸਪੀਕਰ ਬੋਲਿਆ, ਕਿੰਨੀਆਂ ਤਾਰਾਂ ਲੱਗੀਆਂ ਹੋਈਆਂ, ਜਦ ਤੀ ਸਾਰੀਆਂ ਤਾਰਾਂ ਸੈੱਟ ਨਹੀਂ ਹੁੰਦੀਆਂ ਆਵਾਜ਼ ਕਿਵੇਂ ਜਾਏਗੀ। ਟੈਲੀਵਿਜ਼ਨ ਹੈ, ਜਦ ਤੱਕ ਸਾਰੀਆਂ ਤਾਰਾਂ ਪ੍ਰੋਪਰ ਆਰਡਰ 'ਚ ਨਹੀਂ ਹੁੰਦੀਆਂ, ਉਨੀ ਦੇਰ ਤੱਕ ਨਾ ਕਲਰ ਠੀਕ ਆਵੇ ਨਾ ਸ਼ਕਲ ਠੀਕ ਆਵੇ, ਲਕੀਰਾਂ ਜਿਹੀਆਂ ਪਈ ਜਾਣਗੀਆਂ, ਕਿਉਂਕਿ ਉਹ ਤਾਰਾਂ ਦੇ ਵਿੱਚ ਡਿਫੈਕਟ ਹੈ। ਇਸੇ ਤਰ੍ਹਾਂ ਦੇ ਨਾਲ ਜਦ ਤੱਕ ਅੰਦਰਲੀਆਂ ਰਹਿਤਾਂ ਅਸੀਂ ਪੂਰੀਆਂ, ਬਾਹਰਲੀਆਂ ਰਹਿਤਾਂ ਅਤੇ ਅੰਦਰਲੀਆਂ ਰਹਿਤਾਂ ਪੂਰੀ ਤਰ੍ਹਾਂ ਨਹੀਂ ਮੰਨਦੇ, ਉਨੀ ਦੇਰ ਤੱਕ ਨਾਮ ਦੀ ਚੜ੍ਹਾਈ ਨਹੀਂ ਆਦਮੀ ਕਰ ਸਕਦਾ। ਇਹੀ ਵਜ੍ਹਾ ਹੈ ਕਿ ਜਪਦੇ ਨੇ ਫਿਰ ਥੱਲੇ ਰਹਿ ਜਾਂਦੇ ਨੇ, ਜਪਦੇ ਨੇ ਫਿਰ ਥੱਲੇ ਰਹਿ ਜਾਂਦੇ। ਮਹਾਰਾਜ ਕਹਿੰਦੇ ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ, ਅਨਦਨ ਕਰਮ ਕਰੇ ਬਹੁਤੇਰੇ ਸੁਪਨੇ ਸੁੱਖ ਨਾ। ਹਰ ਹਰ ਤਾਂ ਕਰਦਾ ਲੇਕਿਨ ਕਪਟ ਹੈ ਹਿਰਦੇ ਦੇ ਅੰਦਰ। ਸੋ ਉਹ ਸਾਰੀ ਜੋ ਸਿੱਖਿਆ ਗੁਰੂ ਮਹਾਰਾਜ ਨੇ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਨੋਟ ਕਰਨ ਦੀ ਕੋਸ਼ਿਸ਼ ਕਰੋ ਵੀ ਮਹਾਰਾਜ ਕਹਿੰਦੇ ਕੀ ਨੇ। ਜਾਂ ਗੁਰੂ ਧਾਰਨ ਕਰ ਲਿਆ, ਇਸ ਰਸਤੇ ਚੱਲ ਵੀ ਚੱਲ ਪਏ, ਹੁਣ ਸਾਨੂੰ ਪੂਰੇ ਸਾਵਧਾਨੀ ਦੇ ਨਾਲ ਅੱਗੇ ਵੜਨਾ ਚਾਹੀਦਾ। ਅਤੇ ਮਹਾਰਾਜ ਕਹਿੰਦੇ ਆ ਮਿਥਿਆ ਨਾਹੀਂ ਰਸਨਾ ਪਰਸ, ਨਾ ਹਾਸੇ 'ਚ ਨਾ ਮਖੌਲ 'ਚ ਨਾ ਕਿਸੇ ਨੂੰ ਗਲਤ ਗੱਲ ਕਰਨ 'ਚ। ਕਹਿੰਦੇ ਰਸਨਾ ਦੇ ਨਾਲ ਛੋਹਣੀ ਨਹੀਂ ਚਾਹੀਦੀ ਝੂਠੀ ਗੱਲ, ਜਦ ਛੋਏਗੀ ਅੰਦਰਲੇ ਨੂੰ ਪਤਾ ਹੁੰਦਾ ਵੀ ਮੈਂ ਝੂਠ ਬੋਲਦਾ। ਜਦੋਂ ਅੰਦਰਲੇ ਨੂੰ ਪਤਾ ਲੱਗਿਆ ਨਾਮ ਦੀ ਤਾਰ ਉਸੇ ਵੇਲੇ ਟੁੱਟ ਜੂ, ਕਰਕੇ ਦੇਖ ਲਿਓ ਕਦੇ ਬਈ ਨਾਮ ਚੱਲਦਾ ਕਿ ਨਹੀਂ। ਇਮਾਨਦਾਰੀ ਨਾਲ ਦੱਸਿਓ, ਇੱਕ ਵਾਰੀ ਝੂਠ ਬੋਲ ਲਓ ਕਦੇ ਨਹੀਂ ਚੱਲਦਾ, ਕਿਉਂਕਿ ਸੱਚ ਜਿਹੜਾ ਹੈ ਉਹ ਵਾਹਿਗੁਰੂ ਹੈ, ਝੂਠ ਜਿਹੜਾ ਹੈ ਉਹ ਅਣਹੋਈ ਚੀਜ਼ ਹੈ। ਅਣਹੋਈ ਚੀਜ਼ ਨੂੰ ਜਦ ਅੰਦਰ ਵਾੜਿਆ ਤਾਂ ਫਿਰ ਸੱਚ ਜਿਹੜਾ ਹੈ ਉਹ ਲੋਪ ਹੋ ਜਾਏਗਾ। ਮਨ ਮੈਂ ਪ੍ਰੀਤ ਨਿਰੰਜਨ ਦਰਸ, ਕਹਿੰਦੇ ਫਿਰ ਮਨ ਦੇ ਵਿੱਚ ਪ੍ਰੀਤ ਹੋਣੀ ਚਾਹੀਦੀ ਹੈ ਵਾਹਿਗੁਰੂ ਦੇ ਦਰਸ਼ਨ ਦੀ। ਕਿਹਨੂੰ ਪ੍ਰੀਤ ਹੈ, ਕੌਣ ਹੈ ਜਿਹੜਾ ਪਿਆਰ ਦੇ ਵਿੱਚ ਰਹਿੰਦਾ? ਕੋਈ ਬਿਰਲਾ ਪੁਰਸ਼ ਹੈ, ਕੋਈ ਬਿਰਲਾ, ਸਾਰੇ ਨਹੀਂ ਹੈ। ਤੂੰ ਚਾਹ ਸੱਜਣ ਵੈਂਡਿਆ ਡਈ ਸਿਸ ਅਵਤਾਰ, ਨੈਣ ਮਹਾਂਜੇ ਤਰਸਦੇ ਕਦ ਪਸੀ ਦੀਦਾਰ। ਕੋਈ ਨਹੀਂ ਕਹਿੰਦਾ ਵੀ ਮੇਰਾ ਤੂੰ ਸੀਸ ਲੈ ਲੈ ਵਾਹਿਗੁਰੂ, ਪਿਆਰਿਆ ਮੈਨੂੰ ਇੱਕ ਵਾਰੀ ਦਰਸ਼ਨ ਕਰਾ ਦਿਓ ਉਹਦੇ। ਤੀਬਰਤਾ ਨਹੀਂ ਹੈ ਅੰਦਰ, ਐਵੇਂ ਬੁਝਿਆ ਹੋਇਆ ਦੀਵਾ, ਜਿਵੇਂ ਬੁਝਿਆ ਹੋਇਆ ਧੂਣਾ ਹੁੰਦਾ ਹੈ, ਉਹਦੇ 'ਚ ਪਾਣੀ ਪਾ ਦਿਉ ਅਤੇ ਐਵੇਂ ਧੂੰਆਂ ਜਿਹਾ ਨਿਕਲੀ ਜਾਂਦਾ, ਇਹੋ ਜਿਹਾ ਹਾਲ ਹੈ ਸਾਡਾ। ਪ੍ਰੀਤ ਨਹੀਂ ਅੰਦਰ ਹੈ, ਕੋਈ ਪ੍ਰੀਤ ਲੱਗੀ ਹੋਈ ਹੈ, ਪ੍ਰੀਤ ਹੋਰ ਚੀਜ਼ਾਂ ਦੀ ਹੈ। ਪਰ ਤੇਰੇ ਆ ਰੂਪ ਨਾ ਪੇਖਾ ਨੇਤਰ, ਪਰਾਏ ਰੂਪ ਤੱਕਣੇ ਸਾਦਗੀ ਟਹਿਲ ਸੰਤ ਸੰਗ ਹੇਤ। ਦੋ ਚੀਜ਼ਾਂ ਆ ਗਈਆਂ, ਸਾਧ ਸੰਗਤ ਦੀ ਟਹਿਲ ਅਤੇ ਬੰਦਗੀ ਕਰਨ ਵਾਲਿਆਂ ਨਾਲ ਪਿਆਰ, ਇਹ ਦੋਵੇਂ ਚੀਜ਼ਾਂ ਨਹੀਂ ਸਾਡੇ ਕੋਲ, ਨਾ ਅਸੀਂ ਸੇਵਾ ਦੇ ਵਿੱਚ ਅਤੇ ਨਾ ਹਿਰਦੇ 'ਚ ਪਿਆਰ ਆਉਂਦਾ। ਦੇਖ ਕੇ ਬੰਦਗੀ ਕਰਨ ਵਾਲਿਆਂ ਨੂੰ ਪਿਆਰ ਬਿਰਲੇ ਵੇਲੇ ਨੂੰ ਆਉਂਦਾ, ਬਾਕੀ ਤਾਂ ਤਰਕ ਕਰਦੇ ਨੇ। ਜੇ ਨਹੀਂ ਪਿਆਰ ਆਉਂਦਾ ਤਰਕ ਤਾਂ ਨਾ ਕਰੋ, ਤਰਕ ਕਰਨ ਦੇ ਨਾਲ ਛੇ ਕਲਾ ਵਿਰਾਗ ਦੀਆਂ ਨਸ਼ਟ ਹੋ ਜਾਂਦੀਆਂ। ਕਰਨਾ ਸੁਣੈ ਕਹੂ ਕੀ ਨਿੰਦਾ, ਕਿਸੇ ਦੀ ਨਿੰਦਿਆ ਕੰਨ ਨਾਲ ਸੁਣਨਾ ਕਰਨੀ ਤਾਂ ਇੱਕ ਪਾਸੇ ਰਹਿ ਗਈ। ਅਤੇ ਐਟੀਚਿਊਡ ਆਫ ਮਾਇੰਡ ਕੀ ਹੋਣਾ ਚਾਹੀਦਾ? ਕਹਿੰਦੇ ਐਂ ਸਮਝ ਸੱਚੀ ਮਿੱਚੀ ਉਹ ਦਿਲੋਂ, ਉੱਪਰੋਂ ਨਾ ਵਾਈ ਵਰਡਸ ਨਾ ਕਹਿ, ਹਾਂ ਅਪਰਾਧੀ ਗੁਨਾਹਗਾਰ ਹਾਂ ਬੇਮੁੱਖ ਬੰਦਾ। ਸੱਚੀ ਮਿੱਚੀ ਗੁਰੂ ਕੋਲ ਆ ਕੇ ਕਹਿ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਫਿਰ ਹੋਏਗਾ ਕੀ? ਕਬੀਰ ਸਾਹਿਬ ਕਹਿੰਦੇ ਹੋਣਾ ਕੀ ਹੈ, ਸਾਡੇ ਬਰਾਬਰ ਖੜ ਜਾਏਗਾ ਆ ਕੇ, ਅਸੀਂ ਵੀ ਇੱਥੇ ਹੀ ਖੜ੍ਹੇ ਹਾਂ, ਸਾਡੇ ਨਾਲ ਜੇ ਖੜ੍ਹਨਾ ਹੈ ਸਾਧੂ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਗੁਰੂਆਂ ਦੇ ਨਾਲ, ਤਾਂ ਆਹ ਐਟੀਚਿਊਡ ਆਫ ਮਾਇੰਡ ਕਰ ਲੈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ।
ਜਿਹੜਾ ਕਹਿੰਦਾ ਮੈਂ ਤਾਂ ਆਇਆ ਜੀ, ਮੈਂ ਤਾਂ ਆਇਆ, ਮੇਰਾ ਖਾ ਕਾਰੋਬਾਰ ਹੈ ਮੇਰਾ, ਫਲਾਣਾ ਜੀ ਮੈਂ ਬੜਾ ਚੰਗਾ ਜੀ, ਆਪਣੀ ਵਡਿਆਈ ਆਪਣੇ ਮੂੰਹੋਂ ਕਰੀ ਜਾਂਦਾ। ਕਹਿੰਦੇ ਨਾ, ਫਿਰ ਤੇਰਾ ਸਾਡਾ ਸਾਥ ਨਹੀਂ ਹੈ, ਤੂੰ ਦਿਲੋਂ ਸਮਝ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਕਹਿੰਦੇ ਐਂ ਕਹਿ, ਸਭ ਤੇ ਜਾਣਾ ਹੈ ਆਪਸ ਕੋ ਮੰਦਾ, ਮੰਨ ਲੂ ਆਦਮੀ ਮੰਦਾ, ਬਿਲਕੁਲ ਮੰਨਣ ਨੂੰ ਤਿਆਰ ਨਹੀਂ, ਤਾਂ ਹੀ ਨਹੀਂ ਸਾਡੀ ਤਾਰ ਜੁੜਦੀ, ਕਿਉਂਕਿ ਇਹ ਗੱਲਾਂ ਅਸੀਂ ਅਪਣਾਉਂਦੇ ਨਹੀਂ ਹਾਂ ਜੀਵਨ 'ਚ। ਜਦ ਤਾਈਂ ਜੀਵਨ 'ਚ ਨਹੀਂ ਅਪਣਾਉਂਦੇ, ਉਹਨਾਂ ਚਿਰ ਗੱਲ ਨਹੀਂ ਬਣਿਆ ਕਰਦੀ। ਐਸਾ ਫਰਮਾਨ ਖਾਣ ਖਾਣ ਕਹੇ ਜੇਬਾਨਾ ਸਵਾਦ ਮਿੱਠੋ, ਜੇਬਾਨਾ ਜੇਬਾਨਾ ਸਵਾਦ, ਅਗਨ ਅਗਨ ਕਹੇ ਤੀਤ ਨਾ ਵਿਨਾਸ਼ ਹੈ। ਅਗਨ ਅਗਨ ਕਹੇ ਸੀਸ ਨਾ ਵਿਨਾਸ਼ ਹੈ। ਵੈਦ ਵੈਦ ਕਹੇ ਰੋਗ ਮਿਟਤ ਨਾ ਸਾ, ਰੋਗ ਨਾ ਮਿਟਤ, ਰੋਗ ਨਾ ਮਿਟਤ, ਉਹ ਦਰਬ ਦਰਬ ਕਹੇ ਤੂੰ ਦਰਬ ਨਾ ਵਿਨਾਸ਼ ਹੈ। ਪ੍ਰਗਟੇ ਨਾ ਸਵਾਸ ਵਾਸ, ਪ੍ਰਗਟੇ ਨਾ ਪ੍ਰਗਟੇ ਨਾ ਸਵਾਸ, ਉਹ ਚੰਦ ਚੰਦ ਕਹੇ ਉਹਦੇ ਯਾਰੋ ਨਾ ਪ੍ਰਗਾਸ ਹੈ। ਕੈਸੋ ਗਿਆਨ ਗੋਸ਼ਕ ਕਰਨ ਨਾ ਰਹਿਤ ਪਾਵੈ, ਕਰਨ ਨਾ ਰਹਿਤ ਪਾ, ਕਰਨੀ ਪ੍ਰਧਾਨ ਪਾਨ ਉਦਤ ਆਕਾਸ਼ ਹੈ। ਗੱਲਾਂ ਕਰੀ ਜਾਣੀ, ਗਿਆਨ ਗੋਸ਼ਟ ਕਰਨੀ। ਕਹਿੰਦੇ ਇਹਦੇ ਨਾਲ ਤਾਂ ਅਵਸਥਾ ਅੰਦਰਲੀ ਪ੍ਰਾਪਤ ਨਹੀਂ ਹੁੰਦੀ, ਇਹ ਪ੍ਰਾਪਤ ਜਦ ਹੋਣੀ ਹੈ ਜਿਸ ਵਕਤ ਕਰਨੀ ਦੇ ਵਿੱਚ ਉੱਥੇ ਆ ਜਾਣਾ, ਰਹਿਤ ਵਿੱਚ ਆ ਜਾਣਾ। ਅਪਰ ਉਪਦੇਸ਼ ਹੈ ਆਪ ਨਾ ਕਰੇ, ਆਪਤ ਜਾਵਤ ਜਨਮੈ ਮਰ, ਦੂਸਰਿਆਂ ਨੂੰ ਉਪਦੇਸ਼ ਕਰਦਾ, ਗਿਆਨ ਗੋਸ਼ਟ ਕਰਦਾ, ਆਪ ਕਰਦਾ ਨਹੀਂ ਹੈ। ਔਰਨ ਕਹਾ ਉਪਦੇਸ਼ਤ ਹੈ, ਬਸ ਤੋਹੇ ਪ੍ਰਬੋਧ ਨਾ ਲੱਗ ਗਿਆ। ਮਹਾਰਾਜ ਕਹਿੰਦੇ ਬਾਕੀਆਂ ਨੂੰ ਤਾਂ ਉਪਦੇਸ਼ ਕਰੀ ਜਾਂਦਾ, ਕਹਿੰਦੇ ਐਨੀ ਵਾਲਾ ਹੈ ਤੂੰ, ਤੈਨੂੰ ਕੋਈ ਭੋਰਾ ਜਿੰਨਾ ਵੀ ਗਿਆਨ ਨਹੀਂ ਆਇਆ। ਸੋ ਇਸ ਤਰ੍ਹਾਂ ਦੇ ਨਾਲ ਜਦ ਤੱਕ ਅਸੀਂ ਗੁਰੂ ਦੀ ਦੱਸੀ ਹੋਈ ਰਹਿਤ 'ਤੇ ਨਹੀਂ ਚੱਲਦੇ, ਉਹਨਾਂ ਚਿਰ ਗੱਲ ਨਹੀਂ ਚੱਲਦੀ। ਕਰਨਾ ਸੁਣੈ ਕਾਹੂ ਕੀ ਨਿੰਦਾ, ਸਭ 'ਤੇ ਜਾਣਾ ਆਪਸ ਕੋ ਮੰਨ, ਗੁਰਪ੍ਰਸ਼ਾਦ ਵਿਖਿਆ ਪਰ ਹਰ, ਗੁਰੂ ਦੀ ਕਿਰਪਾ ਨਾਲ ਜਿਹੜੀ ਮਾਇਆ ਦਾ ਲਿਊਜ਼ਨ ਪਿਆ ਹੋਇਆ ਇਹ ਛੁੱਟਦਾ। ਮਨ ਕੀ ਵਾਸ਼ਨਾ ਮਨ 'ਤੇ ਟਰ, ਜਿਹੜੀਆਂ ਮਨ ਦੇ ਅੰਦਰ ਬੇਅੰਤ ਵਾਸ਼ਨਾਵਾਂ ਨੇ ਉਹ ਜਿੰਨਾ ਚਿਰ ਨਹੀਂ ਛੱਡਦਾ ਉਨੀ ਦੇਰ ਤੱਕ ਭਜਨ ਕਰੇਗਾ ਕਿ ਵਾਸ਼ਨਾ ਦਾ ਭਜਨ ਕਰੇਗਾ। ਵਾਸ਼ਨਾ ਦਾ ਭਜਨ ਹੁੰਦਾ ਰੱਬ ਦਾ, ਜਿੰਨਾ ਚਿਰ ਪਿਆਰ ਹਿਰਦੇ 'ਚ ਨਹੀਂ ਜਾਗਦਾ, ਦ੍ਰਿੜਤਾ ਨਹੀਂ ਆਉਂਦੀ, ਉਨੀ ਦੇਰ ਤੱਕ ਗੱਲ ਨਹੀਂ ਚੱਲਿਆ ਕਰਦੀ। ਸੋ ਵਾਸ਼ਨਾ ਕਿੱਥੇ ਤੱਕ ਆਦਮੀ ਦੇ ਨਾਲ ਜਾਂਦੀ ਹੈ। ਇੱਕ ਵਾਰੀ ਸ਼੍ਰੀ ਰਾਮਚੰਦਰ ਜੀ ਮਹਾਰਾਜ ਰੂਹਾਨੀ ਦਰਬਾਰ ਲਾਈ ਬੈਠੇ, ਵਿਸ਼ਿਸ਼ਟ ਆਦਿ ਸਾਰੇ ਵੱਡੇ ਵੱਡੇ ਮਹਾਂਪੁਰਸ਼ ਬੈਠੇ ਨੇ,
ਵਿਚਾਰ ਹੋ ਰਹੀ ਹੈ ਰੂਹਾਨੀ, ਅਤੇ ਅਚਾਨਕ ਆਪ ਦੋਵੇਂ ਹੱਥ ਦੀ ਤਾਲੀ ਮਾਰ ਕੇ ਹੱਥੇ ਹੱਥ ਮਾਰਿਆ, ਤਾਲੀ ਮਾਰੀ ਅਤੇ ਉੱਚੀ ਉੱਚੀ ਹੱਸ ਪਏ। ਸਾਰੇ ਹੈਰਾਨ ਹੋ ਗਏ ਵੀ ਇੰਨੇ ਜ਼ੋਰ ਦੀ ਹੱਸੇ ਨੇ। ਤਾਂ ਉਸ ਵੇਲੇ ਪੁੱਛਿਆ ਵਸ਼ਿਸ਼ਠ ਜੀ ਨੇ, ਹੇ ਰਾਮ ਜੀ ਕਿਰਪਾ ਕਰਕੇ ਇਹ ਤਾਂ ਦੱਸੋ ਕਿ ਆਪਦੇ ਹੱਸਣ ਦਾ ਕੀ ਕਾਰਨ ਹੈ। ਕਹਿਣ ਲੱਗੇ ਵਸ਼ਿਸ਼ਠ ਜੀ, ਤੁਸੀਂ ਤਾਂ ਜਾਣਦੇ ਹੋ ਤ੍ਰਿਕਾਲਦਰਸ਼ੀ ਪੁਰਸ਼ ਹੋ। ਕਹਿੰਦੇ ਨਹੀਂ ਮਹਾਰਾਜ, ਸਭਾ 'ਤੇ ਪ੍ਰਗਟ ਕਰੋ। ਕਹਿੰਦੇ ਆ ਕੀੜੇ ਨੂੰ ਦੇਖ ਕੇ ਹੱਸੇ। ਕਹਿੰਦੇ ਮਹਾਰਾਜ, ਕੀੜੇ ਦੀਆਂ ਪਿਛਲੀਆਂ ਦੋ ਲੱਤਾਂ ਟੁੱਟੀਆਂ ਹੋਈਆਂ, ਵੀ ਇਹਦੇ 'ਚ ਹਾਸਾ ਕੀ? ਕਹਿੰਦੇ ਇਹ ਉੱਪਰ ਨੂੰ ਚੜ੍ਹਦਾ ਗਿਰ ਜਾਂਦਾ, ਉੱਪਰ ਨੂੰ ਚੜ੍ਹਦਾ ਗਿਰ ਜਾਂਦਾ, ਇਹਦੇ 'ਚ ਤਾਂ ਨਹੀਂ ਸਤਿਪੁਰਸ਼ ਹੱਸਿਆ ਕਰਦੇ। ਅਣਜਾਣ ਬੰਦੇ ਤਾਂ ਜ਼ਰੂਰ ਹੱਸਣਗੇ ਦੇਖ ਕੇ, ਵੀ ਚੜ੍ਹ ਨਹੀਂ ਹੁੰਦਾ, ਵਿੱਚੋਂ ਭੇਤ ਖੋਲੋ। ਕਹਿਣ ਲੱਗੇ ਵਿਸ਼ਿਸ਼ਟ ਜੀ, ਆਹ ਜਿਹੜਾ ਕੀੜਾ ਹੈ, ਇਹ ਵਾਹਿਗੁਰੂ ਦੀ ਕੁਦਰਤ ਇੰਨੀ ਬੇਅੰਤ ਬੇਅੰਤ ਹੈ, ਜਿਹਦਾ ਕੋਈ ਪਤਾ ਨਹੀਂ ਵੀ ਕਦ ਸ੍ਰਿਸ਼ਟੀ ਸ਼ੁਰੂ ਹੋਈ ਹੈ, ਕੁਛ ਨਹੀਂ ਪਤਾ, ਕੋਈ ਪਤਾ ਨਹੀਂ ਇਹ ਕਦ ਤੱਕ ਸ੍ਰਿਸ਼ਟੀ ਨੇ ਰਹਿਣਾ, ਅੱਟੇ ਸੱਟੇ ਸੰਸਾਰ ਲਾਉਂਦਾ। ਇਹ ਵਾਹਿਗੁਰੂ ਆਪ ਹੀ ਜਾਣਦਾ, ਜਿਹਨੇ ਇਹ ਪਸਾਰਾ ਵਸਾਇਆ, ਅਤੇ ਸੁਭਾਵ ਹੈ ਤਾਂ ਕਰੇ ਵਿਸਤਾਰ, ਅਤੇ ਸੁਭਾਵ ਹੈ ਤੇ ਹੰਕਾਰ। ਕਦ ਪਾਉਂਦਾ ਉਹਨੂੰ, ਉਹ ਕਿਸੇ ਟਾਈਮ ਦੇ ਅੰਦਰ ਨਹੀਂ ਗਿਣੇ ਦੇ ਟਾਈਮ, ਵਿਸ਼ੇਸ਼ ਸ਼ਾਸਤਰ ਨੇ ਮਹਾਰਾਜ ਨੇ ਵੀ ਫਰਮਾਨ ਕਰਿਆ, ਕਾਲ ਪਾਏ ਬਰਮਾ ਉਤਪਤ, ਕਾਲ ਦੇ ਨਾਲ ਇਹ ਬਰਮਾ ਦੀ ਉਤਪਤੀ ਹੋਈ, ਕਾਲ ਦੇ ਨਾਲੇ ਸ਼ਿਵ ਜੀ, ਕਾਲ ਦੇ ਨਾਲੇ ਵਿਸ਼ਨ, ਸ਼ਕਲ ਕਾਲ ਦਾ ਕੀ ਆ ਤਮਾਸ਼ਾ, ਸਾਰਾ ਕਾਲ ਦਾ ਤਮਾਸ਼ਾ ਹੋ ਰਿਹਾ, ਟਾਈਮ ਦੀ ਬਾਤ ਚੱਲ ਰਹੀ। ਉਹਨਾਂ ਨੇ ਟਾਈਮ ਲਿਮਿਟ ਸਾਈਕਲ ਬਣਾਏ ਹੋਏ ਨੇ ਵੀ ਜਦ 4,32,00,000,000 ਸਾਲ ਲੰਘ ਜਾਂਦੇ ਨੇ ਉਸ ਵੇਲੇ ਬਰਮਾ ਦਾ ਇੱਕ ਦਿਨ ਹੋ ਜਾਂਦਾ, ਜਦੋਂ ਰਾਤ ਪੈਂਦੀ ਹੈ ਉਸ ਵੇਲੇ ਆ ਜਿੰਨਾ ਦਿਸਦਾ ਆਪਾਂ ਨੂੰ ਸਾਰਾ ਇਹ ਸਭ ਖਤਮ ਹੋ ਜਾਂਦਾ, ਇੱਥੇ ਕੁਛ ਨਹੀਂ ਰਹਿੰਦਾ। 4,32,00,000,000 ਸਾਲ ਫਿਰ ਐਂ ਹੀ ਰਹਿੰਦਾ, ਅਤੇ ਫਿਰ ਉਹਦਾ ਇੱਕ ਦਿਨ ਹੈ, ਫਿਰ 365 ਦਿਨ ਦਾ ਉਹਦਾ ਸਾਲ ਹੈ, ਅਤੇ ਫਿਰ 100 ਸਾਲ ਦੀ ਉਮਰ ਹੈ, ਯਾਨੀ 36,500 ਉਹਦੀ ਜ਼ਿੰਦਗੀ ਦੇ ਅੰਦਰ ਆ ਸੰਸਾਰ ਬਣਦਾ, ਅਤੇ ਇੰਨੀ ਉਹ ਵਾਰੀ ਇਹ ਜਾਂਦਾ, ਅਤੇ ਫਿਰ ਨਵਾਂ ਬਰਮਾ ਫਿਰ ਆ ਜਾਂਦਾ, ਕੋਟ ਬਰਮਾ ਜਗ ਸਾਜ ਬਰਮੇ ਜਗ ਸਾਜਣ ਲਾਏ। ਮਹਾਰਾਜ ਕਹਿੰਦੇ ਕਰੋੜਾਂ ਹੀ ਬਰਮੇ ਆ ਚੁੱਕੇ ਨੇ, 1-2-4 ਨਹੀਂ ਹੈ, ਬਹੁਤ ਵੱਡੀ ਗਿਣਤੀ ਕਰੀ ਆ ਇੱਕ ਇਸ ਤਰ੍ਹਾਂ ਦੇ ਨਾਲ। ਇੱਕ ਸ਼ਿਵ ਪਏ
ਚੱਕਰ ਦੇ 16 ਕਰੋੜ ਖਰਬ ਸਾਲ ਦੀ ਹੈ, 16 ਲੱਖ ਖਰਬ ਸਾਲ ਦੀ ਸਾਲਾਂ ਦੇ ਹਿਸਾਬ ਵਿੱਚ ਬਰਮਾ ਦੀ ਉਮਰ। ਸੋ ਕਹਿਣ ਲੱਗੇ ਅਸੀਂ ਵਾਹਿਗੁਰੂ ਦੀ ਬੇਅੰਤਤਾ ਦੇ ਉੱਤੇ ਕੁਰਬਾਨ ਜਾਂਦੇ ਹਾਂ ਕਿ ਆਹ ਜਿਹੜਾ ਕੀੜਾ ਹੈ ਅੱਜ ਤੋਂ ਪਹਿਲਾਂ 14 ਵਾਰੀ ਇੰਦਰ ਦੇ ਤਖ਼ਤ 'ਤੇ ਬੈਠ ਚੁੱਕਿਆ ਸਵਰਗ ਲੋਕ ਦਾ ਰਾਜਾ ਬਣ ਕੇ, ਪਰ ਭੋਗਾਂ ਦੀ ਵਾਸ਼ਨਾ ਇਹਦੇ ਮਨ ਦੇ ਅੰਦਰ ਇੰਨੀ ਡੂੰਘੀ ਚਲੀ ਗਈ ਹੈ, ਇਹਨੂੰ ਪਤਾ ਹੈ ਕਿ ਮੈਂ 84 ਭੋਗ ਰਿਹਾ, ਵੀ ਛੇਤੀ ਛੇਤੀ 84 ਭੋਗ ਕੇ ਮਨੁੱਖ ਬਣਾ, ਉਹਦੇ ਬਾਅਦ ਮੈਂ ਫਿਰ ਉਹੀ ਕਰਮ ਕਰਾਂ ਕਿ ਮੈਂ ਸਵਰਗ ਲੋਕ ਦਾ ਰਾਜਾ ਬਣਾਂ। ਇਸ ਮੂੜ ਨੂੰ ਕਹਿੰਦੇ ਇਹ ਨਹੀਂ ਪਤਾ ਕਿ ਕਿੰਨੀ ਵਾਰੀ ਅੱਗੇ ਗਿਰ ਚੁੱਕਿਆ ਅਤੇ ਪਰਮਪਦ ਦੀ ਪ੍ਰਾਪਤੀ ਕਰ ਜਿੱਥੋਂ ਫਿਰ ਆਉਣਾ ਨਾ ਹੋਵੇ, ਆਪਣੇ ਸਰੂਪ ਦੀ ਗਿਆਤ ਕਰ, ਆਪਣੇ ਸਰੂਪ 'ਚ ਸਮਾਈ ਕਰ। ਸੋ ਇਸ ਤਰ੍ਹਾਂ ਵਾਸ਼ਨਾ ਜਿਹੜੀ ਹੈ ਇਹ ਨਹੀਂ ਹਟਿਆ ਕਰਦੀ ਸਾਧ ਸਿੰਘ, ਵਾਸ਼ਨਾ ਹੀ ਹੈ ਜਿਹੜੀ ਮਨ ਨੂੰ ਟਿਕਣ ਨਹੀਂ ਦਿੰਦੀ। ਨਵਾਬ ਦੌਲਤ ਖਾਨ ਨੇ ਜਦੋਂ ਨਵਾਜ ਪੜ੍ਹੀ ਅਤੇ ਮਹਾਰਾਜ ਨੇ ਕਿਹਾ ਵੀ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਤੁਸੀਂ ਸਾਡੇ ਨਾਲ ਨਵਾਜ ਨਹੀਂ ਪੜ੍ਹੀ, ਤੁਸੀਂ ਪੜ੍ਹਨ ਵਾਸਤੇ ਆਏ ਸੀ। ਮਹਾਰਾਜ ਕਹਿੰਦੇ ਅਸੀਂ ਤਾਂ ਪੜ੍ਹ ਲਈ ਅਤੇ ਤੁਸੀਂ ਨਹੀਂ ਪੜ੍ਹੀ। ਕਾਜ਼ੀ ਕਹਿਣ ਲੱਗਿਆ ਨਵਾਬ ਸਾਹਿਬ ਦੇਖੋ ਨਾਨਕ ਜੀ ਕੀ ਕਹਿ ਰਹੇ। ਨਵਾਬ ਫਿਰ ਕਹਿਣ ਲੱਗਿਆ ਕਿ ਨਾਨਕ ਜੀ ਮੈਂ ਨਵਾਜ਼ ਪੜ੍ਹੀ ਹੈ। ਮਹਾਰਾਜ ਕਹਿੰਦੇ ਤੂੰ ਤਾਂ ਜਦੋਂ ਅੱਧਾ ਕਲਮਾ ਇਲਾ ਕਿਹਾ ਲਾ ਇਲਾ ਨਹੀਂ ਤਾਂ ਕਹਿਣ ਦਿੱਤਾ, ਤੂੰ ਤਾਂ ਉਸ ਤੋਂ ਪਹਿਲਾਂ ਹੀ ਇੱਥੋਂ ਕਾਬਲ ਕੰਧਾਰ ਨਿਕਲ ਕੇ ਜਾ ਕੇ ਘੋੜੇ ਖਰੀਦਣ ਲੱਗ ਗਿਆ, ਤੇਰਾ ਸਰੀਰ ਉੱਠਦਾ ਬੈਠਦਾ ਰਿਹਾ, ਲੇਕਿਨ ਤੂੰ ਤਾਂ ਇੱਥੇ ਨਹੀਂ ਸੀਗਾ, ਤੂੰ ਤਾਂ ਨਵਾਜ਼ੀ ਨਹੀਂ ਬਣਿਆ, ਤੇਰੇ ਸਰੀਰ ਨੇ ਇੱਕ ਡਰਾਮਾ ਜਿਹਾ ਕਰਿਆ। ਕਾਜ਼ੀ ਕਹਿਣ ਲੱਗਿਆ ਫਿਰ ਮੇਰੇ ਨਾਲ ਪੜ੍ਹ ਲੈਂਦੇ। ਮਹਾਰਾਜ ਕਹਿੰਦੇ ਤੂੰ ਘਰ ਦੇ ਅੰਦਰ ਘੋੜੀ ਸੂਈ ਸੀ, ਵਛੇਰੀ ਛੋਟੀ ਹੈ ਅਤੇ ਖੂਹੀ ਸੀਗੀ ਉਹਦੀ ਮਾਉਣ ਨਹੀਂ ਹੈ, ਤੂੰ ਉਹਦੇ ਮੰਜਾ ਦੇਣਾ ਭੁੱਲ ਗਿਆ, ਤੂੰ ਤਾਂ ਉੱਥੇ ਮਾਉਣ 'ਤੇ ਖੜਾ ਵਛੇਰੀ ਮੋੜਦਾ ਰਿਹਾ। ਸੋ ਮਨ ਨਹੀਂ ਟਿਕਦਾ ਉਸ ਵੇਲੇ ਇਹਨੇ ਸਵਾਲ ਕਰਿਆ, ਹੇ ਨਾਨਕ ਆਪ ਕਿਰਪਾ ਕਰਕੇ ਇਹ ਦੱਸੋ ਵੀ ਮਨ ਕਿਵੇਂ ਟਿਕੇ, ਕਿਉਂ ਭਜਨ ਕਰਦੇ ਹਾਂ, ਤਸਵੀ ਫੇਰਦੇ ਹਾਂ, ਨਵਾਜ਼ ਪੜ੍ਹਦੇ ਹਾਂ, ਜਦੋਂ ਕੁਰਾਨ ਸ਼ਰੀਫ ਪੜ੍ਹਦੇ ਹਾਂ ਮਨ ਉੱਠਿਆ ਐਵੇਂ ਜਿਵੇਂ ਮਾਰਦਾ ਸੈਰਾਂ ਸਪਾਟੇ, ਇਹ ਤਾਂ ਟਿਕਦਾ ਨਹੀਂ ਹੈ, ਕਿਰਪਾ ਕਰਕੇ ਕੋਈ ਯੁਗ ਦੱਸੋ। ਗੁਰੂ ਨਾਨਕ ਕਹਿਣ ਲੱਗੇ ਮਨ ਜਿਹੜਾ ਇਹ ਵਾਸ਼ਨਾ ਦਾ ਵਧਿਆ ਹੋਇਆ ਦੌੜਿਆ ਫਿਰਦਾ, ਜਦ ਤੱਕ ਵਾਸ਼ਨਾ 'ਤੇ ਕੰਟਰੋਲ ਨਹੀਂ ਕਰਦੇ ਮਨ 'ਤੇ ਕੰਟਰੋਲ ਨਹੀਂ ਹੁੰਦਾ, ਕੰਮ ਸਾਰਾ ਹੀ ਮਨ ਦਾ ਹੈ। ਮਾਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ। ਜੇ ਮਨ ਨੇ ਨਾ ਸਾਥ ਦਿੱਤਾ ਤਾਂ ਭਜਨ ਕਾਹਦਾ ਕਰ ਲਾਂਗੇ, ਇੱਕ ਮਕੈਨੀਕਲ ਪ੍ਰੋਸੈਸ ਹੋ ਜਾਏਗਾ ਜਦ ਤੱਕ ਮਨ ਸਾਥ ਨਹੀਂ ਦਿੰਦਾ। ਜਾਪ ਕੀਏ ਅਤੇ ਜਾਪ ਕੇ ਕੀਏ ਅਤੇ ਜਾਪ ਪਾਈਏ ਤਾਂ ਜਾਪ ਦੇ ਪੂਦਰਾ ਸਦੀਪ ਤੂੰ ਹੀ ਉਚਰਤ ਹੈ। ਕਹਿੰਦੇ ਆ ਜਾਨਵਰ ਤੂੰ ਹੀ ਕਰੀ ਜਾਂਦਾ, ਫਿਰ ਤੂੰ ਕਰੀ ਜਾ, ਕੀ ਫਰਕ ਪੈਂਦਾ ਦੋਵਾਂ ਦਾ, ਉਹ ਵੀ ਜਾਨਵਰ ਜਿਉਂਦਾ ਤੂੰ ਵੀ ਜਿਉਂਦਾ, ਤੇਰਾ ਮਨ ਸਾਥ ਦੇਵੇ ਫਿਰ ਗੱਲ ਬਣਦੀ ਹੈ। ਸੋ ਮਹਾਰਾਜ ਕਹਿਣ ਲੱਗੇ ਨਵਾਬ ਸਾਹਿਬ ਮਨ ਜਿਹੜਾ ਹੈ ਵਾਸ਼ਨਾ ਦਾ ਬੰਨਿਆ ਪਿਆ, ਪੁੱਤਰ ਵਾਸ਼ਨਾ, ਲੋਕ ਵਾਸ਼ਨਾ, ਧਨ ਵਾਸ਼ਨਾ, ਅਹੁਦੇ ਦੀ ਵਾਸ਼ਨਾ, ਉਸਤ ਦੀ ਵਾਸ਼ਨਾ ਇੱਕ ਵਾਸ਼ਨਾ, ਸ਼ਾਸਤਰ ਦੀ ਵਾਸ਼ਨਾ, ਅਨੁਸ਼ਠਾਨ ਵਾਸ਼ਨਾ। ਵਾਸ਼ਨਾ ਦੇ ਜਦ ਤੋਂ ਆਦਮੀ ਬੱਚਾ ਪੈਦਾ ਹੁੰਦਾ ਬੱਚੇ ਨੂੰ ਵਾਸ਼ਨਾ ਦੁੱਧਦੀ ਹੈ, ਉੱਥੋਂ ਤੋਂ ਹੀ ਵਾਸ਼ਨਾ ਲੱਗ ਜਾਂਦੀ ਹੈ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਪਰਤਾਇਆ, ਇਹ ਮਰਦੇ ਤੱਕ ਨਹੀਂ ਵਾਸ਼ਨਾ ਹਟਦੀ, ਜਦ ਤੱਕ ਆਦਮੀ ਦਾ ਜਨਾਜ਼ਾ ਨਹੀਂ ਨਿਕਲਦਾ ਉਸ ਵੇਲੇ ਤੇ ਨਹੀਂ ਜਾਂਦੀ, ਫਿਰ ਜਾਂ ਮਰ ਜਾਂਦਾ ਉਹਦੇ ਨਾਲ ਵਾਸ਼ਨਾ ਦੀ ਪੰਡ ਫੇਰ ਜਾਂਦੀ ਹੈ। ਫਿਰ ਕੀ ਹੁੰਦਾ, ਮਹਾਰਾਜ ਕਹਿੰਦੇ ਵਾਸ਼ਨਾ ਵੱਧਾ ਆਵੇ ਜਾਏ, ਕਹਿੰਦੇ ਉਹਦਾ ਬੰਨਿਆ ਹੋਇਆ ਫਿਰ ਜੰਪੂ। ਅੰਤਕਾਲ ਜੋ ਮੰਦਰ ਸਿਮਰੈ ਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਉਤਰੈ, ਪ੍ਰੇਤ ਬਣ ਜਾਏਗਾ ਕਿਉਂਕਿ ਵਾਸ਼ਨਾ ਮੰਦਰਾਂ ਦੀ ਆ ਗਈ, ਮਕਾਨਾਂ ਦੀ, ਪ੍ਰੋਪਰਟੀ ਦੀ ਆ ਗਈ। ਸੋ ਵਾਸ਼ਨਾ ਦਾ ਬੰਨਿਆ ਜਾਂਦਾ। ਸੋ ਮਹਾਰਾਜ ਕਹਿੰਦੇ ਮਨ ਕੀ ਵਾਸ਼ਨਾ ਮਨ 'ਤੇ ਤਰੈ, ਇੰਦਰੀ ਜਿੱਤ 5 ਦੋਹ 'ਤੇ ਰਹਿ, ਇੰਦਰੀਆਂ ਸ਼ਬਦ ਸਪਰਸ਼ ਰੂਪ ਰਸ ਗੰਧ 5 ਇੰਦਰੀਆਂ ਦੇ 5 ਵਿਸ਼ੇ ਨੇ, ਇਹਨਾਂ ਦੇ ਉੱਤੇ ਕੰਟਰੋਲ ਕਰੇ, ਅਤੇ 5 ਜਿਹੜੇ ਦੋਖ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ 'ਤੇ ਰਹਿਤ ਹੋਵੇ। ਫਿਰ ਮਹਾਰਾਜ ਕਹਿੰਦੇ ਸਾਰੇ ਬੰਦੇ ਥੋੜ੍ਹੇ ਨੇ ਪ੍ਰੇਮੀਓ, ਨਾਨਕ ਕੋਟ ਮਦੇ ਕੋ ਐਸਾ ਪਰ, ਕਰੋੜਾਂ 'ਚ ਇੱਕ ਹੈ ਜਿਹਦਾ ਨਾਮ ਚੱਲਦਾ, ਬਾਕੀ ਠੀਕ ਹੈ ਮਿਹਨਤ ਕਰਦੇ ਨੇ ਆਪਣਾ ਜਨਮ ਗੁਆਰ ਲੰਘ ਜਾਂਦਾ,
ਕਦੇ ਮਨ ਲੱਗ ਗਿਆ ਕਦੇ ਨਾ ਲੱਗ। ਦੂਸਰਾ ਹੈ ਕਿ ਹਿਰਦੇ ਦੇ ਵਿੱਚ ਕਪਟ ਹੋਵੇ, ਉੱਤੋਂ ਉੱਤੋਂ ਕਰਦਾ ਕੀਰਤਨ ਕਰਦਾ ਰੋਣ ਵੀ ਲੱਗ ਜਾਂਦਾ, ਕੋਈ ਔਖਾ ਨਹੀਂ ਹੈ, ਭਾਵਕ ਗੱਲ ਛੇੜ ਲਓ ਆਦਮੀ ਰੋ ਪੈਂਦਾ। ਇਹਦੇ ਨਾਲ ਇਹ ਤਾਂ ਨਹੀਂ ਹੈ ਵੀ ਇਹਦੀ ਸਾਰੀ ਜ਼ਿੰਦਗੀ ਇਸ ਤਰ੍ਹਾਂ ਦੀ ਹੋਵੇ, ਉਹ ਤਾਂ ਭਾਵਕ ਹੈ, ਮੂਡ ਹੈ, ਇਮੋਸ਼ਨ ਹੈ, ਇਮੋਸ਼ਨ 'ਚ ਆ ਜਾਂਦਾ। ਚਿੱਠੀ ਪੜ੍ਹਦਾ ਹੀ ਬੰਦਾ ਰੋਣ ਲੱਗ ਜਾਂਦਾ। ਮਹਾਰਾਜ ਕਹਿੰਦੇ ਜੇ ਅੰਦਰੋਂ ਕਪਟ ਨਹੀਂ ਜਾਂਦਾ, ਹਿਰਦਾ ਨਰਮ ਨਹੀਂ ਹੁੰਦਾ, ਹਿਰਦਾ ਨਹੀਂ ਅੰਦਰੋਂ ਭਿੱਜਦਾ, ਇਹ ਕਠੋਰ ਰਹਿੰਦਾ, ਕਹਿੰਦੇ ਫਿਰ ਤਾਂ ਨਹੀਂ ਰੱਬ ਮਿਲਦਾ। ਇਸ ਤਰ੍ਹਾਂ ਫਰਮਾਨ ਕਰਦੇ ਹਿਰਦੇ ਹੋਵੇ ਕਪਟ ਪੁਕਾਰ ਨਹੀਂ ਹੋ ਹਰ ਜੀ ਮਿਲਦੇ, ਹਿਰਦੇ ਹੋਵੇ ਕਪਟ ਪੁਕਾਰ ਨਹੀਂ ਹੋ ਰੱਬ ਮਿਲਦਾ, ਰੱਬ ਮਿਲਦਾ। ਹਿਰਦੇ ਹੋਵੇ ਕਪਟ ਪੁਕਾਰ ਨਹੀਂ ਹੋ ਰੱਬ ਮਿਲਦਾ, ਕਹਿੰਦੇ ਜਿੰਨਾ ਗਾਉਣਾ ਨਹੀਂ ਹਰ ਹਰ ਭੀਜੇ ਰਾਮ 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 ਰਾਜੇ, ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿਹਨਾਂ ਰੋਏ ਕਿਹਾ ਕਿ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦਾ ਦਰਬਾਰ ਲੱਗਿਆ ਹੈ, ਬਹੁਤ ਹੀ ਮਿੱਠੀ ਸੁਰ ਦੇ ਨਾਲ ਗਾਇਆ ਜਾ ਰਿਹਾ, ਕੀਰਤਨ ਹੋ ਰਿਹਾ। ਐਸਾ ਪ੍ਰਸੰਗ ਲਾਇਆ ਹੋਇਆ ਰਾਗੀ ਸਿੰਘਾਂ ਨੇ ਕਿ ਸੰਗਤ ਦੇ ਨੇਤਰਾਂ 'ਚ ਜਲ ਜਾ ਰਿਹਾ, ਆਪਦੇ ਵੀ ਜਲ ਜਾ ਰਿਹਾ।
ਕੀਰਤਨ ਦੀ ਸਮਾਪਤੀ ਹੋਈ ਅਤੇ ਸਾਰਿਆਂ ਨੇ ਬੜੀ ਪ੍ਰਸ਼ੰਸਾ ਕਰੀ, ਸੱਚੇ ਪਾਤਸ਼ਾਹ ਆਹ ਤਾਂ ਤੁਸੀਂ ਬਹੁਤ ਰਹਿਮਤ ਕੀਤੀ ਹੋਈ ਹੈ ਨਾਰਾਜ਼ੀਆਂ ਦੇ ਉੱਤੇ। ਦੇਖੋ ਕਿੰਨੇ ਪਿਆਰ ਦੇ ਨਾਲ ਇਹਨਾਂ ਨੇ ਵੈਰਾਗ ਦਾ ਨਕਸ਼ਾ ਬੰਨ ਕੇ ਰੱਖ ਦਿੱਤਾ। ਅਤੇ ਇੱਕ ਵਾਰੀ ਤਾਂ ਐਂ ਲੱਗਦਾ ਸੀ ਵੀ ਇਹ ਮਾਇਆ ਕੁਛ ਨਹੀਂ ਹੈ, ਇਹਦੇ ਵੱਲੋਂ ਪੂਰੀ ਤਰ੍ਹਾਂ ਮੁੱਖ ਮੋੜ ਕੇ ਆਪਦੇ ਚਰਨਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਈਏ। ਅਤੇ ਫਿਰ ਦੇਖੋ ਰਾਗੀ ਵੀ ਕਿੰਨੇ ਚੰਗੇ ਨੇ, ਸਾਡੇ ਵੀ ਨੇਤਰਾਂ 'ਚ ਜਲ ਜਾ ਰਿਹਾ ਅਤੇ ਇਹਨਾਂ ਦੇ ਵੀ ਜਾ ਰਿਹਾ। ਮਹਾਰਾਜ ਮੁਸਕਰਾ ਕੇ ਕੋਈ ਗੱਲ ਨਹੀਂ ਕਰੀ। ਇਹਨਾਂ ਨੂੰ ਇੱਕ ਸਿੰਘ ਖੜਾ ਹੋ ਗਿਆ, ਕਹਿੰਦਾ ਸੱਚੇ ਪਾਤਸ਼ਾਹ ਮੈਂ ਆਪਦੇ ਦਰਸ਼ਨ ਕਰਨ ਆਇਆ ਸੀ ਅਤੇ ਮੇਰੇ ਕਿਸੇ ਪ੍ਰੇਮੀ ਨੇ ਗਹਿਣੇ ਚੁੱਕ ਲਏ, ਘਰਵਾਲੀ ਮੇਰੀ ਨਾਲ ਸੀ, ਅਸੀਂ ਬੰਨੇ ਹੋਏ ਬੰਨ ਕੇ ਰੱਖੇ ਹੋਏ ਸੀ ਅਤੇ ਸਾਡੇ ਗਹਿਣਿਆਂ ਦੀ ਪੋਟਲੀ ਚੁੱਕ ਲਈ ਕਿਸੇ, ਆਪ ਤ੍ਰਿਕਾਲਦਰਸ਼ੀ ਹੋ ਕਿਰਪਾ ਕਰੋ, ਅਤੇ ਕੋਈ ਬਾਹਰ ਨਹੀਂ ਗਿਆ ਇੱਥੇ ਹੀ ਆ ਜਿਹਨੇ ਚੁੱਕੇ, ਅਸੀਂ ਉਸ ਵੇਲੇ ਤੋਂ ਹੀ ਭਾਲ ਕਰ ਰਹੇ ਹਾਂ। ਮਹਾਰਾਜ ਮੁਸਕਰਾ ਪਏ, ਕਹਿੰਦੇ ਪ੍ਰੇਮੀਓ ਟੋਲੋ। ਕਿਸੇ ਨੇ ਕਿਹਾ ਮਹਾਰਾਜ ਦੇ ਸਵੈ ਸੁਭਾਅ ਮੁੱਖ ਚੋਂ ਨਿਕਲ ਗਿਆ, ਕਹਿੰਦੇ ਕਹੀ ਇੱਥੇ ਹੀ ਆ ਕਹੀ। ਸਾਰੇ ਕਹਿਣ ਲੱਗੇ ਮਹਾਰਾਜ ਰਮਜ ਤਾਂ ਸਾਡੀ ਸਮਝ ਨਹੀਂ ਪਈ। ਮਹਾਰਾਜ ਕਹਿੰਦੇ ਇੱਕ ਪਿੰਡ ਦਾ ਸਰਦਾਰ ਸੀਗਾ, ਉਹਦੀ ਕਹੀ ਗੁਆਚ ਗਈ ਅਤੇ ਉੱਥੇ ਢੰਡੋਰਚੀ ਜਿਹੜਾ ਸੀ ਢੋਲ ਵਾਲਾ ਉਹਨੂੰ ਬੁਲਾਇਆ ਵੀ ਤੂੰ ਇਹ ਕਹਿ ਵੀ ਜਿਹਦੇ ਘਰ ਕਹੀ ਹੋਏਗੀ ਉਹਦੇ ਇੰਨੇ ਹੰਟਰ ਲੱਗਣਗੇ ਅਤੇ ਇੰਨਾ ਜੁਰਮਾਨਾ ਹੋਏਗਾ ਅਤੇ ਥੋੜ੍ਹੀ ਦੇਰ ਦੀ ਮੋਹਲਤ ਹੈ ਅਤੇ ਓਨੀ ਦੇਰ 'ਚ ਫਲਾਣੇ ਥਾਂ ਦੇ ਉੱਤੇ ਕਹੀ ਰੱਖਿਓ, ਫਿਰ ਕੋਈ ਕਿਸੇ ਨੂੰ ਸਜ਼ਾ ਨਹੀਂ ਹੋਏਗੀ। ਉਹਨੇ ਜ਼ੋਰ ਜ਼ੋਰ ਦੀ ਗਲਾ ਪਾੜ ਪਾੜ ਕੇ ਦੇਖੋ ਸੁਣੋ ਤੁਸੀਂ ਧਿਆਨ ਦੇ ਨਾਲ ਬਈ ਕਹੀ ਗੁਆਚ ਗਈ ਹੈ ਅਤੇ ਪਿੰਡ ਦੇ ਮੁਖੀ ਦੀ ਫਲਾਣੇ ਥਾਂ ਰੱਖਿਓ, ਨਹੀਂ ਆਹ ਸਜ਼ਾ ਹੋ ਇੰਨੇ ਕੋਹੜੇ ਲੱਗਣਗੇ, ਫਿਰ ਨਾ ਕਿਹੋ ਦੱਸਿਆ। ਸਾਰੇ ਪਿੰਡ 'ਚ ਫਿਰਿਆ ਕਹਿੰਦੇ ਹਾਂਜੀ ਫਿਰਿਆ। ਕਹਿੰਦੇ ਫਿਰ ਦੇਖੋ ਤਾਂ ਭਾਈ ਰੱਖਿਆ ਕੋਈ ਉੱਥੇ ਮੁਲਤ ਨੰਗੀ, ਕਹਿੰਦੇ ਨਾ ਮਹਾਰਾਜ ਉੱਥੇ ਤਾਂ ਕਿਸੇ ਨੇ ਨਹੀਂ ਰੱਖੀ। ਕਹਿੰਦੇ ਫਿਰ ਕੀ ਹੈ ਘਰ ਤਲਾਸ਼ੀ ਲਓ ਸਾਰਿਆਂ ਨੂੰ। ਉਹ ਤਲਾਸ਼ੀ ਲਈ ਤਾਂ ਜਿਹੜਾ ਢੋਲ ਪਿੱਟਦਾ ਸੀ ਉਹਦੇ ਘਰ ਕਹੀ ਪਈ। ਮਹਾਰਾਜ ਕਹਿੰਦੇ ਕਹੀ ਇੱਥੇ ਹੀ ਹੈ। ਕਹਿੰਦੇ ਆਹ ਗੱਲ ਹੈ ਭਾਈ, ਕਹਿੰਦੇ ਮਹਾਰਾਜ ਅਸੀਂ ਤਾਂ ਸਾਡੇ ਤਾਂ ਕੁਛ ਵੀ ਨਹੀਂ ਪੱਲੇ ਪਿਆ, ਆਪ ਕਿਰਪਾ ਕਰਕੇ ਦੱਸੋ ਤਾਂ ਸਹੀ ਵੀ ਕੀ ਗੱਲ ਹੋਈ। ਕਹਿੰਦੇ ਗੱਲ ਕਾਹਦੀ ਹੈ ਪ੍ਰੇਮੀਓ, ਆਹ ਜਿਹੜੇ ਰੋ ਰੋ ਕੇ ਕੀਰਤਨ ਕਰਦੇ ਸੀ ਇਹਨਾਂ ਦੇ ਘਰ ਪੋਟਲੀ ਪਈ ਹੈ, ਜਾਓ ਚੱਕ ਲਿਓ, ਬੰਦੇ ਲੈ ਜਾਓ ਇੱਕ ਨਾਲ ਨਾਲ ਲੈ ਗਏ। ਕਹਿੰਦੇ ਦੱਸ ਕਿੱਥੇ ਹੈ, ਕੱਢ ਕੇ ਦੇਤੀ ਲਿਆ ਅਤੇ ਚਰਨਾਂ 'ਤੇ ਟਹਿ ਤੇ। ਮਹਾਰਾਜ ਕਹਿੰਦੇ ਆਹ ਕੰਮ ਕਰਦੇ ਹੋ, ਨਾਲੇ ਤਾਂ ਰੋ ਰੋ ਕੇ ਕੀਰਤਨ ਕਰਦੇ ਹੋ, ਸੰਗਤਾਂ ਨੂੰ ਵੀ ਰਵਾ ਤਾ ਅਤੇ ਤੁਹਾਡੇ ਰੋਣੇ ਤੁਸੀਂ ਆਸਾ ਦੀ ਵਾਰ ਨਹੀਂ ਪੜ੍ਹਦੇ, ਜਿੰਨਾ ਅੰਤਰ ਕਪਟ ਵਿਕਾਰ ਹੈ ਅਤੇ ਨਾ ਰੋਏ ਕਿਆ ਕੀ ਬਣਦਾ ਰੋਏ ਅਤੇ ਅੰਦਰ ਤਾਂ ਕਪਟ ਵਿਕਾਰ ਨੂੰ ਭਰਿਆ ਪਿਆ। ਹਰ ਕਰਤਾ ਸਭ ਕੁਛ ਜਾਣਦਾ ਸਿਰ ਰੋਗ ਹੱਥ ਦੀ, ਜਿੰਨਾ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤ ਹਰ ਲਈ। ਜੇ ਜਿਹਦੇ ਹਿਰਦੇ ਦੀ ਸ਼ੁੱਧੀ ਲੋੜ ਹੈ ਪਹਿਲਾਂ ਇਹਨਾਂ ਚੀਜ਼ਾਂ ਤੋਂ ਸਾਰੀਆਂ ਤੋਂ ਬਚੋ, ਜੇ ਪਾਰ ਲੰਘਣਾ ਨਹੀਂ ਲੰਘ ਨਹੀਂ ਸਕਦਾ, ਹਰ ਹਰ ਕਰੇ ਨਿੱਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਵੇ। ਕੌੜਾ ਬੋਲਦਾ ਹੈ ਫਿੱਕਾ ਬੋਲਦਾ, ਇੱਕ ਤਾਂ ਨਹੀਂ ਦੋਸ਼ ਹੈ ਬੇਅੰਤ ਦੋਸ਼ ਨੇ। ਅਨਦਿਨ ਕਰਮ ਕਰੇ ਬਹੁਤੇਰੇ, ਸੁਭਨੇ ਸੁੱਖ ਨਾ ਹੋਏ। ਗਿਆਨੀ ਗੁਰਬਿਨ ਭਗਤ ਨਾ ਹੋਈ, ਕੋਰੇ ਰੰਗ ਕਲੇ ਨਾ ਚੜ੍ਹੇ, ਜੇ ਲੋਚਿਆ ਸਭ ਕੋਈ। ਜਪ ਤਪ ਸੰਜਮ ਵਰਤ ਕਰੇ ਪੂਜਾ, ਮਨਮੁਖ ਰੋਗ ਨਾ ਜਾਈ, ਚੱਲਦਾ ਮਨ ਦੇ ਪਿੱਛੇ ਹੈ। ਅੰਤਰ ਰੋਗ ਮਹਾਂਅਭਿਮਾਨਾ, ਅੰਦਰੋਂ ਅਭਿਮਾਨ ਦਾ ਰੋਗ ਲੱਗਿਆ ਹੈ। ਦੂਜੇ ਭਾਏ ਖੁਆਈ ਦੁਆਇਤ ਵਿੱਚ ਰਹਿੰਦਾ, ਬਾਹਰ ਭੇਖ ਬਹੁਤ ਚਿਤਰਾਈ। ਬਾਹਰ ਤਾਂ ਬਹੁਤ ਸੋਹਣਾ ਭੇਖ ਕਰ ਲਿਆ, ਵਧੀਆ ਤੇ ਵਧੀਆ ਭੇਖ ਕਰ ਲਿਆ ਵੀ ਦੇਖਣ ਵਾਲਾ ਇੱਕ ਵਾਰੀ ਤਾਂ ਭੇਖ 'ਚ ਭੁੱਲ ਜਾਵੇ। ਬੜੀ ਚਿਤਰਾਈ ਹੈ, ਗੱਲਬਾਤ ਦੇ ਵਿੱਚ ਬੜੀ ਹੁਸ਼ਿਆਰੀ ਹੈ, ਮਨੂਆਂ ਦਾ ਅਤੇ ਸਤਾਵੇ ਮਨ ਦੌੜਦਾ ਫਿਰਦਾ। ਹਉਮੈ ਵਿਆਪਿਆ ਸ਼ਬਦ ਨਾ ਚੀਨਾ, ਫਿਰ ਜੂਨੀ ਆਵੇ। ਅਤੇ ਸ਼ਬਦ ਨੂੰ ਚੀਨਦਾ ਨਹੀਂ, ਨਾਮ ਦੇ ਨਾਲ ਸੁਰਤ ਨਹੀਂ ਲੱਗਦੀ। ਮਹਾਰਾਜ ਕਹਿੰਦੇ ਫਿਰ ਵਾਰ ਵਾਰ ਆਉਂਦਾ, ਜੰਮਦਾ ਮਰਦਾ, ਜੰਮਦਾ ਮਰਦਾ। ਸੋ ਮਹਾਰਾਜ ਜੀ ਸਮਝਾਉਂਦੇ ਨੇ ਮਾਤਾ ਜੀ ਨੂੰ ਕਿ ਨਾਮ ਦੇ ਅੰਦਰ ਜਦ ਤੱਕ ਪੂਰਾ ਨਹੀਂ ਮਿਲਦਾ ਉਨੀ ਦੇਰ ਤੱਕ ਨਾਮ ਦੀ ਜੇ ਗੱਲ ਕਰੋ ਕਿਸੇ ਪੱਲੇ ਕਿਸੇ ਦੇ ਪੱਲੇ ਨਹੀਂ ਪੈਂਦੀ, ਕਿਉਂਕਿ ਸੰਸਾਰ ਨੇ ਅਜੇ ਸਮਝਿਆ ਨਹੀਂ ਵੀ ਨਾਮ ਸਾਈਂ ਨਾਮ ਅਮੋਲ ਕੀ ਬਿਨਾਂ ਕੋਈ ਜਾਣਦੇ। ਜੇ ਇੰਨੀ ਉਹ ਗੱਲ ਪੈ ਜਾਵੇ ਹਿਰਦੇ ਦੇ ਅੰਦਰ ਤਾਂ ਫਿਰ ਕਿਹੜਾ ਜਿਹੜਾ ਅਮੋਲ ਚੀਜ਼ ਨੂੰ ਭੁੱਲੇ। ਸੋ ਉਹ ਤਾਂ
ਉਹਦੇ ਵਾਸਤੇ ਗੁਣ ਹੋਣੇ ਚਾਹੀਦੇ ਨੇ। ਜਿੱਥੇ ਮਿਲੇ ਨਾ ਸਦਾਗਰ ਪੂਰਾ ਗਠਨ ਖੋਲੀ ਨਾ ਮਨੀ, ਮਿਲੇ ਨਾ ਸਦਾਗਰ ਪੂਰਾ ਗਠਨ ਖੋਲੀ ਨਾ ਮਨੀ। ਗਾ ਕੇ ਨਹੀਂ ਹੈ ਕੋਈ ਨਾਮ ਦਾ ਚੱਕੀ ਫਿਰੋ ਨਾਸਤਕ ਕੋਲ। ਇੱਕ ਪੰਡਿਤ ਜੀ ਬੜੇ ਵਿਦਵਾਨ ਸੀ, ਉਹਨਾਂ ਨੂੰ ਵੀ ਪਤਾ ਸੀ, ਕਥਾ ਕਰਿਆ ਕਰਦੇ ਸੀ ਮਹਾਂਭਾਰਤ ਦੀ, ਕਥਾ ਸੁਣਾਉਣੀ, ਲੇਕਿਨ ਲਾਲਚ ਸੀ ਮਨ ਦੇ ਅੰਦਰ, ਕੋਈ ਅਮੀਰ ਬੰਦਾ ਦੇਖਣਾ ਫਿਰ ਕਹਿਣਾ ਵੀ ਇਹਨੂੰ ਕਥਾ ਸੁਣਾਈਏ ਅਤੇ ਚੰਗੀ ਭੇਟਾ ਚਾੜੂ, ਕੁਦਰਤੀ ਹੁੰਦਾ ਹੈ ਲਾਲਚ। ਸੋ ਉਹਨਾਂ ਨੇ ਇੱਕ ਸ਼ਹਿਰ ਦੇ ਅੰਦਰ ਇੱਕ ਚੰਗਾ ਸੇਠ ਜਿਹੜਾ ਸਾਰਿਆਂ ਨਾਲੋਂ ਬੜਾ ਸੀ, ਉਹਨੂੰ ਕਿਹਾ ਸੇਠ ਜੀ ਜੇ ਕਹੋ ਤਾਂ ਕਥਾ ਸੁਣਾਈਏ ਮਹਾਂਭਾਰਤ ਦੀ ਕਥਾ। ਕਹਿਣ ਲੱਗੇ ਵਾਹ ਪੰਡਿਤ ਜੀ ਵਾਹ, ਅਸੀਂ ਤਾਂ ਉਡੀਕਦੇ ਸੀ ਵੀ ਕੋਈ ਵਿਦਵਾਨ ਆਵੇ ਅਤੇ ਸਾਡਾ ਟਾਈਮ ਵੀ ਲੰਘੇ ਅਤੇ ਕਥਾ ਵੀ ਸੁਣੀ।
ਪੰਡਿਤ ਜੀ ਨੇ ਕਥਾ ਸੁਣ ਸ਼ੁਰੂ ਕਰਤੀ ਅਤੇ ਨਾਲ ਕਹਿਣ ਲੱਗੇ ਵੀ ਦੇਖੋ ਧਿਆਨ ਨਾਲ ਸੁਣਿਓ ਅਤੇ ਜਿਹੜੇ ਬਚਨ ਆਉਂਦੇ ਨੇ ਮੰਨਣ ਦਾ ਯਤਨ ਕਰਿਓ। ਕਹਿੰਦੇ ਫਿਕਰ ਨਾ ਕਰੋ ਪੰਡਿਤ ਜੀ, ਅਸੀਂ ਪੂਰੀ ਤਰ੍ਹਾਂ ਮੰਨਾਂਗੇ। ਅਤੇ ਉਸ ਵੇਲੇ ਜਦ ਕਥਾ ਦਾ ਮੱਧ ਦਾ ਭੋਗ ਪਾਇਆ, ਪੰਡਿਤ ਜੀ ਦੇਖਦੇ ਨੇ ਵੀ ਇਹਨਾਂ ਨੇ ਤਾਂ ਇੱਕ ਕੌਡੀ ਵੀ ਨਹੀਂ ਚਾੜੀ ਕਿਸੇ ਨੇ, ਵੀ ਇਹ ਕਿਹੋ ਜਿਹੇ ਲੋਕ ਨੇ। ਬਈ ਹੋਰ ਥਾਵਾਂ 'ਤੇ ਮੈਂ ਜਦ ਪਾਉਂਦਾ, ਵਸਤਰ ਚਾੜਦੇ ਨੇ, ਰਾਸ਼ਨ ਚਾੜਦੇ ਆ, ਕਰਦੇ ਆ ਉਹਨਾਂ, ਫਿਰ ਮੈਂ ਪੈਸੇ ਗਹਿਣੇ ਦਿੰਦੇ ਨੇ, ਹੋਰ ਬੜਾ ਕੁਛ ਦਿੰਦੇ ਨੇ, ਇਹ ਤਾਂ ਕੁਛ ਨਹੀਂ ਕਰਿਆ ਇਹਨਾਂ। ਕਹਿੰਦੇ ਚਲੋ ਸੇਠ ਸਿਆਣਾ, ਇੱਕੋ ਵਾਰੀ ਦੇ ਦੂ ਸਭ ਕੁਛ। ਫਿਰ ਕਥਾ ਕਰਦੇ ਰਹੇ, ਖੀਰ ਭੋਗ ਪਾਤ, ਉਹਨਾਂ ਨੇ ਭੋਗ 'ਤੇ ਵੀ ਕੁਛ ਨਾ ਚਾੜਿਆ। ਪੰਡਿਤ ਜੀ ਬੜੇ ਨਿਰਾਸ਼ ਹੋਏ, ਅਤੇ ਨਾਲ ਕਿਉਂਕਿ ਬਚਨ ਬੜੇ ਤਿਆਗ ਦੇ ਕਰ ਚੁੱਕੇ ਸੀ, ਅਤੇ ਉਹਨਾਂ ਨੇ ਕਿਹਾ ਵੀ ਜੇ ਮੈਂ ਹੁਣ ਕਹਿਣਾ ਤਾਂ ਬਹੁਤ ਸਾਰੀ ਸੰਗਤ ਬੈਠੀ ਹੈ ਅਤੇ ਇਹਨਾਂ ਦੇ ਮਨ 'ਚ ਹੋਊ ਵੀ ਪੰਡਿਤ ਲਾਲਚੀ ਹੈ, ਬਈ ਹੋਵੇ ਨਾ ਤਾਂ ਮੈਂ ਫੇਰ ਆ ਜਾਵਾਂਗਾ, ਸ਼ਾਇਦ ਇਹ ਗੁਪਤ ਦਾਨ ਕਰਨਾ ਚਾਹੁੰਦੇ ਹੋ। ਉਹ ਥੋੜ੍ਹੇ ਦਿਨਾਂ 'ਤੇ ਬਾਅਦ ਆ ਗਿਆ, ਆ ਕੇ ਕਹਿੰਦੇ ਸੇਠ ਜੀ ਕਥਾ ਕਹੀ ਜੀ ਲੱਗੀ। ਕਹਿੰਦੇ ਪੰਡਿਤ ਜੀ ਕਥਾ ਬਸ ਕੀ ਪੁੱਛਦੇ ਹੋ ਤੁਸੀਂ, ਬਹੁਤ ਵਧੀਆ ਲੱਗੀ। ਕਹਿੰਦੇ ਮੰਨੀ ਵੀ ਕੋਈ? ਕਹਿੰਦੇ ਹਾਂ 100% ਮੰਨੀ। ਕਹਿੰਦੇ ਜੇ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਕੁਛ ਭੇਟਾ ਨਹੀਂ ਕਰਿਆ? ਕਹਿੰਦੇ ਦੇਖ ਪੰਡਿਤ ਜੀ, ਮੈਂ ਤੈਨੂੰ ਦੱਸਾਂ ਸੱਚੀ ਗੱਲ, ਇਹ ਦੇਖ ਲੈ ਕ੍ਰਿਸ਼ਨ ਮਹਾਰਾਜ ਵੀ ਆਏ ਅਤੇ ਪਾਂਡਵਾਂ ਨੇ ਵੀ ਮੰਗਿਆ, ਹੋਰ ਵੀ ਵੱਡੇ ਵੱਡੇ ਜਿਹੜੇ ਚੰਗੇ ਪੁਰਸ਼ ਸੀ ਸਾਰਿਆਂ ਨੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰੀ ਵੀ 5 ਪਿੰਡ ਦੇ ਦਿਉ, ਜੇ ਜ਼ਿਆਦਾ ਨਹੀਂ ਦੇ ਸਕਦੇ 5 ਤਾਂ ਦੇ ਦਿਉ। ਅਤੇ ਦੁਰਯੋਧਨ ਨੇ ਕਿਹਾ ਵੀ ਜਿੰਨਾ ਸੂਈ ਦੇ ਨੱਕੇ 'ਤੇ ਥਾਂ ਹੁੰਦਾ ਮੈਂ ਤਾਂ ਇੰਨਾ ਵੀ ਨਹੀਂ ਦੇਣਾ। ਕਹਿੰਦਾ ਮੈਂ ਤਾਂ ਗੱਲ ਪੱਕੀ ਮੰਨ ਲਈ ਲੜ, ਬਈ ਚਾਹੇ ਕੋਈ ਕਥਾ ਕਰੀ ਜਾਵੇ, ਚਾਹੇ ਕੋਈ ਮੰਗੀ ਜਾਵੇ, ਅਸੀਂ ਕਹਿੰਦਾ ਧੇਲਾ ਵੀ ਨਹੀਂ ਦੇਣਾ ਕਿਸੇ ਨੂੰ। ਕਹਿੰਦਾ ਫਿਰ ਇੰਨੀ ਥੋੜ੍ਹੀ ਗੱਲ ਹੈ, ਮੈਂ ਤਾਂ ਕਹਿੰਦਾ ਕਥਾ ਮੰਨ ਲਈ। ਪੰਡਿਤ ਨੇ ਕਿਹਾ ਵੀ ਇਹ ਤਾਂ ਮੇਰੀ ਉਹ ਗਲਤੀ ਹੈ ਵੀ ਮੈਂ ਪਹਿਲਾਂ ਸੁਦਾਗਰ ਦੇਖਿਆ ਹੀ ਨਹੀਂ। ਕਹਿੰਦਾ ਚਲੋ ਬੀਬੀ ਚੰਗੀ ਹੋਣੀ ਹੈ, ਉਹ ਤਾਂ ਪੁੱਛਦੇ ਹਾਂ। ਬੀਬੀ ਜੀ ਕੋਲ ਚਲਿਆ ਗਿਆ, ਕਹਿੰਦੇ ਬੀਬੀ ਜੀ ਕਥਾ ਕਹੀ ਜੀ ਲੱਗੀ? ਕਹਿੰਦੀ ਮੈਨੂੰ ਤਾਂ ਬਹੁਤ ਵਧੀਆ ਲੱਗੀ, ਪੁੱਛਣਾ ਪੰਡਿਤ ਜੀ ਕੁਛ, ਮੇਰੇ ਤਾਂ ਕਈ ਸ਼ੰਕੇ ਦੂਰ ਹੋ ਗਏ। ਕਹਿਣ ਲੱਗੇ ਫਿਰ ਤੁਸੀਂ ਭੇਟਾ ਤਾਂ ਕੁਛ ਨਹੀਂ ਕਰੀ? ਕਹਿੰਦੀ ਭੇਟਾ ਤਾਂ ਮੈਂ ਜੀ ਭਰ ਕੇ ਕਰੂੰ। ਕਹਿੰਦੇ ਕਦ? ਕਹਿੰਦੇ ਦੇਖ ਤੁਹਾਨੂੰ ਕਹਿੰਦਾ ਸਾਰਿਆਂ ਨੂੰ ਵਧੀਆ ਕਿਹਦਾ ਪ੍ਰਸੰਗ ਲੱਗਿਆ? ਕਹਿੰਦੀ ਮੈਨੂੰ ਦ੍ਰੋਪਦੀ ਦਾ ਲੱਗਿਆ। ਕਹਿੰਦੀ ਮੈਂ ਵੀ ਫੈਸਲਾ ਕਰ ਲਿਆ, ਕਹਿੰਦੀ 4 ਪਤੀ ਤਾਂ ਮੇਰੇ ਅੱਗੇ ਹੈਗੇ, ਜਿੱਦਣ 5ਵਾਂ ਬਣ ਗਿਆ ਪੰਡਿਤ ਜੀ ਉਦਣ ਦਊ ਤੈਨੂੰ ਕੁਛ। ਉਹਨੇ ਕਿਹਾ ਵੀ ਆਹ ਮੂਰਖ ਹੈ, ਬਈ ਇਹ ਕਿੱਧਰਲੇ ਪਾਸੇ ਸੋਚਣ ਲੱਗ ਗਏ, ਉਹ ਕਿੱਡੀ ਪਤੀਵਰਤਾ ਇਸਤਰੀ ਸੀ, ਉਹਨੇ ਵਚਨ ਮੰਨਿਆ, ਇਹ 5 ਪਤੀ ਕਰਨੇ ਚਾਹੁੰਦੀ। ਇਹਨੇ ਕਿਹਾ ਵੀ ਚਲੋ ਲੜਕਾ ਸਿਆਣਾ ਹੈ, ਉਹਦੇ ਕੋਲ ਚੱਲਦੇ ਹਾਂ। ਲੜਕੇ ਕੋਲ ਚਲਿਆ ਗਿਆ, ਜਾ ਕੇ ਕਹਿੰਦਾ ਛੋਟੇ ਸੇਠ ਜੀ ਕਥਾ ਕਹੀ ਜੀ ਲੱਗੀ? ਕਹਿੰਦਾ ਮੈਨੂੰ ਤਾਂ ਗਿਆਨ ਹੋ ਗਿਆ ਗਿਆਨ। ਕਹਿੰਦਾ ਮੈਂ ਜਦੋਂ ਕ੍ਰਿਸ਼ਨ ਮਹਾਰਾਜ ਨੇ ਵਚਨ ਕਰੇ ਆ, ਮੇਰੇ ਉੱਤੇ ਪੂਰਾ ਅਸਰ 100% ਹੋ ਗਿਆ, ਆਤਮਾ ਨੂੰ ਮੈਂ ਸਮਝ ਗਿਆ। ਕਹਿੰਦੇ ਫਿਰ ਤੁਸੀਂ ਭੇਟਾ ਨਹੀਂ ਕੁਛ ਕਰਿਆ? ਕਹਿੰਦੇ ਭੇਟਾ ਮੈਂ ਕਰੂੰਗਾ। ਕਹਿੰਦੇ ਫਿਰ ਸਮਝਿਆ ਕੀ ਹੈ? ਕਹਿੰਦਾ ਮੈਂ ਸਮਝਿਆ ਵੀ ਆਤਮਾ ਨਹੀਂ ਮਰਦੀ, ਸਰੀਰ ਮਰਦਾ, ਅਤੇ ਮੇਰਾ 100% ਨੇਚਾ ਹੋ ਗਿਆ, ਜਿਹੜਾ ਸਾਡਾ ਬੁੜਾ ਹੈ ਨਾ ਮੈਨੂੰ ਧੇਲਾ ਨਹੀਂ ਦਿੰਦਾ। ਕਹਿੰਦਾ ਹੁਣ ਮੈਂ ਇਹਨੂੰ ਮਾਰ ਦੇਣਾ, ਆਤਮਾ ਨੇ ਤਾਂ ਮਰਨਾ ਹੀ ਨਹੀਂ ਹੈ, ਮੈਨੂੰ ਪਾਪ ਨਹੀਂ ਲੱਗਣਾ। ਕਹਿੰਦਾ ਫੇਰ ਦਊਂ ਤੈਨੂੰ ਇਹ। ਸੋ ਇਹ ਮਹਾਰਾਜ ਕਹਿੰਦੇ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ, ਨਾ ਬਾਜ਼ਾਰ ਹੈ ਨਾ ਪਾਰਖੂ ਹੈ ਨਾ ਦੁਕਾਨ ਹੈ ਨਾ ਮੁੱਲ ਦੇਣ ਵਾਲਾ। ਮੁੱਲ ਕੀ ਹੈ ਇਹਦਾ? ਮੁੱਲ ਮਹਾਰਾਜ ਦੱਸਦੇ ਨੇ, ਮਰਨਾ ਕਬੂਲ ਲੈ ਜੀਵਨ ਦੀ ਛੱਡਦੇ ਆਸਾ, ਮਰਨਾ ਕਬੂਲ ਲੈ ਜੀਵਨ ਦੀ ਛੱਡਦੇ ਛੱਡਦੇ।
ਜੋ ਮੁੱਲ ਹੈ ਗਾਹਕ ਦੇ ਪਾਸ ਆਪਣਾ ਆਪ ਹਉਮੈ ਨੂੰ ਖਤਮ ਕਰਨਾ ਮੰਨ ਲੈ। ਜੇ ਮੈਂ ਰਹੇ ਤੇ ਨਾਲ ਨਾਮ ਰਹੇ ਦੋਏ ਨਹੀਂ ਰਹਿਣੇ ਪ੍ਰੇਮੀਆਂ। ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਬਸੇ ਇਕਠਾਏ। ਦੋਏ ਨਹੀਂ ਇਕੱਠੇ ਰਹਿੰਦੇ ਜਾਂ ਹਉਮੈ ਰਹੇਗੀ ਮੈਂ ਰਹੇਗਾ ਜਾਂ ਨਾਮ ਰਹੇਗਾ। ਸੋ ਇਸ ਤਰ੍ਹਾਂ ਕਬੀਰ ਰਾਮ ਪਦਾਰਥ ਰਾਮ ਰਤਨ ਮੁੱਖ ਕੋਥੜੀ ਪਾਰਖ ਅੱਗੇ ਖੋਲ ਪਾਰਖੂ ਨੂੰ ਤਾਂ ਗੱਲ ਦੱਸ ਦੇ ਵੀ ਇੱਥੇ ਬਿਰਤੀ ਟਿਕਾਏ 'ਤੇ ਆਹ ਹੁੰਦਾ ਇੱਥੇ ਟਿਕਾਏ 'ਤੇ ਆਹ ਹੁੰਦਾ ਤ੍ਰਿਪਟੀ ਆ ਇਸ ਤਰ੍ਹਾਂ ਹੁਣ ਭੇਦ ਹੁੰਦੀ ਹੈ ਅਤੇ ਦਸਵੇਂ ਦੁਆਰ 'ਚ ਬਿਰਤੀ ਐਂ ਪਹੁੰਚਦੀ ਹੈ। ਜਾਂ ਗਾਹਕ ਇਹ ਨਹੀਂ ਹੈ ਉਹਨੂੰ ਪਤਾ ਹੀ ਨਹੀਂ ਵੀ ਦਸਵਾਂ ਦੁਆਰ ਕਾਸ ਨੂੰ ਕਹਿੰਦਾ ਹੈ ਹਾਂ ਹਾਂ ਕਰੀ ਜਾਂਦਾ ਉਹਨੂੰ ਨਾ ਇੱਧਰ ਹੋਣਾ ਨਾ ਇੱਧਰ ਹੋਣਾ ਤਾਂ ਤੇਰਾ ਥਕੇਵਾਂ ਹੀ ਤੇਰੇ ਪੱਲੇ ਪੈਂਦਾ ਹੈ। ਇੰਤਜ਼ਾਰ ਕਰ ਕੋਈ ਆਏ ਮੇਰੇ ਕੋਲ ਗਾਹਕ ਹੀ ਲੇਗੋ ਮੈਂ ਕਿ ਇੱਕੋ ਹੀ ਬਹੁਤ ਹੈ ਉਹਨੇ ਸਿਰ ਦੇ ਕੇ ਲੈ ਲੈਣਾ ਤੇਰਾ ਬਣ ਜਾਣਾ ਹੈ ਸਭ ਕੁਛ ਤੈਨੂੰ ਅਰਪਣ ਕਰ ਦੇਣਾ ਉਹਨੇ। ਸੋ ਇਸ ਤਰ੍ਹਾਂ ਨਾ ਗਾਹਕ ਹੋਣ ਕਰਕੇ ਨਾਮ ਨਹੀਂ ਚੱਲ ਰਿਹਾ। ਹੁਣ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਆਉਂਦੇ ਬੇਅੰਤ ਨੂੰ ਛਕਾਇਆ ਕਿੰਨੇ ਕਿੰਨੇ ਜਿਹੜੇ ਨਾਮ ਜਪਦੇ ਨੇ ਬਿਰਲੇ ਬਿਰਲੇ ਪੁਰਸ਼ ਨੇ। ਸੱਤ ਤਾਂ ਹੀ ਕਹਿੰਦਾ ਹੁੰਦਾ ਮੈਂ ਕਿਹਾ ਤੂੰ ਬਿਮਾਰ ਹੈ ਅੰਮ੍ਰਿਤ ਛਕ ਲੈ ਗੁਰੂ ਤੇਰਾ ਰਾਖਾ ਹੋ ਜੂਗਾ ਚੱਲ ਤੇਰਾ ਇੰਨਾ ਹੀ ਸਹੀ। ਉੱਥੇ ਦਿੰਦੇ ਨੇ ਨਾਮ ਅੰਮ੍ਰਿਤ ਕੀ ਹੁੰਦਾ ਗੁਰੂ ਧਾਰਨ ਕਰਾਉਂਦੇ ਗੁਰੂ ਧਾਰਨ ਕਰਕੇ ਪੰਜ ਪਿਆਰੇ ਨਾਮ ਦਿੰਦੇ ਨੇ। ਉਹ ਨਾਮ ਵਾਲੀ ਤਾਂ ਗੱਲ ਗਈ ਆ ਜੀ ਨਾ ਕੋਈ ਜਪਦਾ ਬਿਰਲਾ ਬਿਰਲਾ ਪੁਰਸ਼ ਹੈ ਕਿਉਂਕਿ ਲਗਨ ਨਹੀਂ ਅਜੇ। ਅਸੀਂ ਤਾਂ ਐਂ ਕਰਦੇ ਹਾਂ ਫਲਾਣਾ ਸਿਆ ਤੂੰ ਨਹੀਂ ਅੰਮ੍ਰਿਤ ਛਕਦਾ ਕੀ ਗੱਲ ਹੈ। ਇੱਥੇ ਇੱਕ ਪ੍ਰੇਮੀ ਮੇਰੇ ਕੋਲ ਆਇਆ ਕਹਿੰਦਾ ਜੀ ਮੈਨੂੰ ਅੰਮ੍ਰਿਤ ਛਕਣ ਨੂੰ ਕਹਿੰਦੇ ਨੇ। ਮੈਂ ਕਿਹਾ ਫਿਰ ਤੇਰਾ ਮਨ ਕੀ ਕਹਿੰਦਾ ਕਹਿੰਦਾ ਮੈਂ ਤਾਂ ਥੋਤੇ ਪੁੱਛਣ ਆਇਆ। ਮੈਂ ਕਿਹਾ ਮੈਂ ਤਾਂ ਤੈਨੂੰ ਕੁਛ ਨਹੀਂ ਕਹਿੰਦਾ ਜੇ ਮੈਂ ਕਹਿੰਦਾ ਤਗੜਾ ਹੋ ਕੇ ਛਕੀ ਤਾਂ ਮੇਰੇ ਨਾਲ ਉਹ ਨਾਰਾਜ਼ ਹੋਣਗੇ ਜਿਹੜੇ ਛਕਾ ਰਹੇ ਨੇ। ਜੇ ਮੈਂ ਕਹਿਦਾ ਵੀ ਛਕ ਲੈ ਤਾਂ ਮੇਰੀ ਵੀ ਉਹੀ ਜਿਹੀ ਗੱਲ ਹੋਊ। ਤੇਰੇ ਅੰਦਰ ਰੁਚੀ ਹੈ ਨਾਮ ਜਪਣ ਦੀ ਗੁਰੂ ਧਾਰਨ ਦੀ ਤੇਰਾ ਮਨ ਮੰਨਿਆ। ਜੇ ਤਾਂ ਮੰਨ ਗਿਆ ਫਿਰ ਤਾਂ ਕੀ ਮੁੰਦੇ ਦੇ ਜੇ ਤੇਰਾ ਮਨੇ ਨਹੀਂ ਮੰਨਿਆ ਤਾਂ ਕਿਰਪਾਨਾ ਘਰ ਆ ਕੇ ਲਾਹ ਦੇਣੀ ਹੈ। ਕਿਧਰੇ ਪਾਠ ਗਿਆ ਕਿਧਰੇ ਜਪਜੀ ਸਾਹਿਬ ਗਿਆ ਸ਼ਰਾਬ ਦੀ ਬੋਤਲ ਦੇ ਕੇ ਫਿਰ ਨੱਠ ਕੇ ਉੱਥੇ ਨੂੰ ਚਲੇ ਜਾਣਾ ਫਿਰ ਨਾ ਛਕੀ ਹੋਰ ਤਕੜਾ ਹੋ ਜਾ। ਜੇ ਜਨਮ ਲੰਘ ਵੀ ਗਿਆ ਫਿਰ ਆਜੂ ਵਾਰੀ 50-60 ਕਰੋੜ ਸਾਲ ਬਾਅਦ ਫਿਰ ਤੁਰ ਲਈ ਵਾਲੇ ਕੁੱਤਾ ਬਿੱਲਾ ਬਣ ਕੇ ਦੇਖ ਲਈ ਕਿਉਂਕਿ ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਿਸ਼ਨ ਹੈ ਕੁਕਰ ਹੈ ਸੁਕਰ ਹੈ ਗਰਦਭ ਹੈ ਕੱਕ ਹੈ ਸਰਪਨ ਹੈ ਤੁਲਖਲ ਹੈ। ਮਹਾਰਾਜ ਕਹਿੰਦੇ ਨੇ ਬਈ ਇਹੀ ਆ ਜਿਹਾ ਨਿਖਿਧ ਜੂਨੀਆਂ 'ਚ ਪੈਂਦਾ ਜਿਹੜਾ ਨਗੋਰਾ ਪੁਰਸ਼ ਹੋਇਆ ਕਰਦਾ। ਪਰ ਫਿਰ ਮੁੱਲ ਦੇਣਾ ਚਾਹੀਦਾ ਇਹਦਾ। ਪਹਿਲੇ ਜ਼ਮਾਨਿਆਂ 'ਚ ਅੰਮ੍ਰਿਤ ਜਾ ਛਕਾਉਂਦੇ ਸੀ ਬੜੇ ਬੜੇ ਸਾਲ ਤੱਕ ਤਪੱਸਿਆ ਅਤੇ ਤਿਕਸ਼ਾ ਕਰਾਉਂਦੇ ਸੀ। ਮਹਾਂਪੁਰਸ਼ ਨਹੀਂ ਸੀ ਮਹਾਰਾਜ ਜੀ ਦਾ ਰੱਖਿਆ ਹੁੰਦਾ ਵੀ 6 ਮਹੀਨੇ ਮੂਲ ਮੰਤਰ ਦੇ ਪਾਠ ਕਰ ਮਾਲਾ ਵੀ 30 ਦਿੰਦੇ ਸੀ ਰੋਜ਼ ਦੀਆਂ 30 ਮਾਲਾ ਮੂਲ ਮੰਤਰ ਦੀਆਂ ਫਿਰ ਆਈ ਤੈਨੂੰ ਫਿਰ ਅੰਮ੍ਰਿਤ ਛਕਾ ਕੇ ਨਾਮ ਦੇਵਾਂਗੇ। ਨਤੀਜਾ ਕੀ ਹੁੰਦਾ ਜਦੋਂ ਨਾਮ ਮਹਾਂਪੁਰਸ਼ਾਂ ਨੇ ਦੇਣਾ ਪੰਜ ਪਿਆਰਿਆਂ 'ਚ ਉਹ ਅੰਦਰੇ ਚਲੇ ਜਾਣਾ ਨਾਮ ਫਿਰ ਜਦੇ ਚੌਂਕੜੀਆਂ ਮਾਰ ਕੇ ਜਪਣਾ ਸ਼ੁਰੂ ਕਰ ਲਿਆ ਹੁਣ ਤਾਂ ਗੱਲੇ ਹੀ ਹੋਰ ਹੋ ਗਈ। ਸੋ ਇਸ ਤਰ੍ਹਾਂ ਦੇ ਨਾਲ ਗਾਹਕ ਦੇ ਕੋਲ ਬਾਤ ਹੋਵੇ। ਸੋ ਪੰਜਵਾਂ ਹੋਇਆ ਕਰਦਾ ਹੈ ਕਿ ਨਾਸਤਕ ਦੇ ਕੋਲ ਨਾਮ ਦੀ ਮਹਿਮਾ ਨਾ ਕਦੇ ਵੀ ਕਰੇ ਕਿਉਂ ਉਹਨੇ ਤਰਕ ਕਰ ਦੇਣੀ ਆ ਤਰਕ ਕਰ ਦਿਲ 'ਚੋਂ ਨਿਕਲਦੀ ਨਹੀਂ। ਜਿਹੜੇ ਬੰਦੇ ਐਵੇਂ ਹੀ ਖਿਬੜੀ ਜਾਂਦੇ ਨੇ ਨਾਮ ਦੀ ਗੱਲ ਲੈ ਕੇ ਮਹਾਤਮਾ ਦੀ
ਕਦੇ ਜਿਹੜਾ ਬੰਦਾ ਆਨੰਦਕਾਰੀ ਹੈ ਮਹਾਤਮਾ ਦੀ ਉਸਤਤ ਨਾ ਕਰੋ ਉਹਨਾਂ ਦੇ ਕੋਲ, ਕਿਉਂ ਨਿੰਦਿਆ ਕਰੇਗਾ, ਨਿੰਦਿਆ ਕਰੇਗਾ ਫਿਰ ਦੁੱਖ ਲੱਗੇਗਾ। ਨਿੰਦਿਆ ਦਾ ਕਾਰਨ ਉਹੀ ਬੰਦਾ ਹੈ ਜਿਹੜਾ ਆਨੰਦਕਾਰੀ ਕੋਲ ਕਿਸੇ ਮਹਾਂਪੁਰਸ਼ ਦੀ ਗੱਲ ਕਰਦਾ ਗੁਰੂ ਦੀ ਬਾਤ। ਇਹ ਬਹਿਸ ਕਰਨ ਦੀਆਂ ਬਾਤਾਂ ਤਾਂ ਨਹੀਂ ਹੁੰਦੀਆਂ ਬਈ ਖਾਖਾਂ ਦਾ ਭੇੜ ਲਾਈ ਜਾਓ, ਨਾ ਇਹ ਤਾਂ ਹਿਰਦੇ ਦੀ ਸੋਝੀ ਹੁੰਦੀ ਹੈ। ਸੋ ਇਸ ਤਰ੍ਹਾਂ ਉਹ ਕਸੰਗਤ ਦਾ ਅਸਰ ਹੋ ਜਾਂਦਾ ਹੈ, ਫਿਰ ਨਾਮ ਨਹੀਂ ਜਪਾਉਂਦਾ। ਫਿਰ ਹੁੰਦਾ ਵੀ ਨਾਮ ਦੇ ਨਾਮ ਦੀ ਬਾਤ ਕਰਨੀ ਹੈ, ਪਹਿਲਾਂ ਦ੍ਰਿੜਤਾ ਹੋਣੀ ਚਾਹੀਦੀ ਹੈ। ਜਿਹੋ ਜਿਹੀ ਧਰੂਣ ਵਿੱਚ ਸੀ, ਧਰੂਣ ਨੂੰ ਬਹੁਤਾ ਉਪਦੇਸ਼ ਨਹੀਂ ਸੀ ਹੋਇਆ, ਉਹਨੂੰ ਸੱਟ ਲੱਗੀ ਸੀ, ਉਹਦੀ ਇਨਸਲਟ ਹੋਈ ਸੀ। ਇੱਕ ਤਾਂ ਰਾਜ ਖੋਲਿਆ ਸੀ ਉਹਦਾ ਹੱਕ ਸੀ, ਦੂਸਰਾ ਉਹਦੇ ਥੱਪੜ ਮਾਰੇ ਸੀ ਮਤੇਈ ਮਾਂ ਨੇ। ਉਹਨੇ ਮਾਂ ਨੂੰ ਆ ਕੇ ਪੁੱਛਿਆ ਕਿਸ ਉਦਮ 'ਤੇ ਰਾਜ ਮਿਲੇ, ਸ਼ਤਰੂ 'ਤੇ ਹੋਵਣ ਸਭ ਮਿਲ। ਮਾਂ ਕਹਿੰਦੀ ਪਰਮੇਸ਼ੁਰ ਅਰਾਧੀ ਹੈ ਜਿੰਦੂ ਹੋਈ ਹੈ ਪਤਤ ਪਨੀਤ। ਇੰਨੀ ਉਹ ਗੱਲ ਮਾਂ ਨੇ ਸਮਝਾਈ ਹੈ ਵੀ ਪੁੱਤਰ ਇਹ ਨਾਮ ਜਪੇ 'ਤੇ ਹੁੰਦਾ ਹੈ, ਆਪਣਾ ਰਾਜੇ ਦੇ ਘਰ ਦਾ ਜਨਮ ਹੋ ਗਿਆ, ਤੇਰਾ ਵੀ, ਮੈਂ ਵੀ ਰਾਜੇ ਦੇ ਘਰ, ਰਾਜੇ ਦੀ ਲੜਕੀ ਹਾਂ, ਰਾਜੇ ਨਾਲ ਵਿਆਹੀ ਹਾਂ, ਪਰ ਮੈਂ ਤਪ ਤੋਂ ਹੀਣੀ ਹਾਂ, ਤੂੰ ਵੀ ਤਪ ਤੋਂ ਹੀਣੀ, ਭਜਨ ਨਹੀਂ ਕਰਿਆ, ਇਸ ਕਰਕੇ ਆਪਾਂ ਨੂੰ ਇਹ ਸਜ਼ਾ ਮਿਲੀ। 5 ਸਾਲ ਦਾ ਬੱਚਾ ਕੀ ਹੁੰਦਾ, ਇੱਥੇ 5 ਸਾਲ ਦੇ ਬੱਚੇ ਬੈਠੇ ਆ, ਕਿੰਨੀ ਕੁ ਦ੍ਰਿੜਤਾ, ਇੰਨੀ ਦ੍ਰਿੜਤਾ, ਬਾਹਰ ਚੱਲਿਆ ਕਰਨ ਤਪ, ਮਨ ਵੈਰਾਗੀ ਹੋਏ ਅਤੀਤ, ਪਿੱਛੋਂ ਰਾਜੇ ਸੱਦਿਆ, ਅਬ ਚੱਲ ਰਾਜ ਕਰੋ, ਨਿਕ ਹਾਰ ਚੱਲੇ ਗੁਰਮੁਖ ਜਗ ਜੀਤਾ। ਸੋ ਬਾਹਰ ਚਲਿਆ ਗਿਆ, ਨਾਰਦ ਮੁਨੀ ਉਪਦੇਸ਼ਿਆ, ਨਾਮ ਨਿਦਾਨ ਐਵੇਂ ਉਹ ਰਸ ਪੀਤਾ। 5 ਸਾਲ ਦਾ ਬੱਚਾ ਨਾਰਦ ਮੁਨੀ ਉਪਦੇਸ਼ ਕਰ ਰਿਹਾ, ਅਤੇ ਜਦ ਤੱਕ ਪਰਮੇਸ਼ੁਰ ਨਹੀਂ ਮਿਲਿਆ ਘਰ ਤਾਂ ਨਹੀਂ ਵਾਪਸ ਆਇਆ, ਕਿਉਂਕਿ ਦ੍ਰਿੜਤਾ ਸੀ ਉਹਦੇ ਮਨ ਦੇ ਅੰਦਰ। ਜਦ ਤੱਕ ਇੰਨੀ ਦ੍ਰਿੜਤਾ ਸਾਡੇ ਅੰਦਰ ਨਾ ਹੋਵੇ, ਨਾਮ ਕਿਵੇਂ ਚੱਲ ਜੂ? ਅਸੀਂ ਤਾਂ ਇੱਕ ਵਾਧੂ ਚੀਜ਼ ਰੱਖੀ ਹੋਈ ਆ ਨਾ, ਅੰਦਰ ਦ੍ਰਿੜਤਾ ਨਹੀਂ, ਅੰਦਰ ਚੀਜ਼ਾਂ ਦਾ ਵੀ ਜੇ ਨਾਮ ਜਪ ਲਿਆ ਅਸੀਂ ਆਹ ਮੇਰਾ ਕੰਮ ਬਣ ਜੂ, ਉਹ ਬਣ ਜੂ, ਫਿਰ ਕੰਮਾਂ ਵਾਸਤੇ ਹੋ ਗਏ ਕੰਮ। ਤਾਂ ਮਹਾਰਾਜ ਕਹਿੰਦੇ ਨਾ, ਨਾਮ ਨੂੰ ਨਾ ਖਰਚੋ ਇਹਨਾਂ ਚੀਜ਼ਾਂ ਦੇ ਉੱਤੇ, ਉਹ ਬਹੁਤ ਕੀਮਤੀ ਚੀਜ਼ ਹੈ, ਇਹਦੇ ਉੱਤੇ ਨਾ ਵਰਤੋ ਇਹਨਾਂ ਚੀਜ਼, ਫਿਰ ਨਾਮ ਦਾ ਵਿਖਾਵਾ ਨਾ ਕਰੋ। ਜਿੰਨੇ ਬੰਦਗੀ ਕਰਨ ਵਾਲੇ ਪੁਰਸ਼ ਨੇ ਡੂੰਘੀਆਂ ਅਵਸਥਾ 'ਚ ਪਹੁੰਚ ਗਏ ਨੇ, ਉਹ ਦਿਖਾਵੇ ਤੋਂ ਦੂਰ ਹੋ ਜਾਂਦੇ ਨੇ। ਉਹਦੇ ਬਾਰੇ ਮਹਾਰਾਜ ਨੇ ਇਸ ਤਰ੍ਹਾਂ ਫਰਮਾਨ ਕਰਿਆ, ਹੁਣ ਨਜ਼ਦੀਕ ਖਦਾਏ ਦੇ ਪੇਤ ਨਾ ਬਾਤ ਇਹ ਨਹੀਂ ਕਰਦੇ। ਸਬਰ ਅੰਦਰ ਸਾਵਰੀ ਤਨ ਏ ਵੈ ਜੈ ਲੈਨ, ਹੁਣ ਨਜ਼ੀਕ ਖਦਾਏ ਦੇ ਪੇਦ ਨਾ ਕਿਸੇ।
ਇੱਕ ਵਾਰੀ ਦੋ ਰਾਜੇ ਜਿਨ੍ਹਾਂ ਨੇ ਰਾਜ ਪਾਗ ਪਦਮਨੀ ਰਾਣੀਆਂ ਤਿਆਗੀਆਂ, ਅਨੇਕਾਂ ਸੁੱਖ ਰਾਜ ਦੇ ਤਿਆਗ ਕੇ ਐਸੀ ਜ਼ਿੰਦਗੀ ਇਖਤਿਆਰ ਕਰੀ ਕਿ ਪੁੰਜੇ ਸੌਂਦੇ ਨੇ, ਹੱਥ 'ਤੇ ਖਾਂਦੇ ਨੇ, ਜੰਗਲਾਂ 'ਚ ਰਹਿੰਦੇ ਨੇ, ਕੋਈ ਵਾਸ਼ਨਾ ਨਹੀਂ, ਕਲਪਾਤੀ ਬਿਰਤੀ ਹੈ, ਆ ਗਿਆ ਤਾਂ ਛਕ ਲਿਆ ਨਹੀਂ ਭੁੱਖੇ ਹੀ ਰਹਿਣਾ। ਇਹ ਦੋਏ ਭਜਨ ਕਰਦੇ ਕਰਦੇ ਦੁਨੀਆ ਦੇ ਅੰਦਰ ਗਰਜ ਵਾਲੇ ਜਿਹੜੇ ਹੋਇਆ ਕਰਦੇ ਨੇ ਉਹ ਇੱਕਦਮ ਤੜ ਜਾਂਦੇ ਨੇ, ਫਲਾਣੇ ਥਾਂ ਭਜਨ ਕਰਦੇ ਹਾਂ, ਫਲਾਣੇ ਮਹਾਤਮਾ ਦਾ ਵਾਕ ਸੱਤ ਹੁੰਦਾ, ਨਾ ਕੋਈ ਲੈਣ, ਨਾ ਕੋਈ ਦੇਣ, ਨਾ ਕੋਈ ਕੁਰਬਾਨੀ ਕਰਨ, ਉੱਥੇ ਨੂੰ ਤੁਰ ਪੈਂਦੇ ਜੀ, ਵਚਨ ਕਰ ਦਿਉ, ਵਚਨ ਕਰ ਦਿਉ, ਮਖੌਲ ਬਣਾ ਲੈਂਦੇ ਨੇ ਇਸ ਚੀਜ਼। ਅਤੇ ਮਹਾਤਮਾ ਦੀ ਉਸਤਤੀ ਜਦ ਹੋਣ ਲੱਗੀ, ਬੇਅੰਤ ਦੁਨੀਆ ਆਉਣ ਲੱਗੀ, ਪਹਿਲਾਂ ਤਾਂ ਉਹ ਕਰਦੇ ਕਰਦੇ ਰਹੇ, ਫਿਰ ਉਹਨਾਂ ਨੇ ਆਪਸ ਵਿੱਚ ਸਲਾਹ ਕਰੀ ਵੀ ਦੇਖੋ ਘਰ ਬਾਰ ਛੱਡਿਆ, ਇਸਤਰੀਆਂ ਛੱਡੀਆਂ, ਪਦਮਣੀ ਰਾਣੀਆਂ ਛੱਡੀਆਂ, ਅਤੇ ਮਹਿਲਾਂ ਦੇ ਸੁੱਖ ਛੱਡੇ, ਸੋਹਣੀਆਂ ਸੇਜਾਂ ਛੱਡੀਆਂ, ਖਾਣੇ ਪੀਣੇ ਛੱਡੇ, ਅਤੇ ਆਹ ਕਿਹੋ ਜਿਹੀ ਜ਼ਿੰਦਗੀ ਇਖਤਿਆਰ ਕਰੀਆ, ਮੱਖੀਆਂ ਦਾ ਫੇਰ ਸਾਡੇ ਪਿੱਛੇ ਖਹਿੜਾ ਨਹੀਂ ਛੱਡਦੀਆਂ। ਕਹਿੰਦੇ ਫੇਰ, ਕਹਿੰਦੇ ਆਪਾਂ ਐਂ ਕਰੀਏ ਤੋਂ ਰਾਤੋਂ ਰਾਤ ਤੁਰ ਚੱਲੀਏ। ਇਹ ਦੋਏ ਮਹਾਤਮਾ ਕਿੰਨੇ ਸੌ ਮੀਲ ਤੁਰ ਕੇ ਚਲੇ ਗਏ, ਅੱਗੇ ਕਮਾਈ ਮਿਲ ਗਈ, ਉਹਨੇ ਸ਼ਰਧਾਲੂ ਸੀ ਸੇਵਾ ਦੇ ਵਾਸਤੇ ਪੁੱਛਿਆ, ਅਤੇ ਨਾਲ ਉਹਨੇ ਬੇਨਤੀ ਕਰੀ ਵੀ ਮਹਾਰਾਜ ਮੈਨੂੰ ਕੋਈ ਸੇਵਾ ਬਖਸ਼ੋ, ਬਾਹਰ ਬਾਹਰ ਘਰ ਸੀ ਉਹਦਾ। ਉਹ ਕਹਿੰਦੇ ਮਾਈ ਜੇ ਤੂੰ ਸੇਵਾ ਕਰ ਸਕਦੀ ਹੈ ਨਾ, ਪ੍ਰਸੰਨਤਾ ਲੈਣੀ ਹੈ ਸਾਡੀ, ਅਤੇ ਤੂੰ ਅਸੀਂ ਭਜਨ ਕਰਨਾ, ਕੋਈ ਜਗ੍ਹਾ ਹੈ ਤੇਰੇ ਕੋਲ? ਉਹ ਕਹਿੰਦੀ ਮੇਰੀ ਤਾਂ ਬੜੀ ਵੱਡੀ ਕੋਠੀ ਹੈ, ਪਤਾ ਹੀ ਨਹੀਂ ਲੱਗਦਾ ਇੰਨੀਆਂ ਕੋਠੜੀਆਂ ਨੇ, ਕੋਠੀ ਨੇ। ਅਤੇ ਕਹਿੰਦੇ ਜਿੱਥੇ ਪਤਾ ਨਾ ਲੱਗੇ, ਕਹਿੰਦੀ ਹੈਗੀ ਹੈ ਹਜੇ। ਕਹਿੰਦੇ ਫਿਰ ਦੱਸੀ ਨਾ ਕਿਸੇ ਨੂੰ, ਜਿੰਨਾ ਚਿਰ ਦੱਸਦੀ ਨਹੀਂ ਅਸੀਂ ਇੱਥੇ ਭਜਨ ਕਰਾਂਗੇ। ਜਿਸ ਤਰ੍ਹਾਂ ਮਾਈ ਭਰਾਈ ਦੇ ਕੋਲ ਗੁਰੂ ਅੰਗਦ ਸਾਹਿਬ ਆ ਗਏ ਸੀ, ਗੁਪਤ ਰੱਖੇ ਸੀ, ਉਹਨਾਂ ਨੇ ਦੱਸਿਆ ਨਹੀਂ ਸੀਗਾ, ਸਾਰੇ ਆ ਗਏ, ਬਾਬਾ ਬੁੱਢਾ ਜੀ ਪੁੱਛ ਰਹੇ, ਬਿਲਕੁਲ ਗੁਪਤ ਹੋ ਗਏ ਗੁਰੂ ਅੰਗਦ ਸਾਹਿਬ। ਬੜੀ ਮੁਸ਼ਕਿਲ ਨਾਲ ਬਾਬਾ ਬੁੱਢਾ ਜੀ ਨੇ ਉਹ ਦੀਵਾਰ ਤੋੜੀ, ਦੀਵਾਰ ਚਿਣ ਕੇ ਅੰਦਰ ਬੈਠ ਗਏ ਸੀ। ਸੋ ਇਸੇ ਤਰ੍ਹਾਂ ਨਾਲ ਉਹ ਬੈਠ ਗਏ, ਬੈਠੇ ਬੜਾ ਬੜੀ ਦੇਰ ਹੋ ਗਈ। ਇੱਕ ਦਿਨ ਮਾਈ ਪੜੋਸਣ ਨੂੰ ਦੱਸ ਬੈਠੀ ਵੀ ਇਹੋ ਜਿਹੇ ਮਹਾਤਮਾ ਆਏ ਨੇ, ਇਹ ਪਹਿਲਾਂ ਰਾਜੇ ਸੀ। ਕਹਿੰਦੀ ਨਾਂ ਕੀ ਹੈ ਇਹਨਾਂ ਦਾ? ਕਹਿੰਦੀ ਮੈਨੂੰ ਪਤਾ ਲੱਗਿਆ ਵੀ ਇੱਕ ਨੂੰ ਗੋਪੀ ਚੰਦ ਕਹਿੰਦੇ ਨੇ, ਇੱਕ ਦਾ ਨਾਂ ਹੈਗਾ ਪਰਥਰੀ। ਕਹਿੰਦੇ ਇਹ ਤਾਂ ਸੁਣਿਆ ਰਾਜੇ ਸੀਗੇ? ਕਹਿੰਦੇ ਹਾਂ ਉਹੀ ਨੇ। ਉਹ ਗੱਲ ਇੱਕ ਮਿੰਟ 'ਚ ਫੈਲ ਗਈ ਸ਼ਹਿਰ 'ਚ, ਰਾਜੇ ਤੱਕ ਜਾ ਰਹੀ। ਰਾਜੇ ਨੇ ਕਿਹਾ ਵੀ ਇਹ ਤਾਂ ਬੜੇ ਮਸ਼ਹੂਰ ਯੋਗੀ ਨੇ, ਅਤੇ ਦੋਏ ਰਾਜੇ ਮੇਰੇ ਰਾਜ ਵਿੱਚ ਆ ਗਏ ਤਾਂ ਮੈਂ ਤਾਂ ਦਰਸ਼ਨ ਜ਼ਰੂਰ ਕਰੂੰ। ਵਜ਼ੀਰ ਨੂੰ ਬੁਲਾਇਆ, ਵਜ਼ੀਰ ਕਹਿੰਦਾ ਮੈਂ ਵੀ ਚੱਲੂੰ। ਵਜ਼ੀਰ ਨੇ ਛੋਟੇ ਨੂੰ ਅਗਲੇ ਨੂੰ, ਜਿਉਂ ਇਕੱਠੇ ਹੋਣ ਲੱਗੇ, ਬੈਂਡ ਵਾਜੇ ਕਰ ਲਏ, ਜਲੂਸ ਕੱਢ ਲਿਆ, ਇੱਕ ਚੰਗਾ ਇਕੱਠ ਹੋ ਗਿਆ, ਰਾਣੀਆਂ ਰੂਣੀਆਂ ਅਤੇ ਹੋਰ ਸਾਰੀਆਂ, ਅਤੇ ਉੱਧਰਲੇ ਪਾਸੇ ਨੂੰ ਬੈਂਡ ਵੱਜਦਾ ਵਾਜਾਂ ਤੁਰਦਾ ਜਾ ਰਿਹਾ। ਅਤੇ ਸੁਣਿਆ, ਮਾਈ ਨੂੰ ਪੁੱਛਿਆ, ਮਾਈ ਕਹਿੰਦੇ ਇੱਧਰ ਨੂੰ ਆਉਂਦੇ ਨੇ ਸਿੱਧੇ? ਕਹਿੰਦੀ ਹਾਂ ਜੀ, ਤੁਹਾਡੇ ਨਾਮ ਦੀ ਮਹਿਮਾ ਫਿਲਰ ਗਈ, ਰਾਜਾ ਆ ਰਿਹਾ ਇਸ ਦੇਸ਼ ਦਾ, ਉਹਨੂੰ ਬੜੀ ਮਨ ਦੇ ਅੰਦਰ ਆਈ। ਕਹਿੰਦੇ ਮਾਈ ਤੈਨੂੰ ਕਿਹਾ ਸੀ ਦੱਸੀ ਨਾ? ਕਹਿੰਦੀ ਮੈਂ ਤਾਂ ਦੱਸਿਆ ਨਹੀਂ, ਇੱਕ ਦਿਨ ਸਹਿਜ ਸੁਭਾਅ ਮੇਰੇ ਮੂੰਹੋਂ ਨਿਕਲ ਗਈ ਸੀ, ਆਹ ਪੜੋਸਣ ਨੂੰ ਇਹਨੇ ਦੱਸਿਆ। ਕਹਿੰਦੇ ਤਾਂ ਦੱਸਿਆ, ਤਾਂ ਹੀ ਇਹਨੇ ਗਾਂ ਦੱਸਿਆ। ਕਹਿੰਦੇ ਬੜਾ ਮਾੜਾ ਕੰਮ ਕਰਿਆ, ਅਸੀਂ ਤਾਂ ਮੱਖੀਆਂ ਤੋਂ ਨੱਠੇ ਸੀ, ਇਹ ਤਾਂ ਦੰਦਈਏ ਆ ਰਹੇ ਨੇ ਬੜੇ ਬੜੇ, ਤਾਂ ਹੀ ਕਿਹਾ ਸੰਤ ਕੋ ਮਿਲਣੇ ਜਾਈਏ, ਸਾਥ ਨਾ ਲੀਜਾ ਕੋਈ, ਪਾਛੇ ਪਾਓ ਨਾ ਦੇ ਬਈ ਅੱਗੇ ਹੋਏ। ਸੰਤ ਨੂੰ ਜੇ ਮਿਲਣ ਜਾਣਾ, ਜੇ ਉਹਨਾਂ 'ਤੇ ਕੋਈ ਲਾ ਲੈਣਾ, ਇਕੱਲਾ ਜਾ ਕੇ ਮਿਲ, ਕਿਉਂ ਜਿਹੇ ਜਿਹੇ ਬੰਦੇ ਹੋਣਗੇ ਉਹੋ ਜਿਹੀ ਗੱਲ ਕਰਨਗੇ। ਇੱਕ ਵਾਰੀ ਮੈਂ ਮਹਾਰਾਜ ਜੀ ਨੂੰ ਮਿਲਣ ਗਿਆ, ਮੇਰਾ ਚਾਚਾ ਨਾਲ ਹੋ ਗਿਆ, ਮੈਂ ਦੂਰੋਂ ਆਇਆ ਸੀ, ਮੈਨੂੰ ਕਹਿਣ ਲੱਗਿਆ ਰਸਤੇ 'ਚ, ਕਹਿੰਦਾ ਮਹਾਰਾਜ ਮੈਨੂੰ ਬੜੇ ਚੰਗੀ ਤਰ੍ਹਾਂ ਜਾਣਦੇ। ਮੈਂ ਕਿਹਾ ਅੱਛਾ। ਕਹਿੰਦਾ ਮੇਰੇ ਨਾਲ ਇਹ ਗੱਲਾਂ ਕਰਦੇ ਰਹਿੰਦੇ। ਮੇਰੇ ਮਨ 'ਚ ਆਇਆ, ਮੈਂ ਕਿਹਾ ਇਹਨੇ ਗੱਲ ਨਹੀਂ ਵਚਨ ਨਹੀਂ ਕੋਈ ਕਰਨ ਦੇਣਾ, ਆਪਦੀਆਂ ਹੀ ਮਾਰੂ ਇਹ। ਮਹਾਰਾਜ ਜੀ ਨੂੰ ਜਦ ਪਤਾ ਲੱਗਿਆ ਤਾਂ ਉਹਨਾਂ ਨੇ ਅੰਦਰੇ ਬੁਲਾ ਲਿਆ ਸਭ, ਅੰਦਰ ਗਏ। ਇਹ ਜਿਉਂ ਲੱਗਿਆ ਕਰਨ, ਅਸੀਂ ਮਹਾਰਾਜ ਜੀ ਆਸਾ ਦੀ ਵਾਰ ਲਾਉਂਦੇ ਹਾਂ, ਅਸੀਂ ਮਹਾਰਾਜ ਜੀ ਫਲਾਣੇ ਪਿੰਡ ਗਏ, ਫਲਾਣੇ ਥਾਂ ਕੀਰਤਨ ਕਰਿਆ, ਮਹਾਰਾਜ ਹਾਂ ਹਾਂ ਕਰੀਏ, ਚੰਗਾ ਭਾਈ ਬਹੁਤ ਵਧੀਆ, ਮਹਾਰਾਜ ਅਸੀਂ ਪੈਸੇ ਨਹੀਂ ਲੈਂਦੇ, ਅਸੀਂ ਪਾਠ ਜੀ ਐਂ ਕਰਦੇ ਹਾਂ। ਉਹ ਜਿਉਂ ਲੱਗਿਆ ਕਰਨ ਵੀ ਸਾਡੇ ਰਾਗੀ ਇਹੋ ਜਿਹੇ, ਸਾਡਾ ਜਥੇਦਾਰ ਇਹੋ ਜਿਹਾ, ਸਾਡੇ ਗਿਆਨੀ ਇਹੋ ਜਿਹੇ। ਮਹਾਰਾਜ ਜੀ ਨੇ ਮੈਨੂੰ ਮੇਰੇ ਵੱਲ ਦੇਖਿਆ, ਇਹਨਾਂ ਨੂੰ ਟਾਈਮ ਹੋ ਗਿਆ,
ਕਹਿੰਦੇ ਹੁਣ ਤਾਂ ਬਹੁਤ ਟਾਈਮ ਹੋ ਗਿਆ ਮਹਾਰਾਜ ਬਚਨ ਤਾਂ ਕੋਈ ਕਰਿਆ ਨਹੀਂ। ਕਹਿੰਦੇ ਚੱਲਿਆ ਹੀ ਨਹੀਂ ਹੈ ਕੋਈ ਬਚਨ, ਚਲਾਇਆ ਹੀ ਨਹੀਂ, ਢੋਲ 'ਤੇ ਡੱਗਾ ਮਾਰ ਲੈਂਦੇ ਚੰਗਾ ਅਤੇ ਬਚਨ ਹੋ ਜਾਂਦੇ। ਕਹਿੰਦੇ ਆਹੀ ਕਰੀ ਗਏ ਨੇ। ਸੋ ਮੇਰੇ ਫਿਰ ਯਾਦ ਆਇਆ ਵੀ ਜੇ ਸਾਧੂ ਨੂੰ ਮਿਲਣ ਜਾਣਾ ਹੋਵੇ ਇਕੱਲੇ ਜਾਣਾ ਚਾਹੀਦਾ, ਜਦ ਨਾਲ ਲੈ ਜਾਓ। ਹਰੇਕ ਦੀ ਬਿਰਤੀ ਆਪਣੀ ਆਪਣੀ ਹੁੰਦੀ ਆ, ਨਾ ਬਚਨ ਹੋਵੇ ਨਾ ਕੋਈ ਗੱਲ ਪੱਲੇ ਪਵੇ। ਸੋ ਇਸ ਤਰ੍ਹਾਂ ਕਹਿਣ ਲੱਗੇ ਵੀ ਆਹ ਕੀ ਜਲੂਸ ਕੱਢਿਆ, ਰਾਜੇ ਨੇ ਆਉਣਾ ਸੀ ਇਕੱਲਾ ਆ ਜਾਂਦਾ ਅਤੇ ਤਾਂ ਸਾਰੇ ਸ਼ਹਿਰ ਨੂੰ ਲਈ ਆਉਂਦਾ। ਕਹਿੰਦੇ ਗੋਪੀ ਚੰਦ ਆਪਾਂ ਕੋਈ ਬਚਣ ਦਾ ਉਪਰਾਲਾ ਸੋਚੋ, ਦੇਖ ਰਾਜ ਭਾਗ ਛੱਡਿਆ ਹੋਏ ਤਾਂ ਫਿਰ ਮੁੜ ਕੇ ਉਹੀ ਕੰਮ ਹੋਇਆ, ਅਤੇ ਨਾ ਤਾਂ ਆਪਾਂ ਤਖਤ ਫੇਰ ਸਾਂਭ ਲਈਏ ਜਾ ਕੇ। ਬਿਉਂਤ ਬਣਾ ਲਈ, ਜਦ ਰਾਜਾ ਨੇੜੇ ਆ ਗਿਆ ਪਿੱਛੇ ਕਢਾ ਤੇ ਉਹਨੇ, ਅਤੇ ਹੀਰਿਆਂ ਦਾ ਥਾਲ ਭਰ ਲਿਆ, ਮਠਿਆਈ ਦੇ ਟੋਕਰੇ ਪਿੱਛੇ ਚੁਕਾ ਲਏ। ਇਹ ਜਦ ਨੇੜੇ ਆ ਗਿਆ ਤਾਂ ਵੀ ਸੁਣ ਲਓ ਹੁਣ ਸਾਡੀ ਗੱਲ। ਗੋਪੀ ਚੰਦ ਕਹਿਣ ਲੱਗਿਆ, ਕਹਿੰਦਾ ਗੁਰੂ ਜੀ ਅੱਜ ਮੈਂ ਜਾਊਂ ਭਿੱਖਿਆ ਲੈਣ। ਉਹ ਕਹਿੰਦਾ ਬਿਲਕੁਲ ਨਹੀਂ, ਤੈਂ ਜਾਣਾ ਮੈਂ ਜਾਊਂ। ਉਹ ਕਹੇ ਮੈਂ ਜਾਊਂ, ਉਹ ਕਹੇ ਮੈਂ ਜਾਊਂ। ਕਹਿੰਦਾ ਤੂੰ ਕਿਉਂ ਜਾਏਗਾ, ਅੱਜ ਮੈਂ ਜਾਊਂ। ਕਹਿੰਦਾ ਤੁਸੀਂ ਕੱਲ੍ਹ ਗਏ ਸੀ ਲੱਡੂ ਖਾ ਕੇ ਆਏ ਸੀ, ਮੈਨੂੰ ਕਹਿੰਦੇ ਕੋਈ ਨਹੀਂ ਲਿਆਂਦਾ। ਕਹਿੰਦੇ ਤੁਹਾਡੀ ਦਾੜੀ ਨੂੰ ਲੱਗਿਆ ਹੋਇਆ ਸੀ, ਮੈਂ ਉੱਥੋਂ ਦੇਖਿਆ ਵੀ ਲੱਡੂ ਖਾਧੇ। ਉਹ ਕਹਿੰਦਾ ਤੂੰ ਵੀ ਤਾਂ ਕਹਿੰਦਾ ਪਰਸੋਂ ਗਿਆ ਸੀ ਖੀਰ ਖਾ ਕੇ ਆਇਆ ਸੀ, ਤੇਰੀ ਵੀ ਦਾੜੀ ਨੂੰ ਲੱਗਿਆ ਹੋਇਆ ਸੀ, ਤੈਂ ਮੈਨੂੰ ਖੀਰ ਨਹੀਂ ਦਿੱਤੀ। ਉਹ ਕਹਿੰਦਾ ਮੈਂ ਅੱਜ ਜਾਊਂ। ਕਹਿੰਦਾ ਮੈਂ ਜਾਊਂ। ਦੋਵੇਂ ਜਫਮ ਜਪੀ ਹੋਲੇ ਰਾਜਾ ਕਹਿਣ ਲੱਗੇ, ਆਹ ਕਾਹਦੇ ਸਾਧ ਨੇ, ਤਾਂ ਖੀਰ ਤਿਆਰ ਲੱਡੂਆਂ 'ਤੇ ਹੀ ਪਏ ਨੇ। ਉੱਥੋਂ ਹੀ ਮੁੜ ਗਿਆ ਪਿੱਛੇ, ਸ਼ੁਕਰ ਕਰਿਆ। ਕਹਿੰਦੇ ਬੜੇ ਭਾਰੇ ਦੰਦੇ ਜਿਹੇ ਡੂੰਬਣੇ ਮਖਿਆਲ ਆ ਰਹੇ ਸੀ, ਮਸਾਂ ਖਹਿੜਾ ਛਡਾਏ। ਸੋ ਹੁਣ ਜੀ ਖਦਾਏ ਦੇ ਭੇਤ ਨਾ ਕਿਸੇ ਦਿਨ, ਬੰਦਗੀ ਕਰਨ ਵਾਲਾ ਜ਼ਿਆਦਾ ਆਪਣਾ ਪ੍ਰਗਟਾਵਾ ਕਰੇਗਾ, ਉਸ ਵੇਲੇ ਲੁਟੇਰੇ ਆ ਕੇ ਲੁੱਟਣਾ ਸ਼ੁਰੂ ਕਰ ਦੇਣਗੇ। ਉਹਨੂੰ ਬੇਮਤਲਬੇ ਆਉਂਦੇ ਨੇ, ਨਾਮ ਦਾ ਗਾਹਕ ਨਹੀਂ ਆਉਂਦਾ, ਦੁਨੀਆ ਆਉਂਦੀ ਹੈ, ਦੁਨੀਆ ਦੀ ਵਾਹ ਵਾਹ ਰੋਟੀ ਦਿੰਦੀ ਹੈ, ਕੁਛ ਵੀ ਨਹੀਂ ਦਿੰਦੀ। ਸੋ ਇਹ ਨਾਮ ਦੇ ਵਿੱਚ ਬੰਧਨ ਹੋਇਆ ਕਰਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਬਹੁਤ ਰਹਿਤਾਂ ਨੇ ਸਾਧ ਸੰਗਤ ਜੀ, ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ ਇਸ ਵਾਸਤੇ ਇਹ ਸਬਜੈਕਟ ਲੈ ਲਿਆ ਕਿ ਸਾਰਿਆਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਜੀ ਨਾਮ ਨਹੀਂ ਜਪ ਹੁੰਦਾ, ਨਾਮ ਨਹੀਂ ਜਪ ਹੁੰਦਾ, ਨਾਮ ਨਹੀਂ ਜਪ ਹੁੰਦਾ। ਆਹ ਤਿੰਨ ਟੇਪਾਂ ਹੋ ਗਈਆਂ ਨੇ, ਵਿਚਾਰ ਕਰ ਲਿਓ, ਸੋਚ ਲਿਓ, ਇਹਦੇ ਮੁਤਾਬਕ ਚੱਲੀ ਜਾਇਓ। ਬਾਕੀ ਜਿਹੜੇ ਬਚਨ ਮਹਾਰਾਜ ਕਰਾਉਣਗੇ ਉਹਨੂੰ ਵੀ ਧਿਆਨ ਨਾਲ ਸਰਵਣ ਕਰ ਲਿਓ, ਫਿਰ ਨਾਮ ਚੱਲ ਜਾਓ।